वाहिगुरु जी का खालसा, वाहिगुरु जी की फतेह। समूह ही कैंपर्स विद्यार्थी वीरां भैणां नूं गुरु गोबिंद सिंह स्टडी सर्कल वल्लों चलाए जा रहे इस ऑनलाइन समर कैंप विच शामिल होण ते असीं आप जी नूं जीओ आया आखदे हां। आप जी नूं पता ही है, अज अपने समर कैंप दा 10वां दिन है। ਤਾਂ ਆਓ ਆਪਾਂ ਅੱਜ ਇਸ ਕੈਂਪ ਦੇ ਰਾਹੀਂ ਫਿਰ ਇੱਕ ਵਾਰ ਵੱਧ ਤੋਂ ਵੱਧ ਆਪਣੀ ਸ਼ਖਸੀਅਤ ਉਸਾਰੀ ਲਈ ਯਤਨਸ਼ੀਲ ਹੋਈਏ। ਤਾਂ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਕਰਾਂਗੇ। ਸਾਰੇ ਹੀ ਵਿਦਿਆਰਥੀ ਵੀਰਾਂ ਭੈਣਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਇਕਾਗਰਤਾ ਬਣਾਈਏ ਜੀ। ਆਓ ਕੁਝ ਸਮੇਂ ਲਈ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨਾਂ ਵਿੱਚ ਵਸਾਈਏ, ਇਕਾਗਰਤਾ ਨਾਲ ਮੂਲ ਮੰਤਰ ਦਾ ਜਾਪ ਕਰੀਏ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਹੁਣ ਆਪਾਂ ਥੋਟ ਆਫ ਦਾ ਡੇ ਨਾਲ ਅਗਲੇ ਆਪਣੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਥੋਟ ਆਫ ਦਾ ਡੇ ਸਾਡੇ ਨਾਲ ਸਾਂਝਾ ਕਰਨ ਲਈ ਅੱਜ ਸਾਡੇ ਵਿੱਚ ਸ਼ਾਮਿਲ ਹੋਏ ਨੇ ਗੁਰਮਨ ਅਸੀਸ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਤੋਂ। ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਆਪਣਾ ਅੱਜ ਦਾ ਵਿਚਾਰ ਹੈ ਜਿਹੜਾ ਉਹ ਸਾਰੇ ਵੀਰਾਂ ਭੈਣਾਂ ਨਾਲ ਸਾਂਝਾ ਕਰਨਗੇ ਜੀ। ਵੀਰ ਗੁਰਮਨ ਅਸੀਸ ਸਿੰਘ, ਸ੍ਰੀ ਮੁਕਤਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਅੱਜ ਦਾ ਵਿਚਾਰ ਹੈ, ਸਾਨੂੰ ਕਦੇ ਵੀ ਬੀਤੇ ਕੱਲ ਤੇ ਅਫਸੋਸ ਨਹੀਂ ਕਰਨਾ ਚਾਹੀਦਾ। ਸਾਨੂੰ ਆਉਣ ਵਾਲੇ ਕੱਲ ਦਾ ਡਰ ਵੀ ਨਹੀਂ ਰੱਖਣਾ ਚਾਹੀਦਾ। ਸਾਨੂੰ ਅੱਜ ਵਿੱਚ ਹੀ ਜੀਣਾ ਚਾਹੀਦਾ ਹੈ, ਕਿਉਂਕਿ ਇਸ ਪਰਮਾਤਮਾ ਨੇ ਸਾਨੂੰ ਅੱਜ ਵਿੱਚ ਹੀ ਜੀਣ ਵਾਸਤੇ ਭੇਜਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਵੀਰ ਜੀ ਹੋਰਾਂ ਦਾ, ਬੜਾ ਸੁੰਦਰ ਉਹਨਾਂ ਨੇ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਪਿਛਲੇ ਦੀ ਚਿੰਤਾ ਨਹੀਂ ਤੇ ਆਉਣ ਵਾਲੇ ਦਾ ਫਿਕਰ ਨਹੀਂ ਕਰਨਾ। ਜੋ ਪਿੱਛੇ ਹੋਇਆ ਉਹਨਾਂ ਤੋਂ ਸਿੱਖਿਆ ਹੋਇਆ ਆਪਣੀ ਆਉਣ ਵਾਲੀ ਹੋਇਆ, ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ, ਵਰਤਮਾਨ ਵਿੱਚ ਜਿਉਣਾ ਹੈ। ਇਹ ਨਹੀਂ ਵੀ ਪਿਛਲੇ ਦਾ ਫਿਕਰ ਕਰਦਿਆਂ ਹੋਇਆ ਅਸੀਂ ਆਪਣਾ ਅੱਜ ਖਰਾਬ ਕਰੀ ਜਾਈਏ, ਤੇ ਆਉਣ ਵਾਲੇ ਦੀ ਚਿੰਤਾ ਕਰਦਿਆਂ ਹੋਇਆ ਭਵਿੱਖ ਦੇ ਫਿਕਰ ਵਿੱਚ ਅਸੀਂ ਅੱਜ ਜੋ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਕਿਤੇ ਖਰਾਬ ਕਰ ਲਈਏ। ਤਾਂ ਇਸ ਤੋਂ ਬਾਅਦ ਅੱਜ ਪਲਸ ਫਰੋਮ ਗੁਰਬਾਣੀ ਦੇ ਰਾਹੀਂ ਅਸੀਂ ਆਪ ਜੀ ਦੇ ਨਾਲ ਇੱਕ ਗੁਰਬਾਣੀ ਦੀ ਪੰਕਤੀ ਦੀ ਸਾਂਝ ਪਾਵਾਂਗੇ। ਗੁਰਬਾਣੀ ਦੀ ਪੰਕਤੀ ਤਾਂ ਬਹੁਤ ਹੀ ਸਤਿਕਾਰ ਬੱਚਿਓ, ਵੀਰੋ ਭੈਣੋ, ਵਿਦਿਆਰਥੀ ਵੀਰੋ ਭੈਣੋ, ਤੁਹਾਡੇ ਨਾਲ ਪਿਛਲੇ ਦਿਨਾਂ ਤੋਂ ਪਲਸ ਫਰੋਮ ਗੁਰਬਾਣੀ ਦੇ ਰਾਹੀਂ ਗੁਰਬਾਣੀ ਦੀ ਪੰਕਤੀ ਦਾ ਸੁਨੇਹਾ ਆਪ ਜੀ ਨਾਲ ਸਾਂਝਾ ਕੀਤਾ ਜਾਂਦਾ ਹੈ। ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਇਹਨਾਂ ਸੁਨੇਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤੇ ਆਪਣੀ ਜ਼ਿੰਦਗੀ ਨੂੰ ਗੁਰੂ ਸਾਹਿਬ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕਰੀਏ। ਇਹੀ ਸਾਡਾ ਯਤਨ ਹੈ ਆਪ ਜੀ ਨਾਲ ਗੁਰਬਾਣੀ ਦੀਆਂ ਪੰਕਤੀਆਂ ਦੀ ਸਾਂਝ ਪਾਉਣ ਦਾ, ਵੀ ਇਹਨਾਂ ਪੰਕਤੀਆਂ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈਏ। ਅੱਜ ਦਾ ਪਰਸ ਫਰੋਮ ਗੁਰਬਾਣੀ ਹੈ ਜੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਆਪ ਜੀ ਨੇ ਬਹੁਤ ਵਾਰ ਇਹ ਪੰਕਤੀ ਹੈ ਜੋ ਗੁਰੂ ਘਰਾਂ ਦੇ ਵਿੱਚ ਲਿਖੀ ਵੀ ਪੜ੍ਹੀ ਹੋਊਗੀ, ਸਕੂਲਾਂ ਵਿੱਚ ਵੀ ਕਈ ਥਾਵਾਂ ਤੇ ਲਿਖੀ ਹੁੰਦੀ ਹੈ, ਪਰ ਅਸੀਂ ਕੀ ਇਹ ਪੜ੍ਹੀ ਹੈ ਜਾਂ ਇਹਨੂੰ ਆਪਣੇ ਜੀਵਨ ਵਿੱਚ ਅਪਣਾਇਆ ਵੀ ਹੈ? ਜੇ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਆਪਾਂ ਇੱਕ ਮਿੰਟ ਸੋਚ ਕੇ ਦੇਖੀਏ
ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੱਡੇ ਬਦਲਾਵ ਆ ਜਾਣਗੇ ਜੇ ਅਸੀਂ ਇਸ ਪੰਕਤੀ ਨੂੰ ਅਪਣਾ ਲਈਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਮੈਨੂੰ ਇਹ ਲੱਗਦਾ ਹੈ ਵੀ ਇਨਸਾਨ ਨੇ ਜੇ ਆਪਣੇ ਜੀਵਨ ਨੂੰ ਸੁਧਾਰਨਾ ਹੈ, ਚੰਗਾ ਬਣਾਉਣਾ ਹੈ, ਤਾਂ ਉਹਦੇ ਲਈ ਇਹ ਪਹਿਲਾ ਸਟੈਪ ਹੈ ਕਿ ਉਹ ਐਡਮਿਟ ਕਰ ਲਏ, ਇਹ ਚੀਜ਼ ਮੰਨ ਲਏ ਕਿ ਮੇਰੇ ਵਿੱਚ ਔਗਣ ਹੈਗੇ ਨੇ। ਜਿੰਨਾ ਤੀਕਰ ਅਸੀਂ ਆਪਣੇ ਔਗਣਾਂ ਨੂੰ ਆਈਡੈਂਟੀਫਾਈ ਨਹੀਂ ਨਾ ਕਰਦੇ, ਆਪਣੀਆਂ ਕਮੀਆਂ ਨੂੰ ਪਛਾਣਦੇ ਨਹੀਂ, ਉਨਾ ਚਿਰ ਅਸੀਂ ਆਪਣੇ ਔਗਣਾਂ ਨੂੰ ਦੂਰ ਨਹੀਂ ਕਰ ਸਕਦੇ। ਇਹ ਇੱਕ ਸਟੈਪ ਹੈ ਤੇ ਗੁਰੂ ਸਾਹਿਬ ਨੇ ਇਸ ਪੰਕਤੀ ਰਾਹੀਂ ਇੱਕ ਬਹੁਤ ਵੱਡਾ ਗੂੜ ਸਿਧਾਂਤ ਸਾਡੇ ਸਾਹਮਣੇ ਪੇਸ਼ ਕੀਤਾ। ਇਸ ਨੂੰ ਅਪਣਾਈਏ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਜਦੋਂ ਸਾਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਚੰਗੇ ਇਨਸਾਨ ਹੀ ਦਿਖਣਗੇ ਤੇ ਆਪਦੀਆਂ ਸਾਨੂੰ ਕਮੀਆਂ ਦਿਖਣਗੀਆਂ, ਤਾਂ ਅਸੀਂ ਦੂਸਰਿਆਂ ਤੋਂ ਚੰਗਿਆਈਆਂ ਲਵਾਂਗੇ ਤੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਵਾਂਗੇ। ਇਹ ਸਾਡੀ ਪਰਸਨੈਲਿਟੀ ਵਿੱਚ ਸੁਧਾਰ ਦਾ ਹੀ ਆਧਾਰ ਬਣੇਗਾ। ਜਿਵੇਂ ਆਪਾਂ ਸੁਣਦੇ ਹਾਂ ਨਾ ਕਿ ਇੱਕ ਉਸਤਾਦ ਨੇ ਆਪਣੇ ਦੋ ਚੇਲਿਆਂ ਨੂੰ ਕਿਹਾ ਵੀ ਤੁਸੀਂ ਜਾਓ ਆਪਣੇ ਪਿੰਡ ਵਿੱਚ ਜਾਓ, ਤੇ ਇੱਕ ਨੂੰ ਕਿਹਾ ਵੀ ਤੂੰ ਸਭ ਤੋਂ ਬੁਰੇ ਇਨਸਾਨ ਲੱਭ ਕੇ ਲਿਆਉਣੇ ਆ, ਦੂਸਰੇ ਨੂੰ ਕਿਹਾ ਤੂੰ ਚੰਗੇ ਲੱਭ ਕੇ ਲਿਆਉਣੇ ਆ। ਜਿਹੜਾ ਚੰਗਾ ਲੱਭਣ ਗਿਆ ਉਹਦੇ ਮਨ ਵਿੱਚ ਇਹ ਸੀਗਾ ਕਿ ਮੈਂ ਤਾਂ ਬਹੁਤ ਚੰਗਾ, ਤੇ ਦੂਜਿਆਂ ਵਿੱਚ ਉਹ ਕੀ ਦੇਖਦਾ ਸੀਗਾ, ਔਗਣ ਹੀ ਦੇਖੀ ਜਾਂਦਾ ਸੀ। ਇੱਕ ਘਰ ਬਾਰੇ ਉਹਨੇ ਸੋਚਿਆ ਵੀ ਉਹਨਾਂ ਦਾ ਬੰਦਾ ਆਏ ਆ, ਫਲਾਣਿਆਂ ਦਾ ਨਸ਼ਾ ਕਰਦਾ, ਫਲਾਣਿਆਂ ਦਾ ਗੁੱਸੇ ਵਾਲਾ, ਫਲਾਣਿਆਂ ਦਾ ਇਹ, ਯਾਨੀ ਕਿ ਦੂਜਿਆਂ ਦੀਆਂ ਕਮੀਆਂ ਦੇਖਦਿਆਂ ਦੇਖਦਿਆਂ ਸਾਰੇ ਪਿੰਡ ਦੇ ਸਾਰੇ ਘਰ ਫਰੋਲਤੇ ਤੇ ਉਹਨੂੰ ਕੋਈ ਚੰਗਾ ਬੰਦਾ ਨਹੀਂ ਲੱਭਿਆ। ਦੂਜਾ ਜਿਹੜਾ ਵਿਦਿਆਰਥੀ ਸੀ ਉਹਨੇ ਇਸੇ ਤਰ੍ਹਾਂ ਹੀ ਸਾਰੇ ਪਿੰਡ ਬਾਰੇ ਫਿਰ ਸੋਚਿਆ, ਇੱਕ ਇੱਕ ਘਰ ਬਾਰੇ ਸੋਚਿਆ, ਤੇ ਉਹਨੂੰ ਹਰੇਕ ਘਰ ਵਿੱਚ ਕੁੱਝ ਨਾ ਕੋਈ ਚੰਗਾ ਮਿਲਿਆ ਤੇ ਦੋਨੇ ਹੀ ਖਾਲੀ ਹੱਥੀ ਵਾਪਸ ਆ ਗਏ। ਜਿਹਨੂੰ ਕਿਹਾ ਸੀ ਤੂੰ ਬੁਰਾ ਲਿਆਈ, ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਬੁਰਾ ਮਿਲਿਆ ਹੀ ਨਹੀਂ, ਤੇ ਜਿਹਨੂੰ ਕਿਹਾ ਸੀ ਤੂੰ ਚੰਗਾ ਇਨਸਾਨ ਲੱਭ ਕੇ ਲਿਆਈ, ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਚੰਗਾ ਹੀ ਨਹੀਂ ਮਿਲਿਆ, ਮੈਂ ਹੀ ਸਾਰਿਆਂ ਨਾਲੋਂ ਚੰਗਾ। ਤਾਂ ਹੁਣ ਸੁਧਾਰ ਦੀ ਗੁੰਜਾਇਸ਼ ਕਿੱਥੇ ਹੈ? ਜਿਹੜਾ ਆਪਣੇ ਆਪ ਨੂੰ ਚੰਗਾ ਮੰਨੀ ਬੈਠਾ ਕਿ ਉਹ ਆਪਣੇ ਆਪ ਨੂੰ ਹੋਰ ਵਧੀਆ ਜਾਂ ਚੰਗਾ ਬਣਾ ਸਕਦਾ? ਨਹੀਂ। ਇਸ ਲਈ ਕੀ ਹੈ, ਆਪਣੀਆਂ ਕਮੀਆਂ ਦੇਖੀਏ, ਦੂਜਿਆਂ ਦੇ ਗੁਣ ਦੇਖੀਏ, ਤਾਂ ਜਿਸ ਨਾਲ ਕੀ ਹੋਊਗਾ ਜੀ, ਇਹ ਪੰਕਤੀ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਤੇ ਆਪਣੀਆਂ ਕਮੀਆਂ ਦੂਰ ਕਰਕੇ ਅਸੀਂ ਵੀ ਚੰਗੇ ਵਧੀਆ ਇਨਸਾਨ ਬਣ ਜਾਵਾਂਗੇ। ਤਾਂ ਗੁਰੂ ਸਾਹਿਬ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਆਪ ਜੀ ਦਾ ਧੰਨਵਾਦ। ਤਾਂ ਆਓ ਹੁਣ ਅਗਲੇ ਵਿਸ਼ੇ ਵੱਲ ਚੱਲਦੇ ਹਾਂ। ਅੱਜ ਦਾ ਵਿਸ਼ਾ ਬੜਾ ਮਹੱਤਵਪੂਰਨ ਹੈ, ਇਨਹਾਂਸਿੰਗ ਲਾਈਫ ਸਕਿੱਲਸ ਇੰਪੈਥੀ। ਸਾਡੇ ਵਿੱਚ ਅੱਜ ਸ਼ਾਮਿਲ ਹੋਏ ਨੇ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ, ਅਸੀਂ ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ ਕਿ ਉਹ ਸਾਡੇ ਇਸ ਸਮਰ ਕੈਂਪ ਦਾ ਹਿੱਸਾ ਬਣੇ ਨੇ ਤੇ ਆਪ ਜੀ ਵਿਦਿਆਰਥੀਆਂ ਦੇ ਨਾਲ ਉਹ ਰੂਬਰੂ ਹੋਣ ਜਾ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣਾ ਵਿਸ਼ਾ ਲੈਣ, ਤੇ ਆਪ ਸਭ ਵਿਦਿਆਰਥੀਆਂ ਨੂੰ ਨਾਲ ਬੇਨਤੀ ਹੈ ਜੀ, ਕਿਰਪਾ ਕਰਕੇ ਵਿਸ਼ੇ ਦੇ ਦੌਰਾਨ ਜਿਸ ਤਰ੍ਹਾਂ ਰੋਜ਼ਾਨਾ ਆਪ ਜੀ ਨੂੰ ਇਹ ਦੱਸਿਆ ਜਾਂਦਾ, ਤੁਹਾਡੇ ਮਨ ਵਿੱਚ ਜੋ ਵੀ ਸਵਾਲ ਪੈਦਾ ਹੋਣ ਤੁਸੀਂ ਹੈਂਡ ਰੇਜ਼ ਕਰਕੇ ਤੇ ਨਾਲ ਚੈਟ ਬਾਕਸ ਵਿੱਚ ਲਿਖ ਕੇ ਆਪਣੇ ਸਵਾਲ ਪਾ ਸਕਦੇ ਹੋ, ਜਿਨ੍ਹਾਂ ਦੇ ਜਵਾਬ ਸਾਨੂੰ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਸਾਡੇ ਵਿੱਚ ਆਏ ਨੇ ਉਹ ਦੇਣਗੇ। ਵਿਸ਼ੇ ਨਾਲ ਸੰਬੰਧਿਤ ਜੋ ਵੀ ਤੁਹਾਡੇ ਸਵਾਲ ਹੋਣਗੇ ਤੁਸੀਂ ਹੈਂਡ ਰੇਜ਼ ਕਰਕੇ ਜਾਂ ਚੈਟ ਬਾਕਸ ਵਿੱਚ ਆਪਣੇ ਕੁਸ਼ਚਨ ਹੈ ਜਿਹੜੇ ਉਹ ਪੁੱਟ ਕਰ ਸਕਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੱਤੇ ਜਾਣਗੇ। ਮੈਂ ਹੁਣ ਬੇਨਤੀ ਕਰੂੰਗਾ ਵੀਰ ਜੀ ਹੋਰਾਂ ਨੂੰ, ਪ੍ਰਿੰਸੀਪਲ ਹਰਜਿੰਦਰ ਸਿੰਘ ਜੀ, ਕਿਰਪਾ ਕਰਕੇ ਉਹ ਆਪਣਾ ਵਿਸ਼ਾ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਮੇਰੇ ਵੱਲੋਂ ਜਿੰਨੇ ਵੀ ਵਿਊਅਰਸ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰ ਸਾਲ ਇਸ ਮੰਥ ਦੀ ਬੜੀ ਉਡੀਕ ਹੁੰਦੀ ਹੈ ਕਿ ਜਦੋਂ ਇਹ ਮੰਥ ਆਏਗਾ ਤੇ ਮੈਨੂੰ ਮੌਕਾ ਮਿਲੇਗਾ ਇੱਕ ਐਸਾ ਕਾਰਜ ਕਰਨ ਦਾ ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ। ਸੋ ਆਈ ਫੀਲ ਵੈਰੀ ਹੰਬਲਡ ਐਂਡ ਲੱਕੀ ਟੂ ਬੀ ਪਾਰਟ ਆਫ ਦਿਸ ਕੈਂਪ। ਇਸ ਸਾਲ ਸਿਚੁਏਸ਼ਨ ਥੋੜੀਆਂ ਅਲੱਗ ਨੇ, ਸੋ ਫਿਰ ਵੀ ਜਿਹੜਾ ਉਤਸ਼ਾਹ ਹੈ ਉਹਦੇ ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਐਂਡ ਬੜੀ ਖੁਸ਼ਕਿਸਮਤੀ ਹੈ ਕਿ ਅੱਜ ਫਿਰ ਦੁਬਾਰਾ ਮੈਨੂੰ ਮੌਕਾ ਮਿਲਿਆ ਆਪਣੇ ਵਿਚਾਰ ਜਿਹੜੇ ਮੇਰੇ ਲਾਈਫ ਦੇ ਥੋੜੇ ਐਕਸਪੀਰੀਅੰਸਿਸ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਦਾ। ਤੇ ਅੱਜ ਜਿਹੜਾ ਵਿਸ਼ਾ ਆਪਾਂ ਚੂਜ਼ ਕੀਤਾ ਹੈ ਐਨਹੈਂਸਿੰਗ ਲਾਈਫ ਸਕਿੱਲਸ ਐਂਪਥੀ, ਇਹ ਉਹ ਸਕਿੱਲਸ ਨੇ ਜਿਹੜੀਆਂ ਸਾਨੂੰ ਹੈਲਪ ਕਰਦੀਆਂ ਨੇ ਕਿ ਲਾਈਫ ਕਿੱਦਾਂ ਜੀਣੀ ਹੈ। ਸੋ ਆਪਾਂ ਇਸ ਵਰਕਸ਼ਾਪ ਦੇ ਦੌਰਾਨ, ਇਸ ਇੰਟਰੈਕਟਿਵ ਸੈਸ਼ਨ ਦੇ ਦੌਰਾਨ ਟੂ ਵੇ ਕਮਿਊਨੀਕੇਸ਼ਨ ਰੱਖਣਾ ਹੈ
ਤੁਸੀਂ ਆਪਣੇ ਵਿਚਾਰ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਵੱਧਦੇ ਰਵਾਂਗੇ ਤੁਸੀਂ ਚੈਟ ਬਾਕਸ ਵਿੱਚ ਆਪਣੇ ਯੈਸ ਨੋ ਜੋ ਵੀ ਤੁਹਾਡੇ ਓਪੀਨੀਅਨਸ ਨੇ ਉਹ ਜ਼ਰੂਰ ਟਾਈਪ ਕਰਕੇ ਚੈਟ ਬਾਕਸ ਵਿੱਚ ਮੈਂਸ਼ਨ ਕਰਦੇ ਰਹੋ ਤਾਂ ਕਿ ਜਿਹੜਾ ਸੈਸ਼ਨ ਹੈ ਸਾਡਾ ਉਹ ਬੜਾ ਇੰਟਰਸਟਿੰਗ ਬਣ ਜਾਏ ਤੇ ਸਾਨੂੰ ਇਸ ਸੈਸ਼ਨ ਚੋਂ ਸਿੱਖਣ ਨੂੰ ਕੁਛ ਮਿਲੇ ਸੋ ਇਸੇ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਸਕਰੀਨ ਤੇ ਕੁਛ ਤੁਹਾਡੇ ਸਾਹਮਣੇ ਡਿਫਰੈਂਟ ਪ੍ਰੋਫੈਸ਼ਨ ਜਿਹੜੇ ਹੈਗੇ ਉਹ ਸ਼ੋਅ ਹੋ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਕਿ ਫੋਟੋਗ੍ਰਾਫਰ ਹੈ ਵੇਟਰ ਇੰਜੀਨੀਅਰ ਮੈਨੇਜਰ ਜੱਜ ਡਾਕਟਰ ਤੇ ਤੁਸੀਂ ਆਪਣੇ ਚੈਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਇਹ ਜਰਾ ਦੱਸੋ ਕਿ ਜਿਹੜਾ ਫੋਟੋਗ੍ਰਾਫਰ ਹੈ ਉਹ ਵੇਟਰ ਤੋਂ ਅਲੱਗ ਕਿਉਂ ਹੈ ਇੰਜੀਨੀਅਰ ਹੈ ਉਹ ਪ੍ਰੀਸਟ ਤੋਂ ਅਲੱਗ ਕਿਉਂ ਹੈ ਇਹਨਾਂ ਸਾਰੇ ਜਿਹੜੇ ਵੀ ਪ੍ਰੋਫੈਸ਼ਨਸ ਨੇ ਇਹ ਸਾਰੇ ਪ੍ਰੋਫੈਸ਼ਨਸ ਅਲੱਗ ਅਲੱਗ ਨੇ ਐਸੀ ਕੀ ਗੱਲ ਹੈ ਜਿਹੜੀ ਉਹਨਾਂ ਨੂੰ ਅਲੱਗ ਅਲੱਗ ਬਣਾ ਦਿੰਦੀ ਹੈ ਤੇ ਤੁਸੀਂ ਆਪਣੇ ਜਿਹੜੇ ਕੋਈ ਵੀ ਇੱਕ ਇੱਕ ਦੋ ਦੋ ਵਰਡ 'ਚ ਕੋਈ ਵੀ ਤੁਸੀਂ ਆਪਣੇ ਆਨਸਰ ਜਿਹੜੇ ਹੈਗੇ ਆ ਉਹ ਚੈਟ ਬਾਕਸ 'ਚ ਪਾ ਸਕਦੇ ਹੋ ਤਾਂ ਕਿ ਠੀਕ ਹੈ ਜੀ ਆਉਣੇ ਸ਼ੁਰੂ ਹੋ ਗਏ ਨੇ ਇਹਨਾਂ ਦਾ ਕੰਮ ਜਿਹੜਾ ਹੈ ਬਿਲਕੁਲ ਸਹੀ ਕਹਿ ਰਹੀ ਉਹਨਾਂ ਦਾ ਕੰਮ ਹੈ ਜਿਹੜਾ ਇਹਨਾਂ ਨੂੰ ਉਹਨਾਂ ਦੀ ਅਲੱਗ ਅਲੱਗ ਪ੍ਰਭਾਸ਼ਿਤ ਕਰਦਾ ਇਹਨਾਂ ਦੇ ਪ੍ਰੋਫੈਸ਼ਨਸ ਨੂੰ ਹੋਰ ਹੋਰ ਕੀ ਸ਼ਬਦ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਵਾਸਤੇ ਕਿ ਡਿਫਰੈਂਟ ਪ੍ਰੋਫੈਸ਼ਨਸ ਹੈਗੇ ਆ ਇਹਨਾਂ ਨੂੰ ਡਿਫਰੈਂਟ ਕੀ ਬਣਾਉਂਦਾ ਹੈ ਕਿ ਇੱਕ ਜਿਹੜਾ ਸਿੰਗਰ ਹੈ ਉਹ ਸਿੰਗਰ ਫਾਰਮਰ ਤੋਂ ਅਲੱਗ ਕਿੱਦਾਂ ਹੋ ਸਕਦਾ ਹੈ ਉਹ ਕੀ ਹੋ ਸਕਦਾ ਉਹਨਾਂ ਦੀ ਡਿਫਰੈਂਟ ਥਿੰਕਿੰਗ ਹੋ ਸਕਦੀ ਹੈ ਠੀਕ ਹੈ ਵੈਰੀ ਗੁੱਡ ਅਨਮੋਲ ਸਿੰਘ ਜੀ ਨੇ ਦੱਸਿਆ ਕਿ ਥਿੰਕਿੰਗ ਡਿਫਰੈਂਟ ਹੋ ਸਕਦੀ ਹੈ ਉਹਨਾਂ ਦਾ ਕੰਮ ਉਹਨਾਂ ਦੇ ਡਿਫਰੈਂਟ ਆਰਟ ਉਹਨਾਂ ਦੀ ਜਿਹੜੀ ਕਲਾ ਹੈ ਉਹ ਡਿਫਰੈਂਟ ਹੋ ਸਕਦੀ ਹੈ ਠੀਕ ਹੈ ਵੈਰੀ ਗੁੱਡ ਡਰੈਸਿੰਗ ਇਹਨਾਂ ਦੀ ਅਲੱਗ ਹੋ ਸਕਦੀ ਹੈ ਡਰੈਸ ਕੋਡ ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ ਹੋਰ ਆਪਣੇ ਵਿਚਾਰ ਹੋਰ ਆਪਣੇ ਰੱਖੋ ਇੱਕ ਇੱਕ ਦੋ ਦੋ ਸ਼ਬਦਾਂ 'ਚ ਤੁਸੀਂ ਡਿਫਾਈਨ ਕਰ ਸਕਦੇ ਹੋ ਕਿ ਇੰਟਰਸਟ ਟੈਲੈਂਟ ਵੈਰੀ ਗੁੱਡ ਵੈਰੀ ਨਾਈਸ ਯੈਸ ਉਹਨਾਂ ਦਾ ਪੇਸ਼ਾ ਐਗਜੈਕਟਲੀ ਬਟ ਆਲ ਵਰਕ ਇਜ ਇਕੁਅਲ ਵੈਰੀ ਗੁੱਡ ਦੇ ਆਲ ਆਰ ਸਕਿੱਲਫੁਲ ਇਨ ਡਿਫਰੈਂਟ ਫੀਲਡਸ ਵੈਰੀ ਗੁੱਡ ਸਕਿੱਲਸ ਰਮਨ ਧਾਲੀਵਾਲ ਜੀ ਨੇ ਲਿਖਿਆ ਹੈ ਕਿ ਸਕਿੱਲਸ ਸੋ ਬੇਸਿਕਲੀ ਇਹ ਉਹਨਾਂ ਦੇ ਕੰਮ ਬਿਲਕੁਲ ਐਗਜੈਕਟਲੀ ਸੋ ਬੇਸਿਕਲੀ ਇਹਨਾਂ ਦੀ ਜਿਹੜੀਆਂ ਸਕਿੱਲਸ ਹੈਗੀਆਂ ਨੇ ਉਹ ਇਹਨਾਂ ਨੂੰ ਡਿਫਰੈਂਟ ਡਿਫਰੈਂਟ ਕੰਮਾਂ ਵਾਸਤੇ ਐਕਸਪਰਟ ਬਣਾ ਦਿੰਦੀਆਂ ਨੇ ਸੋ ਬੇਸਿਕਲੀ ਇਹਨਾਂ ਦੀ ਜਿਹੜੀ ਐਬਿਲਿਟੀ ਹੈ ਕਿਸੇ ਕੰਮ ਨੂੰ ਕਰਨ ਦੇ ਲਈ ਇਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਇੱਕ ਪਰਟੀਕੁਲਰ ਟਾਸਕ ਨੂੰ ਕਰਨ ਦਾ ਉਹ ਸਕਿੱਲ ਹੁੰਦਾ ਹੈ ਸਾਡੇ ਸਾਰੇ ਅੰਦਰ ਕੋਈ ਨਾ ਕੋਈ ਸਕਿੱਲਸ ਹੈਗੀ ਹੈ ਮੈਂ ਐਜ਼ ਅ ਟੀਚਰ ਟੀਚਿੰਗ ਮੇਰੀ ਸਕਿੱਲ ਹੈ ਸਿੰਗਰ ਦੀ ਸਿੰਗਿੰਗ ਦੀ ਸਕਿੱਲ ਹੈ ਡਾਕਟਰ ਹੈ ਬੜੇ ਫਿਜੀਸ਼ੀਅਨਸ ਨੇ ਉਹਨਾਂ ਦੀ ਸਰਜਰੀ ਕਰਨਾ ਉਹਨਾਂ ਦੀ ਸਕਿੱਲਸ ਹੈ ਸੋ ਬੇਸਿਕਲੀ ਸਕਿੱਲ ਸਾਡੀ ਇੱਕ ਐਕਸਪਰਟੀਜ਼ ਹੈ ਸਾਡੀ ਐਬਿਲਿਟੀ ਹੈ ਜਿਹਨੂੰ ਅਸੀਂ ਵਧਾ ਸਕਦੇ ਹਾਂ ਸਾਡੇ ਅੰਦਰ ਕੁਛ ਇਨਬੋਰਨ ਟੈਲੈਂਟ ਹੋ ਸਕਦੇ ਆ ਕੁਛ ਇਨਬੋਰਨ ਸਕਿੱਲਸ ਹੋ ਸਕਦੀਆਂ ਜਿਹੜੀ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਤੋਂ ਲੈ ਸਕਦੇ ਹਾਂ ਤੇ ਕੁਛ ਅਸੀਂ ਉਹਨਾਂ ਨੂੰ ਅੱਗੇ ਵਧਾ ਸਕਦੇ ਹਾਂ ਹੁਣ ਤੁਹਾਡੇ ਸਾਹਮਣੇ ਫਿਰ ਦੁਬਾਰਾ ਮੈਂ ਕੁਛ ਪਿਕਚਰ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਦਿਖਾਵਾਂਗਾ ਤੇ ਤੁਸੀਂ ਚੈਟ ਬਾਕਸ 'ਚ ਲਿਖਣਾ ਹੈ ਕਿ ਵੀ ਉਸ ਪਿਕਚਰ 'ਚੋਂ ਤੁਹਾਨੂੰ ਕੀ ਸ਼ੋਅ ਹੋ ਰਿਹਾ ਉਸ ਪਿਕਚਰ 'ਚੋਂ ਤੁਹਾਨੂੰ ਕੀ ਸਮਝ ਆ ਰਿਹਾ ਕੁਛ ਵੀ ਤੁਸੀਂ ਉਹਨਾਂ ਦੀ ਕਿਹੜੀ ਸਕਿੱਲ ਨਜ਼ਰ ਆ ਰਹੀ ਹੈ ਜਾਂ ਜੋ ਵੀ ਤੁਹਾਡਾ ਐਕਸਪ੍ਰੈਸ਼ਨ ਹੈ ਤੁਸੀਂ ਉਹਨੂੰ ਸ਼ੋਅ ਕਰ ਸਕਦੇ ਹੋ ਇਹ ਅਰਲੀ ਮੈਨ ਦੀ ਹੈ ਕਿ ਅਰਲੀ ਮੈਨ ਪਹਿਲਾਂ ਸੀ ਥੋੜਾ ਜਿਹਾ ਬੋਡੀ ਤੇ ਵਾਲ ਵੂਲ ਜ਼ਿਆਦਾ ਸੀ ਥੋੜੇ ਝੁੱਕ ਕੇ ਚੱਲਦੇ ਸੀ ਲੇਕਿਨ ਹੁਣ ਜਿਵੇਂ ਜਿਵੇਂ ਉਹ ਐਵੋਲੂਸ਼ਨ ਹੋਇਆ ਸਿੱਧਾ ਖੜਾ ਹੋਣ ਲੱਗ ਗਿਆ ਤੇ ਕਿਹੜੀ ਸਕਿੱਲ ਨੂੰ ਸ਼ੋਅ ਕਰ ਰਿਹਾ ਠੀਕ ਹੈ ਅਕਸ਼ਿਤ ਗਰਗ ਕਹਿ ਰਹੇ ਨੇ ਕਿ ਐਵੋਲੂਸ਼ਨ ਹੈ ਠੀਕ ਹੈ ਰਾਈਟ ਰਾਈਟ ਐਵੋਲੂਸ਼ਨ ਵੈਰੀ ਗੁੱਡ ਯੈਸ ਦਿਸ ਇਜ਼ ਐਵੋਲੂਸ਼ਨ ਇਹ ਕਿਹੜੀ ਸਕਿੱਲ ਨੂੰ ਥੋੜਾ ਡਿਫਾਈਨ ਕਰ ਰਿਹਾ ਕਿਹੜੀ ਸਕਿੱਲ ਸ਼ੋਅ ਕਰ ਰਿਹਾ ਐਵੋਲੂਸ਼ਨ ਆਫ ਮੈਨ ਐਵੋਲੂਸ਼ਨ 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 ਇਜ਼ ਅ ਪ੍ਰੋਸੈਸ ਇਹ ਪ੍ਰੋਸੈਸ ਹੋ ਗਿਆ ਇਹ ਅਗਰ ਆਪਾਂ ਕਹੀਏ ਕਿ ਕਿਹੜੀ ਸਕਿੱਲ ਨੂੰ ਇਹ ਕਰ ਰਿਹਾ ਗਰੋਥ ਓਕੇ ਅਗਰ ਆਪਾਂ ਨੂੰ ਪਰਟੀਕੁਲਰ ਸਕਿੱਲ ਕਰੀਏ ਲਰਨਿੰਗ ਪ੍ਰੋਸੈਸ ਯੈਸ ਇੰਟੈਲੀਜੈਂਸ ਲਰਨਿੰਗ ਠੀਕ ਹੈ ਵੈਰੀ ਨਾਈਸ ਡਿਵੈਲਪਮੈਂਟ ਵੈਰੀ ਨਾਈਸ ਮੈਂਟਲੀ ਐਂਡ ਫਿਜ਼ੀਕਲ ਡਿਵੈਲਪਮੈਂਟ ਠੀਕ ਹੈ ਵੈਰੀ ਗੁੱਡ ਸਕਿੱਲ ਆਫ ਲਿਵਿੰਗ ਇਨ ਚੇਂਜਿੰਗ ਇਨਵਾਇਰਮੈਂਟ ਯੈਸ ਅ ਸਕਿੱਲ ਆਫ ਲਿਵਿੰਗ ਇਨ ਚੇਂਜਿੰਗ ਇਨਵਾਇਰਮੈਂਟ ਮੀਨਸ ਸਕਿੱਲ ਆਫ ਲਿਵਿੰਗ ਇਨ ਚੇਂਜਿੰਗ ਇਨਵਾਇਰਮੈਂਟ ਇੱਕ ਅਡੈਪਟੇਬਿਲਿਟੀ ਸੋ ਅਡੈਪਟੇਬਿਲਿਟੀ ਇਜ਼ ਦ ਸਕਿੱਲ ਹੇਅਰ ਵੈਰੀ ਨਾਈਸ
एक होर तुहाडे सामने पिक आ रही है, इहदे च देख सकते हैं कि एक डिफरेंट हाथ है, अलग अलग परसन है और एक पजल उन्होंने सोल्व किया। इहदे च किहड़ी स्किल हो रही है सामने, किहड़ी स्किल सानू दिख रही है नजर आ रही है? डिफरेंट परसन ने पजल्स हैं उन्होंने को ते वो पजल्स वो सोल्व कर रहे हैं। टीम वर्क, यस वेरी गुड, मिलवर्तन, कोऑपरेशन, यूनिटी, ठीक है, वेरी राइट, वर्क टुगेदर, ठीक है, कोऑर्डिनेशन, ठीक है, कम्युनिकेशन, वेरी गुड, वेरी गुड। कुछ और पिक्स में तुम शो कर रहे हैं, पर्सन है, ऑफिस है, मैनू लगता है कि शायद गुस्से च ने, कम का प्रेशर है, ठीक है, स्ट्रेंथ, ठीक है, यस। एक और पिक्स में, और कुछ पिक्स में तुम शो कर देना है, स्ट्रेस ऑफ वर्क, ठीक है, बर्डन। एक और पिक मैं शेयर की है, ये की शो हो रहा है, पर्सन है, खड़ा है, वो तीन अलग अलग ऑप्शन ने, तीन चो उन्हें किसी एक रास्ते से जाना है शायद, तो कड़ी स्किल वो यूज करेगा, ठीक है, कन्फ्यूजन है, कन्फ्यूजन चो बहर आप स्किल दे नाल आ सकते हैं, केड़ी स्किल साडे को होएगी तो आप कन्फ्यूजन तो बहर आ जाएंगे। डिसीजन मेकिंग है, एक्सीलेंट, एक्सीलेंट, समबडी मेंशन डिसीजन मेकिंग, वेरी गुड, एक्सीलेंट। और मैं पिक्स फटाफट शेयर कर देना थोड़ी जी, यस, इत्थे किहड़ी स्किल शो हो रही है कि ग्रुप बैठे एक पर्सन शायद थोड़ा जा कुछ दुखी है, उदास है, नाल दे पर्सन बैठे है, कन्फ्लिक्ट रेजोल्यूशन, वेरी गुड, सोशल, यस, काउंसलिंग, वेरी नाइस, वेरी नाइस, वेरी गुड, वेरी गुड, एम्पथी, यस, वेरी गुड, राइट, वेरी राइट, एम्पथी, यस। एक अनदर है, मीटिंग चल रही है एंड रेज हैंड हो रहे हैं, यस यस, वेरी राइट, वेरी राइट, हौसला देना, एम्पथी, यस। एक डिस्कशन चल रही है और डिस्कशन दे विच एक पर्सन है कॉन्फिडेंटली अपना हैंड रेज कर रहा है, एक्टिवली पार्टिसिपेट कर रहा है, इनिशिएट कर रहा है। सो दीज आर द डिफरेंट स्किल्स। सो बेसिकली ये कुछ जिहड़ियां पिक्स है मैं तुहानू शो कर पाया, तो अगर आप थोड़ा एक अंदाजा लगाइए, मोटा मोटा अंदाजा लगा लीए तो साढ़े को आ की लाइफ स्किल साढ़े को आ रही ने, सेल्फ अवेयरनेस, एम्पथी, फ्लैक्सीबिलिटी एंड अडैप्टेबिलिटी, लीडरशिप एंड रिस्पोंसिबिलिटी, इंटरपर्सनल स्किल्स, कोपिंग विद स्ट्रेस, इनिशिएटिव एंड सेल्फ डायरेक्शन, कोपिंग विद इमोशन। एक लाइफ स्किल्स ने मेजर ने, इस तो इलावा होर ज्यादा भी लिस्ट हो सकती है, ये लिस्ट भी कोई मतलब अपन पर्टिकुलर फिक्स नहीं कर सकते, इस तो ज्यादा कुछ होर भी हो सकती है ने, बट ये मेजर लाइफ स्किल्स ने जिन्हों WHO ने पब्लिश किया है अपने डिफरेंट आर्टिकल्स के थ्रू। सो अज आप सारिया लाइफ स्किल्स नूं तां कवर नहीं कर पावांगे, आप थोड़ा जा मतलब समझ लीए कि लाइफ स्किल्स है की। सो लाइफ स्किल्स बेसिकली जैसे कि दो वर्ड तो बने, लाइफ साडा जीवन, साडी जिंदगी, स्किल्स आप ऑलरेडी समझ चुके हैं कि साडी एक्सपर्टी, साडी एबिलिटी टू डू समथिंग। सो लाइफ स्किल्स बेसिकली वो स्किल्स ने जिहड़ियां कि सानूं अपनी लाइफ नूं बैटर किदां जिया जाए वो समझाउण च थोड़ा थानूं सानूं थोड़ी मदद करदियां ने। लाइफ स्किल्स वो स्किल्स ने जिहड़ियां सानूं साडियां जिहड़ियां इच्छावां ने उहनूं अकम्पलिश करन च साडियां मदद करदियां ने, ताकि जिहड़ी साडी जिंदगी है असीं उहनूं पूरे पोटेंशियल दे नाल, पूरी मेहनत दे नाल असीं उहनूं जी सकीए। सो लाइफ स्किल्स साडियां ने एबिलिटी जिहदे नाल असीं वातावरण दे प्रति असीं अडैप्टिव हो जाने हैं, तो साडा जिहड़ा बिहेवियर है वह पॉजिटिव हो जाता है, तो सानूं सिखांदी है कि असीं डेली दीआं डे टू डे लाइफ दीआं डिमांड्स ते चैलेंजेस उहनां नूं असीं किद्दां फेस करिए। सो लाइफ स्किल्स सानूं जिंदगी जीणा सिखांदियां ने। इन शॉर्ट लाइफ स्किल्स ने सानूं एम्पावर करदियां ने कि पॉजिटिव एक्शन किद्दां ले जाण, अपने आप नूं प्रोटेक्ट किद्दां किया जाए, अपनी हैल्थ नूं किद्दां प्रमोट किया जाए, तो पॉजिटिव सोशल रिलेशनशिप किद्दां आपां मेनटेन किते जाए। सो अज आप गल करेंगे हाईएस्ट फॉर्म ऑफ नॉलेज इज एम्पथी, कि जिहड़ी एम्पथी है उहनूं नॉलेज दी सब तो ज्यादा हाईएस्ट फॉर्म मनिया जांदा है, उह किवें, उही आप अज दे सैशन च डिस्कशन करांगे। सब तो पहला आप एम्पथी दा मीनिंग समझ लीए। एम्पथी है साडी एबिलिटी जिहदे विच असीं किसी दूजे परसन दे मन नूं समझदे हां, किसी दूजे परसन दी अखां दे नाल आप दुनिया नूं वेखदे हां, किसी दूजे परसन के कन्ना दे नाल आपां
सारी दुनिया नूं सुनदे। सो बेसिकली एम्पथी है कि किसी दूसरे परसन की फीलिंग्स नूं समझना, किसी दूजे की फीलिंग्स नूं अपनी फीलिंग समझ के असीं अगे वधना ते उहदे अकॉर्डिंगली असीं अपने पॉइंट ऑफ व्यू रखने। सो बेसिकली एम्पथी जिहड़ी है इहदी पावर ऑफ एंटरिंग इन टू अनदरस परसनैलिटी एंड इमेजिनेटिवली एक्सपीरियंसिंग हिज एक्सपीरियंसिस, कि असीं अपनी इमेजिनेशन दे नाल किसी दूसरे परसन की दिमाग दे विच एंटर करना ते असीं उहनूं फील करना कि वह परसन की फील कर रहा है, वह की कहना चाह रहा, वह की सुनना चाह रहा है, या वह की चीज़ां नूं सुन रहा है। सो बेसिकली यह है कि किसी दूसरे परसन के इमोशनस नूं समझना, यह है लिंक बिटवीन सैल्फ एंड अदरस, कि मेरा दूजे परसन के नाल जिदा आप कहने कि ब्लूटूथ की कनैक्टिविटी होगी, पेयर कर लिया आप, कि मैं अपना होटस्पॉट ऑन किया कि किसी दूसरे मोबाइल में मैं वाईफाई जी है अपनी इंटरनेट की है जी मैं रेंज देती तो उसमें पेयर हो गई, वो डिवाइस पेयर हो गया। द सेम वे जिदा आप स्क्रीन मिररिंग कह दें, स्क्रीन मिररिंग वर्ड यूज कर लें आप, ठीक है, आप ब्लूटूथ के नाल डिवाइस कनैक्ट करके ट्रांसफर कर दें डेटा। सो बेसिकली उस फील को समझना एम्पथी है, किसी दूसरे की इस चीज़ को अंडरस्टैंड करना कि दूसरा परसन है वेड़े इमोशन चल रहे हैं, वो की फील कर रहा है। सो अज के टाइम के जड़ा है अपन बड़िया यूनो योजना वीडियोज़ देखने मिली है कि आपको पता जरा हूँ तो कि जरा पेंडेमिक का माहौल है, थोड़ा जहा लोगों एक अडेप्टेबिलिटी हो गई है, लोगों थोड़ी आदत हो गई है, सू सारे आदत हो गई है इस माहौल च रहने की। तुहानू याद होगा जो शुरू शुरू च लॉकडाउन होया सी ते उदो बहुत सारी वीडियोज सी जड़ियाँ शुरू हो गई, माइग्रेंट लेबरस का सी जड़ा वो इशू सामने आ गया। हुण अजकल एक इशू चल रहा है कि टीचर्स की सैलरी का है लॉकडाउन के दौरान, वो देनी है कि नहीं देनी है। सो टीवी प्रोग्राम्स है इन्हां च बड़ी चीज़ां डिस्कशन हो रही हैं। इनिशियली जो लॉकडाउन सी ते बाहर जाना जड़ा सी वो बंद किया हुआ सी सरकार ने, 23 मार्च तो बाद मैं 23 मार्च तो शुरू हो गया सी, तो मैं कुछ तुहानूं दिखा रहा हां कि पुलिस वाले ने कोई परसन है वह घरों बाहर निकलिया है, वह घरे राशन है या नहीं है, समान खत्म है या नहीं है, दे वर नॉट अवेयर, दे वर जस्ट फॉलोइंग देयर ड्यूटी, और ड्यूटी भी उन्होंने इस तरीके ना कि ये देख सकते हैं कि आप उन्होंने एक्सैसिवली बंदे जड़ा है टॉर्चर किया। एक होर वीडियो में एक होर क्लिप मैं तुम शेयर कर रहा, इमेज शेयर कर रहे हैं कि लॉकडाउन तोड़ा तो पुलिस वालों ने पीट पीट कर रेहड़ी वाले के हाथ ही तोड़ दिए। सो ये इतने कितना कितने एम्पथी की जी सी कमी सी, वीडियोज वायरल हुई। अच्छा वीडियोज एक होर जी पिक है मैं इमेज शेयर कर रहा है कि रोड क्रैश 10 times लाइकली टू किल देन करोना वायरस, कि जिन्हें करोना वायरस के नाल पेश नहीं बंदे मर रहे उन्हें रोड एक्सीडेंट्स ना मर रहे। माइग्रेंट लेबर जी बिहार तो यूपी तो होर कि जगह तो आँदी है, जो लॉकडाउन हो गया तो उन्होंने लगा कि उन्होंने सर्वाइवल इतने करना बहुत औखा है, साधन सारे बंद से जान दे, तो उन्होंने पैदल यात्रा शुरू करती, साइकिल से जाना शुरू करता। एक जड़ा कपल है साइकिल से जा रहा सी छत्तीसगढ़ जा रहा सी, एक्सीडेंट च मारा गया, सिर्फ उन्होंने बच्चे बच्चे रह गए। सो इत कितना कित जी है लैकनेस हो गई एम्पथी की, करोना वायरस लॉकडाउन हो गया, प्राइवेट स्कूल जड़े हैं उन्होंने टीचर्स नू सैलरी जी है पे करनी बंद कर दी, कॉलेजेस नू कॉलेजेस दे प्रोफेसर सी लेक्चरर प्राइवेट उन्होंने सैलरी देना बंद कर दी। सो इस तरह के यूनो साढ़े सामने बड़े जड़े सीन आए इस लॉकडाउन के दौरान। सो एम्पथी जी है वह कितने ना कि मिस सी, साढ़े को वीडियोज आदि सी कि पुलिस वाला किसी नू मार रहा है, असी वह वीडियो फटाफट देखते सी तो फटाफट अगे फॉरवर्ड कर देने हैं, तो वह कितने ना कि साड़ी एम्पथी के उपर क्वेश्चन है कि आप उस चीज़ नू रोकने की बजाय आप अगे होर जड़ा है प्रमोट करी जा रहे हैं। सो आप उस परसन की फीलिंग नू नहीं समझिया कि वह रोड पर है, बाहर है, किस तरीके नाल है, किस वजह नाल है, वी डोंट नो। So empathy de vich we have to be kind for everyone you meet is fighting a battle you know nothing about,
ਸਾਨੂੰ ਇਹ ਨਹੀਂ ਪਤਾ ਕਿ ਉਹ ਪਰਸਨ ਜਿਹੜਾ ਹੈ ਕਿੰਨੀ ਮਜਬੂਰੀ ਦੇ ਵਿੱਚ ਉਹ ਘਰ ਤੋਂ ਬਾਹਰ ਨਿਕਲਿਆ ਹੈ, ਕਿ ਉਹਦੇ ਘਰੇ ਰੋਟੀ ਹੈ ਕਿ ਨਹੀਂ ਹੈ, ਉਹਦੇ ਘਰੇ ਕੁਛ ਖਾਣ ਨੂੰ ਕੋਈ ਸਬਜ਼ੀ ਹੈ ਕਿ ਨਹੀਂ ਹੈ, ਪਰ ਉਹ ਬੰਦਾ ਬਾਹਰ ਨਿਕਲਿਆ, ਮਜਬੂਰੀ ਚ ਨਿਕਲਿਆ। ਅਦਰਵਾਈਜ਼ ਐਵਰੀਬਡੀ ਇਜ਼ ਅਵੇਅਰ ਕਿ ਕਰੋਨਾ ਵਾਇਰਸ ਦੇ ਇਸ ਲੋਕਡਾਊਨ ਦੇ ਦੌਰਾਨ ਜਿਹੜਾ ਬਾਹਰ ਨਿਕਲਣਾ ਬਿਲਕੁਲ ਮਨਾ ਸੀ, ਤੇ ਫਿਰ ਵੀ ਉਹ ਬਾਹਰ ਆ ਰਹੀ ਸੀ, ਤੇ ਜ਼ਰੂਰ ਕੋਈ ਨਾ ਕੋਈ ਐਸਾ ਰੀਜ਼ਨ ਸੀ ਜਿਹਨੇ ਉਹਨੂੰ ਬਹੁਤ ਮਜਬੂਰ ਕੀਤਾ ਸੀ। ਸੋ ਇੱਕ ਜੋ ਐਮਪਥੀ ਦੀ ਜੋ ਕਮੀ ਸੀ ਉਹ ਸਾਨੂੰ ਥੋੜਾ ਮਹਿਸੂਸ ਹੋਈ। ਉਹਦੇ ਕੀ ਰੀਜ਼ਨ ਹੋ ਸਕਦੇ ਆ ਵਿਦਰਿੰਗ ਐਮਪਥੀ, ਕਿ ਐਮਪਥੀ ਸਾਡੇ ਜਿਹੜੀ ਸੁਸਾਇਟੀ ਚੋਂ ਹੈ ਕਿਉਂ ਘਟੀ ਹੋਈ ਆ, ਉਹਦੇ ਕੀ ਰੀਜ਼ਨ ਹੋ ਸਕਦੇ ਆ? ਉਹਦੇ ਰੀਜ਼ਨ ਹੋ ਸਕਦੇ ਆ ਕਿ ਸਾਡੇ ਬ੍ਰੇਨ ਹੀ ਇਸ ਤਰ੍ਹਾਂ ਟ੍ਰੇਨ ਹੋਏ ਹੋਏ ਆ ਕਿ ਸੋਸ਼ਲਾਈਜੇਸ਼ਨ ਸਾਡੀ ਜਿਹੜੀ ਪਰਵਰਿਸ਼ ਹੈ ਉਸ ਤਰੀਕੇ ਨਾਲ ਹੋਈ ਹੋਈ ਹੈ ਕਿ ਅਸੀਂ ਆਪਣੇ ਆਪ ਨੂੰ ਥੋੜੀ ਜ਼ਿਆਦਾ ਤਵੱਜੋ ਦੇ ਰਹੇ ਹਾਂ, ਕਿਸੇ ਦੂਸਰੇ ਨੂੰ ਸਮਝਣ ਦੀ, ਉਹਨੂੰ ਦੂਸਰੇ ਨੂੰ ਫੀਲ ਕਰਨ ਦੀ ਕੋਸ਼ਿਸ਼ ਥੋੜੀ ਘੱਟ ਹੈ। ਅਸੀਂ ਬਾਇਸਡ ਹੁੰਦੇ ਹਾਂ ਜੈਂਡਰ ਨੂੰ ਲੈ ਕੇ, ਕਾਸਟ ਨੂੰ ਲੈ ਕੇ, ਸਕਿਨ ਨੂੰ ਲੈ ਕੇ, ਸਕਿਨ ਕਲਰ ਦੇ ਨੂੰ ਲੈ ਕੇ, ਬੋਡੀ ਟਾਈਪ ਨੂੰ ਲੈ ਕੇ ਅਸੀਂ ਬੜੇ ਬਾਇਸਡ ਹੋ ਜਾਂਦੇ ਹਾਂ ਕਿ ਯਾਰ ਇਹ ਪਰਸਨ ਹੈ, ਇਹ ਪਰਸਨ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ ਕਿਉਂਕਿ ਇਹ ਇਸ ਕੰਮ ਵਾਸਤੇ ਬਣਿਆ ਨਹੀਂ, ਇਹਦੀ ਤਾਂ ਕਾਸਟ ਹੀ ਦੂਜੀ ਹੈ ਜੀ, ਇਹ ਤਾਂ ਦੂਜੇ ਕਾਸਟ ਵਾਲੇ ਕੰਮ ਹੀ ਕਰਨੇ ਚਾਹੀਦੇ ਆ। ਤੇ ਸਾਡੇ ਜਦੋਂ ਅਸੀਂ ਬਾਇਸਡ ਹੋ ਜਾਂਦੇ ਹਾਂ ਤਾਂ ਸਾਡੇ ਦਿਮਾਗ 'ਚ ਜਿਹੜੀ ਐਮਪਥੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਮਟੀਰੀਅਲਿਜ਼ਮ ਜਿਹੜਾ ਹੈ ਉਹਨੇ ਇਸ ਐਮਪਥੀ ਨੂੰ ਬਹੁਤ ਖਤਮ ਕੀਤਾ ਕਿ ਇਹ ਮੇਰੀ ਚੀਜ਼ ਹੈ, ਇਟ ਬਿਲੋਂਗਸ ਟੂ ਮੀ, ਇਹ ਘਰ ਮੇਰਾ, ਮੈਂ ਹੀ ਇਹਨੂੰ ਯੂਜ਼ ਕਰਾਂਗਾ, ਇਹ ਮੇਰਾ ਮੋਬਾਈਲ ਹੈ ਮੈਂ ਯੂਜ਼ ਕਰਾਂਗਾ, ਮੇਰਾ ਵਹੀਕਲ ਹੈ ਮੈਂ ਯੂਜ਼ ਕਰਾਂਗਾ, ਇਹ ਮੇਰਾ ਪੈਸਾ ਹੈ ਮੈਂ ਕਮਾਇਆ ਮੈਂ ਯੂਜ਼ ਕਰਾਂਗਾ। ਸੋ ਇੱਕ ਕਨਸੈਪਟ ਹੈਗਾ ਇਕੁਇਟੀ ਦਾ ਕਨਸੈਪਟ ਹੈ, ਉਹ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਕਲੀਅਰ ਕਰਾਂਗਾ ਕਿ ਫੇਲਿੰਗ ਟੂ ਅੰਡਰਸਟੈਂਡ ਕਨਸੈਪਟ ਆਫ ਇਕੁਇਟੀ, ਇਕੁਇਟੀ ਦਾ ਕਨਸੈਪਟ ਨੂੰ ਥੋੜਾ ਜਿਹਾ ਕਲੀਅਰ। ਇੱਕ ਹੈ ਇਕੁਆਲਿਟੀ, ਇੱਕ ਹੈ ਇਕੁਇਟੀ। ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਪਿਕਚਰ ਨੰਬਰ 1 ਹੈ, ਪਿਕਚਰ ਨੰਬਰ 1 ਦੇ ਵਿੱਚ ਤਿੰਨ ਅਲੱਗ ਅਲੱਗ ਹਾਈਟ ਵਾਲੇ ਬੱਚੇ ਨੇ, ਉਹਨਾਂ ਚੋਂ ਇੱਕ ਬਹੁਤ ਲੰਬਾ ਹੈ, ਉਹਨੂੰ ਵੀ ਇਕੁਇਟੀ, ਸਾਡੇ ਕੋਲ ਤਿੰਨ ਬੋਕਸ ਸੀ, ਅਸੀਂ ਤਿੰਨੋ ਬੋਕਸ ਤਿੰਨਾਂ 'ਚ ਇਕੁਅਲ ਡਿਸਟ੍ਰੀਬਿਊਟ ਕਰਤੇ। ਜਿਹੜਾ ਸਭ ਤੋਂ ਵੱਡੀ ਹਾਈਟ ਵਾਲਾ ਸੀ ਉਹ ਫਿਰ ਵੀ ਬੜੇ ਈਜ਼ੀ ਈਜ਼ੀਲੀ ਆਸਾਨੀ ਨਾਲ ਦੇਖ ਪਾਇਆ, ਜਿਹੜਾ ਦੂਜਾ ਮਿਡਲ ਹਾਈਟ ਵਾਲਾ ਸੀ ਬੱਚਾ ਉਹ ਨਹੀਂ ਦੇਖ ਪਾਇਆ ਕਿ ਮੈਚ ਅੰਦਰ ਸਟੇਡੀਅਮ 'ਚ ਕੀ ਚੱਲ ਰਿਹਾ, ਜਿਹੜਾ ਤੀਜਾ ਉਹ ਤਾਂ ਬਿਲਕੁਲ ਹੀ ਨਹੀਂ ਦੇਖ ਪਾਇਆ। ਇਹ ਹੈ ਇਕੁਐਲਿਟੀ ਕਿ ਸਾਡੇ ਕੋਲ ਕੋਈ ਚੀਜ਼ ਹੈ ਅਸੀਂ ਉਹਨੂੰ ਇਕੁਅਲੀ ਸ਼ੇਅਰ ਕਰਤਾ ਸਾਰਿਆਂ 'ਚ। ਇਕੁਇਟੀ ਕੀ ਹੈ ਕਿ ਤੁਸੀਂ ਸੈਕਿੰਡ ਜਿਹੜੀ ਪਿੱਕ ਹੈ ਉਹਦੇ ਵਿੱਚ ਦੇਖੋਗੇ ਕਿ ਦੋ ਬੋਕਸ ਹੈ ਉਹ ਸਭ ਤੋਂ ਛੋਟੀ ਹਾਈਟ ਵਾਲੇ ਬੱਚੇ ਨੂੰ ਦੇ ਦਿੱਤੇ, ਇੱਕ ਜੋ ਬੋਕਸ ਹੈ ਉਹ ਵਿੱਚ ਜਿਹੜਾ ਮੀਡੀਅਮ ਹਾਈਟ ਵਾਲਾ ਸੀ ਉਹਨੂੰ ਦੇ ਦਿੱਤਾ, ਜਿਹੜਾ ਆਲਰੇਡੀ ਲੰਬਾ ਹੈ ਉਹਨੂੰ ਉਹਦੀ ਜ਼ਿਆਦਾ ਜ਼ਰੂਰਤ ਨਹੀਂ, ਉਹ ਬਿਨਾਂ ਡੱਬੇ ਦੀ, ਬਿਨਾਂ ਆਪਣੇ ਪੈਰ ਦੇ ਵਿੱਚ ਡੱਬਾ ਰੱਖੇ ਵੀ ਉਹ ਦੇਖ ਸਕਦਾ ਸਟੇਡੀਅਮ 'ਚ ਕੀ ਮੈਚ ਚੱਲ ਰਿਹਾ। ਇਹ ਕਨਸੈਪਟ ਹੈ ਇਕੁਇਟੀ ਦਾ ਕਿ ਜਿਹਨੂੰ ਜਿੰਨੀ ਲੋੜ ਹੈ ਉਹਨੂੰ ਉਨਾ ਦੇ ਦਿੱਤਾ। ਅਗਰ ਮੈਂ ਬਿਨਾਂ ਬੋਕਸ ਤੋਂ ਮੈਚ ਦੇਖ ਸਕਦਾ ਹਾਂ ਤਾਂ ਇਟਸ ਓਕੇ ਫਾਈਨ, ਦੈਨ ਮੈਨੂੰ ਬੋਕਸ ਦੀ ਕੋਈ ਲੋੜ ਨਹੀਂ, ਉਹ ਬੋਕਸ ਕਿਸੇ ਅੱਗੇ ਨੂੰ ਦਿੱਤਾ ਜਾ ਸਕਦਾ ਹੈ। ਇਹ ਕਨਸੈਪਟ ਹੈ ਇਕੁਇਟੀ ਦਾ। ਸੋ ਸਾਨੂੰ ਇਕੁਐਲਿਟੀ ਤੇ ਇਕੁਇਟੀ ਇਹਦੇ ਕਨਸੈਪਟ ਨੂੰ ਸਮਝਣਾ ਚਾਹੀਦਾ। ਜਦੋਂ ਆਪਾਂ ਇਹਨੂੰ ਸਮਝ ਲਾਂਗੇ ਤਾਂ ਸ਼ਾਇਦ ਮੇ ਬੀ ਸਾਨੂੰ ਜਿਹੜੀ ਐਮਪਥੀ ਦੀ ਜਿਹੜੀ ਫੀਲ ਹੈ ਉਹ ਸਾਡੇ ਜਿਹੜੇ ਦਿਮਾਗ ਦੇ ਵਿੱਚ ਥੋੜਾ ਹੋਰ ਪ੍ਰਬਲ ਹੋ ਕੇ ਥੋੜਾ ਹੋਰ ਅੱਗੇ ਵਧਣ ਦੀ ਯੂਨੋ ਕੋਸ਼ਿਸ਼ ਕਰੇਗੀ। ਹੁਣ ਆਪਾਂ ਇਹ ਚੈਕਿੰਗ ਕਰਦੇ ਹਾਂ ਆਪਣੇ ਅੰਦਰ, ਆਪਾਂ ਦੇਖਦੇ ਹਾਂ, ਆਪਾਂ ਰਿਫਲੈਕਟ ਕਰਦੇ ਹਾਂ, ਇਹ ਕੁਸ਼ਚਨ ਆਪਾਂ ਆਪਣੇ ਆਪ ਨੂੰ ਪੁੱਛਣੇ ਆ ਕਿ ਕੀ ਮੈਂ ਉਸ ਪਰਸਨ ਨੂੰ ਓਦਾਂ ਹੀ ਟ੍ਰੀਟ ਕਰਦਾ ਜਿੱਦਾਂ ਆਈ ਵੁੱਡ ਵਾਂਟ ਟੂ ਬੀ ਟ੍ਰੀਟਿਡ, ਕਿ ਜਿੱਦਾਂ ਮੈਂ ਚਾਹੁੰਦਾ ਕਿ ਮੈਨੂੰ ਵੀ ਇੱਦਾਂ ਹੀ ਕੋਈ ਟ੍ਰੀਟ ਕਰੇ, ਕਿ ਮੈਂ ਉਸ ਪਰਸਨ ਦੇ ਨਾਲ ਓਦਾਂ ਹੀ ਗੱਲ ਕਰ ਰਿਹਾ ਕਿ ਜਿੱਦਾਂ ਮੈਂ ਚਾਹੁੰਦਾ ਕਿ ਕੋਈ ਮੈਨੂੰ ਉਸ ਤਰ੍ਹਾਂ ਬੋਲੇ। ਜਿੱਦਾਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਕਦੀ ਅਸੀਂ ਕਿਸੇ ਦੂਸਰੇ ਦੀ ਪ੍ਰੋਬਲਮ ਨੂੰ ਸਮਝਣਾ ਹੋਵੇ ਤਾਂ ਸਾਨੂੰ ਉਹਦੀ ਜਗ੍ਹਾ ਤੇ ਰੱਖਣਾ ਪੈਂਦਾ ਹੈ, ਸਾਨੂੰ ਆਪਣੇ ਆਪ ਨੂੰ ਉਹਦੇ ਜਗ੍ਹਾ ਤੇ ਜਾਣਾ ਪੈਂਦਾ ਹੈ ਤਾਂ ਕਿ ਪਤਾ ਲੱਗ ਜਾਏ ਕਿ ਉਹ ਪਰਸਨ ਕੀ ਫੀਲ ਕਰ ਰਿਹਾ, ਉਹਨੂੰ ਕੀ ਪ੍ਰੋਬਲਮ ਹੋ ਰਹੀ। ਸਾਨੂੰ ਇਹ ਫੀਲ ਕਰਨਾ ਕਿ ਅਸੀਂ ਕਦੀ ਇਹ ਫੀਲ ਕਰਦੇ ਹਾਂ ਕਿ ਉਸ ਪਰਸਨ ਦੀ ਸਿਚੁਏਸ਼ਨ ਕਿੱਦਾਂ ਦੀ ਹੋਏਗੀ, ਕੀ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਹੋਰ ਐਮਫੈਟਿਕ ਹੋ ਸਕਦੇ ਹਾਂ। ਸੋ ਬੇਸਿਕਲੀ ਸਾਨੂੰ ਇਹ ਥੋੜੇ ਜਿਹੇ ਕੁਐਸਚਨਸ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਆ ਡੇ ਟੂ ਡੇ ਬੇਸਿਸ ਤੇ, ਕਿ ਜਿਹਦੇ ਨਾਲ ਸਾਡਾ ਜਿਹੜਾ ਆਚਾਰ ਵਿਵਹਾਰ ਹੈ ਉਹਦਾ ਸਾਨੂੰ ਪਤਾ ਲੱਗੇ ਕਿ ਅਸੀਂ ਕੀ ਕਰ ਰਹੇ ਹਾਂ, ਸਾਡੀ ਐਮਪਥੀ ਦਾ ਲੈਵਲ ਹੈ ਜਿਹੜਾ ਉਹ ਕਿੰਨਾ ਹੈ। ਹੁਣ ਮੇਰੇ ਕੋਲ ਥੋੜੇ ਜਿਹੇ ਦੋ ਐਕਸਪੀਰੀਅੰਸ ਜਿਹੜੇ ਹੈਗੇ ਆਪਾਂ ਸ਼ੇਅਰ ਕਰਦੇ ਹਾਂ। ਅਮਨਦੀਪ ਕੌਰ ਹੈਗੇ ਨੇ, ਮੈਂ ਉਹਨਾਂ ਨੂੰ ਚਾਹਾਂਗਾ ਕਿ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਕਿ ਉਹਨਾਂ ਨੇ ਇੱਕ ਜਿਹੜਾ ਐਮਫੈਟਿਕ ਜਿਹੜਾ ਬਿਹੇਵੀਅਰ ਹੈ ਉਹਨਾਂ ਦਾ ਕਦੋਂ ਆਇਆ ਸੀ, ਕਦੋਂ ਉਹ ਐਮਪੈਥੈਟਿਕ ਹੋਏ ਸੀ ਕਿਸੇ ਸਿਚੁਏਸ਼ਨ ਨੂੰ ਲੈ ਕੇ, ਉਹਨਾਂ ਨੇ ਕਿੱਦਾਂ ਕੀਤਾ ਉੱਥੇ, ਤੇ ਉਸ ਐਮਪਥੀ ਜਦੋਂ ਉਹਨਾਂ ਨੇ ਕਿਸੇ ਨੂੰ ਸ਼ੋਅ ਕੀਤੀ ਤਾਂ ਉਹਨਾਂ ਨੂੰ ਕਿੱਦਾਂ ਦਾ ਫੀਲ ਹੋਇਆ ਉਸ ਤੋਂ ਬਾਅਦ,
ਸੋ ਅਮਨਦੀਪ ਕੌਰ ਅਗਰ ਤੁਸੀਂ ਆਪਣਾ ਮਾਈਕ ਅਨਮਿਊਟ ਕਰ ਸਕੋ ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਦਾ ਜਿਹੜਾ ਮਾਈਕ ਹੈ ਉਹ ਅਨਮਿਊਟ ਕੀਤਾ ਜਾਏ ਤਾਂ ਕਿ ਅਮਨਦੀਪ ਕੌਰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕੇ। ਹਾਂਜੀ ਗੁੱਡ ਈਵਨਿੰਗ ਸਰ। ਯੈਸ ਗੁੱਡ ਈਵਨਿੰਗ ਜੀ। ਸਰ ਇੱਕ ਵਾਰ ਮਤਲਬ ਅਸੀਂ 26 ਜਨਵਰੀ ਤੇ ਕੋਟਪੂਰਾ ਪਰੇਡ ਲਈ ਜਾਂਦੇ ਹੁੰਦੇ ਸੀ ਐਂਡ ਪਰੇਡ ਤੋਂ ਬਾਅਦ ਜਦੋਂ ਅਸੀਂ ਫ੍ਰੀ ਹੋ ਜਾਂਦੇ ਸੀ ਤਾਂ ਕੁਝ ਟਾਈਮ ਲਈ ਸਾਨੂੰ ਰਿਫਰੈਸ਼ਮੈਂਟ ਟਾਈਮ ਦਿੱਤਾ ਜਾਂਦਾ ਸੀ ਐਂਡ ਉੱਥੇ ਮਤਲਬ ਕਾਲਜ ਦੇ ਵਿੱਚ ਲਾਈਕ ਇੱਕ ਅਸੀਂ ਮਤਲਬ ਸੋਚਿਆ ਅਸੀਂ ਲੰਚ ਨਹੀਂ ਲੈ ਕੇ ਗਏ ਕਿ ਕੁਛ ਖਾ ਲੈਂਦੇ ਹਾਂ ਤੇ ਜਦੋਂ ਉੱਥੇ ਮਤਲਬ ਇੱਕ ਰੇਹੜੀ ਵਾਲਾ ਇੱਕ ਪਰਸਨ ਆਇਆ ਤੇ ਅਸੀਂ ਉਹਦੇ ਕੋਲੋਂ ਜਦੋਂ ਰੁਕੇ ਕਾਫੀ ਉਹ ਮਤਲਬ ਗਰੀਬ ਜਿਹਾ ਪਰਸਨ ਸੀਗਾ ਮਸਾਂ ਹੀ ਮਤਲਬ ਕਾਫੀ ਠੰਡ ਦਾ ਮੌਸਮ ਵੀ ਸੀ ਤੇ ਉਦੋਂ ਇੱਕ ਪੁਲਿਸ ਆਫਿਸਰ ਉੱਥੇ ਆਇਆ ਤੇ ਉਹਨਾਂ ਨੇ ਉਹਦੇ ਨਾਲ ਬਹੁਤ ਰੂਡਲੀ ਗੱਲ ਕੀਤੀ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਨਹੀਂ ਖੜਨਾ ਤੇ ਉਹ ਬੜੇ ਜ਼ਿਆਦਾ ਮਤਲਬ ਪਰੇਸ਼ਾਨ ਹੋ ਗਏ ਕਿ ਪਹਿਲਾਂ ਹੀ ਮਤਲਬ ਸਰਦੀ ਦਾ ਮੌਸਮ ਹੈ ਨਾ ਕਿ ਆਪਾਂ ਨੂੰ ਵੀ ਪਤਾ ਕਿ ਆਪਣੇ ਕੰਡੀਸ਼ਨਸ ਕਾਫੀ ਪੂਅਰ ਹੁੰਦੀਆਂ ਕਈ ਲੋਕਾਂ ਦੀਆਂ ਕਿ ਪਤਾ ਨਹੀਂ ਕੀ ਬਣ ਉੱਥੋਂ ਚਲੇ ਜਾਣ ਲੱਗੇ ਤੇ ਉਹਨਾਂ ਨੇ ਰੋਕਤਾ ਕਿ ਤੁਸੀਂ ਇਹਨਾਂ ਨੂੰ ਨਹੀਂ ਕੁਛ ਮਤਲਬ ਸੀਲ ਕਰ ਸਕਦੇ ਐਂਡ ਉਸ ਦਿਨ ਮੇਰੇ 50 ਰੁਪਏ ਸੀਗੇ ਮੈਨੂੰ ਲੱਗਾ ਵੀ ਸ਼ਾਇਦ ਵਿੱਚ ਮੈਂ ਇੰਨੀ ਕੁ ਹੈਲਪ ਇਹਨਾਂ ਦੀ ਕਰ ਸਕਦੀ ਹਾਂ ਤੇ ਮੈਂ ਕਰਦੇ ਹਾਂ ਤੇ ਮੈਂ 150 ਰੁਪੀਸ ਉਹਨਾਂ ਨੂੰ ਦੇਤੇ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਬੋਲੀ ਕਹਿੰਦੇ ਕਿ ਬੱਚੇ ਪਰਮਾਤਮਾ ਤੈਨੂੰ ਮਤਲਬ ਹਮੇਸ਼ਾ ਖੁਸ਼ ਰੱਖੇ ਤੇ ਮੈਨੂੰ ਮਤਲਬ ਐਂ ਲੱਗਾ ਵੀ ਸ਼ਾਇਦ ਉਹ ਬਲੈਸਿੰਗ ਮੈਂ ਉਸੇ ਦਿਨ ਮੇਰੇ ਨਾਲ ਇਹ ਚੀਜ਼ ਹੋਈ ਮੈਂ ਹਮੇਸ਼ਾ ਕਲਾਸ ਸੈਕਿੰਡ ਆਉਂਦੀ ਸੀ ਹਮੇਸ਼ਾ ਹੀ ਤੇ ਉਸੇ ਮੇਰਾ ਰਿਜ਼ਲਟ ਆਇਆ ਈਵਨਿੰਗ ਦੇ ਵਿੱਚ ਤੇ ਉਸ ਦਿਨ ਮੈਂ ਫਸਟ ਆਈ ਤੇ ਮੈਨੂੰ ਹੈਰਾਨ ਐਂ ਲੱਗਾ ਵੀ ਸ਼ਾਇਦ ਉਸ ਬਲੈਸਿੰਗ ਨੇ ਮੇਰੇ ਲਈ ਵਰਕ ਕੀਤਾ ਥੈਂਕ ਯੂ ਇਸ ਤੋਂ ਬਾਅਦ ਇਸ ਬਲੈਸਿੰਗਸ ਤੋਂ ਬਾਅਦ ਯੂ ਨੋ ਮਤਲਬ ਜਦੋਂ ਤੁਸੀਂ ਉਸ ਪਰਸਨ ਦੀ ਹੈਲਪ ਕੀਤੀ ਜੋ ਫੀਲ ਸੀ ਤੁਹਾਡਾ ਫੀਲ ਕੀ ਹੋਇਆ ਤੁਹਾਨੂੰ ਉਸ ਤੋਂ ਬਾਅਦ ਮਤਲਬ ਮੈਨੂੰ ਐਵੇਂ ਲੱਗਾ ਕਿ ਸ਼ਾਇਦ ਜੇ ਕਦੇ ਮੈਂ ਉਹ ਜੀ ਕੰਡੀਸ਼ਨ ਦੇ ਵਿੱਚ ਹੋਵਾਂ ਤੇ ਮੈਨੂੰ ਮਤਲਬ ਕਿਸ ਤਰ੍ਹਾਂ ਮੈਂ ਉਹਦੀ ਕੰਡੀਸ਼ਨ ਤੇ ਆਪਦੇ ਆਪ ਨੂੰ ਰੱਖ ਕੇ ਦੇਖਿਆ ਤਾਂ ਮਤਲਬ ਮੈਨੂੰ ਇਹ ਚੀਜ਼ ਲੱਗੀ ਵੀ ਅਸੀਂ ਵੀ ਕਿਤੇ ਨਾ ਕਿਤੇ ਜੇ ਮੈਨੂੰ ਲੋੜ ਪੈ ਜਾਏ ਤੇ ਕੋਈ ਮੇਰੀ ਮੇਰੇ ਨਾਲ ਏਦਾਂ ਬਿਹੇਵ ਕਰੇ ਤਾਂ ਮੈਨੂੰ ਕਿੰਨਾ ਜ਼ਿਆਦਾ ਬੁਰਾ ਲੱਗੂਗਾ ਤੇ ਜੇ ਇਹੋ ਜਿਹੀ ਸਿਚੁਏਸ਼ਨ 'ਚ ਕੋਈ ਮੇਰੀ ਹੈਲਪ ਕਰੂਗਾ ਤਾਂ ਮੈਨੂੰ ਕਿੰਨਾ ਜ਼ਿਆਦਾ ਮਤਲਬ ਉਹ ਬੰਦਾ ਰੱਬ ਦੇ ਰੂਪ ਦੇ ਵਿੱਚ ਹੀ ਲੱਗੂਗਾ ਜੇ ਸ਼ਾਇਦ ਮੈਂ ਉਹਦੀ ਥਾਂ ਤੇ ਹੁੰਦੀ ਤਾਂ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਕਿਉਂਕਿ ਸਾਰਿਆਂ 'ਚ ਪਰਮਾਤਮਾ ਹੀ ਵੱਸਦਾ ਇੱਕ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਫਾਈਨ ਫਾਈਨ ਥੈਂਕ ਯੂ ਵੈਰੀ ਮੱਚ ਅਮਨਦੀਪ ਕੌਰ ਜੀ ਸੋ ਤੁਸੀਂ ਸ਼ੇਅਰ ਕੀਤਾ ਕਿ ਜਿਹੜੀ ਕਿਸੇ ਪਰਸਨ ਨੂੰ ਵੇਖਿਆ ਐਂਡ ਯੂ ਨੋ ਤੁਸੀਂ ਆਪਣੇ ਆਪ ਨੂੰ ਉਸ ਪਰਸਨ ਦੀ ਜਗ੍ਹਾ ਤੇ ਰੱਖਿਆ ਤੇ ਤੁਸੀਂ ਉਸ ਪਰਸਨ ਦੀ ਜਿਹੜੀ ਸੀ ਉਹ ਮਦਦ ਕਰ ਪਾਏ ਐਂਡ ਕਿਤੇ ਨਾ ਕਿਤੇ ਯੂ ਨੋ ਤੁਹਾਡੇ ਅੰਦਰ ਜਿਹੜਾ ਬ੍ਰੇਨ ਦਾ ਜਿਹੜਾ ਸਾਡਾ ਇੱਕ ਸੈਂਟਰ ਆਫ ਪਲੇਜ਼ਰ ਹੁੰਦਾ ਉਹ ਲਾਈਟ ਅਪ ਹੋ ਗਿਆ ਐਂਡ ਯੂ ਰੀਅਲੀ ਫੈਲਟ ਵੈਰੀ ਨਾਈਸ ਸੋ ਸਾਡੇ ਨਾਲ ਇੱਕ ਹੋਰ ਵਿਊਅਰ ਹੈਗੇ ਨੇ ਸੰਦੀਪ ਕੌਰ ਸੋ ਮੈਂ ਰਿਕੁਐਸਟ ਕਰਾਂਗਾ ਹੋਸਟ ਨਵਨੀਤ ਸਰ ਨੂੰ ਕਿ ਪਲੀਜ਼ ਉਹ ਸੰਦੀਪ ਕੌਰ ਦਾ ਮਾਈਕ ਵੀ ਹੈ ਅਨਮਿਊਟ ਕਰ ਦੇਣ ਤਾਂ ਕਿ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਗੁੱਡ ਈਵਨਿੰਗ ਸਰ ਯਾ ਗੁੱਡ ਈਵਨਿੰਗ ਸਰ ਮੇਰੀ ਲਾਈਫ ਦਾ ਐਕਸਪੀਰੀਅੰਸ 27 ਜਨਵਰੀ 2019 ਦਾ ਕਿ ਸਾਡੇ ਪਿੰਡ ਕੈਂਪ ਲੱਗਿਆ ਸੀਗਾ 7 ਦਿਨਾਂ ਦਾ ਕੈਂਪ ਸੀਗਾ ਤਾਂ ਉੱਥੇ ਅੰਮ੍ਰਿਤ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਣਾ ਸੀਗਾ ਉਹਨਾਂ ਨੂੰ ਮਤਲਬ ਕਕਾਰ ਫ੍ਰੀ ਦਿੱਤੇ ਜਾਣੇ ਸੀਗੇ 4 ਕਕਾਰ ਠੀਕ ਹੈ 3 ਕਕਾਰ ਸੋਰੀ ਤਾਂ ਸਰ ਮੈਨੂੰ ਨੀ ਪਤਾ ਸੀਗਾ ਕਿ ਸ਼ਾਇਦ ਉਹ ਕਕਾਰ ਮਤਲਬ ਫ੍ਰੀ ਦਿੱਤੇ ਜਾਣਗੇ ਮੈਨੂੰ ਨੀ ਮੇਰਾ ਅੰਮ੍ਰਿਤ ਛਕਿਆ ਹੋਇਆ ਸੀਗਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਹਨਾਂ ਨੇ ਆਪਣੀ ਮਤਲਬ ਆਪਦੀ ਸ਼ਰਧਾ ਅਨੁਸਾਰ ਜਿਹੜੇ ਮਤਲਬ ਭੇਟ ਕਰਨੇ ਸੀਗੇ ਤਾਂ ਮੈਂ ਉੱਥੇ ਮਤਲਬ 200 ਰੁਪਏ ਮੈਂ ਆਪਣੇ ਮੰਮਾ ਤੋਂ ਮੰਗੇ ਤਾਂ ਮੈਂ ਭੇਟ ਕਰਨ ਲੱਗੀ ਤਾਂ ਇੱਕ ਗਿਆਨੀ ਪ੍ਰੇਮ ਸਿੰਘ ਜੀ ਜਿਹੜੀ ਕੈਨੇਡੀਅਨ ਸਿੱਖ ਸੁਸਾਇਟੀ ਵੱਲੋਂ ਉਹਨਾਂ ਨੇ ਕੈਂਪ ਲਗਾਇਆ ਸੀਗਾ ਤਾਂ ਉਹ ਉੱਥੇ ਆਏ ਹੋਏ ਸੀਗੇ ਮਤਲਬ ਉਹਨਾਂ ਨੇ ਮੈਨੂੰ ਅੰਮ੍ਰਿਤ ਛਕਾਇਆ ਸੀਗਾ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਬੇਟਾ ਤੁਸੀਂ ਅੰਮ੍ਰਿਤ ਛਕੋ ਕਿਉਂਕਿ ਮੈਨੂੰ ਕਵਿਸ਼ਰੀ ਦਾ ਬਹੁਤ ਸ਼ੌਂਕ ਸੀ ਤਾਂ ਉਹ ਸਾਡੇ ਸਕੂਲ ਦੇ ਵਿੱਚ ਜਦੋਂ ਆਏ ਸੀ ਤਾਂ ਉਹਨਾਂ ਨੇ ਮੈਨੂੰ ਕਵਿਸ਼ਰੀ ਗਾਉਂਦਿਆਂ ਦੇਖਿਆ ਸੀਗਾ ਤੇ ਉਹਨਾਂ ਨੇ ਮੇਰੀ ਵੀਡੀਓ ਜਦੋਂ ਉਹ ਸਾਡੇ ਘਰ ਆਏ ਤਾਂ ਸਾਡੇ ਘਰ ਆ ਕੇ ਦਿਖਾਈ ਉਹਨਾਂ ਨੇ ਵੀਡੀਓ ਕਿ ਤੁਸੀਂ ਬੱਚੇ ਨੂੰ ਅੰਮ੍ਰਿਤ ਛਕਾਓ ਕਿ ਤੁਹਾਡਾ ਬੱਚਾ ਇੰਨਾ ਟੈਲੈਂਟਡ ਆ ਤਾਂ ਸਰ ਮੈਂ ਅੰਮ੍ਰਿਤ ਛਕਿਆ ਤਾਂ ਉਦੋਂ ਮੈਨੂੰ ਉਹਨਾਂ ਨੇ ਇਹ ਚੀਜ਼ ਕਹੀ ਕਿ ਜੇ ਬੱਚਾ ਇਹ ਮਤਲਬ ਜਦੋਂ ਮੈਂ ਸ਼੍ਰੀ ਸਾਹਿਬ ਲੈਣਾ ਸੀਗਾ ਤਾਂ ਉਹਨਾਂ ਨੇ ਮੈਨੂੰ ਇਹ ਚੀਜ਼ ਕਹੀ ਕਿ ਜੇ ਬੱਚਾ ਜਾਨ ਵੀ ਮੰਗੇ ਤਾਂ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ ਤਾਂ ਮੈਨੂੰ ਮਤਲਬ ਇੰਨਾ ਕੁ ਜ਼ਿਆਦਾ ਵਧੀਆ ਫੀਲ ਹੋਇਆ ਕਿ ਇੱਕ ਪਰਮਾਤਮਾ ਨੇ ਜਿਹੜਾ ਮੈਨੂੰ ਗੁਣ ਦਿੱਤਾ ਤਾਂ ਉਹਦੇ ਕਰਕੇ ਕਿਸੇ ਤੋਂ ਮੈਂ ਇੰਨੀ ਮਤਲਬ ਆਪਦੀ ਕਰਵਾ ਰਹੀ ਹਾਂ ਮਤਲਬ ਮੇਰੀ ਤਾਰੀਫ ਕਰ ਰਹੇ ਨੇ ਉਹ ਤਾਂ ਮੈਨੂੰ ਉਦੋਂ ਬਹੁਤ ਵਧੀਆ ਫੀਲ ਹੋਇਆ ਕਿ ਜਦੋਂ ਉਹਨਾਂ ਨੇ ਮੇਰੀ ਤਾਰੀਫ ਕੀਤੀ ਠੀਕ ਹੈ ਗੁੱਡ ਚਲੋ ਥੈਂਕ ਯੂ ਵੈਰੀ ਮਚ ਸੰਦੀਪ ਕੌਰ
थैंक यू थैंक सो ਆਪਾਂ ਐਮਪਥੀ ਨੂੰ ਥੋੜਾ ਸਮਝ ਲਿਆ ਕਿ ਐਮਪਥੀ ਥੋੜੇ ਘੱਟ ਹੋਣ ਦੇ ਕੀ ਰੀਜ਼ਨ ਹੋ ਸਕਦੇ ਆ ਕੀ ਵਜ੍ਹਾ ਹੋ ਸਕਦੀਆਂ ਸਾਡੀ ਸੋਸਾਇਟੀ ਦੇ ਵਿੱਚ ਜੇ ਆਮ ਉਹਦੀ ਵਜ੍ਹਾ ਨਾਲ ਅਸੀਂ ਥੋੜੇ ਇਨਫਲੂਐਂਸਡ ਹੋ ਜਾਂਦੇ ਹਾਂ ਹੁਣ ਐਮਪਥੀ ਅਗਰ ਆਪਾਂ ਕਰਦੇ ਹਾਂ ਉਹਦਾ ਇੱਕ ਐਡਵਾਂਟੇਜ ਤਾਂ ਆਪਾਂ ਅਮਨਦੀਪ ਕੌਰ ਜੀ ਕੋਲੋਂ ਐਂਡ ਉਹਨਾਂ ਕੋਲੋਂ ਆਪਾਂ ਸਿੱਖ ਮਤਲਬ ਸੁਣ ਹੀ ਲਿਆ ਸਮਝ ਲਿਆ ਕੀ ਐਡਵਾਂਟੇਜ ਹੋ ਸਕਦਾ ਥੋੜੇ ਦੇਰ ਆਪਾਂ ਐਡਵਾਂਟੇਜ ਡਿਸਕਸ਼ਨ ਕਰਦੇ ਹਾਂ ਕਿ ਐਮਪਥੀ ਦੇ ਨਾਲ ਸਾਡੇ ਹੈਲਥ ਬੈਨੀਫਿਟਸ ਹੁੰਦੇ ਆ ਕੀ ਤੁਸੀਂ ਵਨ ਵਰਡ ਜਾਂ ਦੋ ਵਰਡ ਚ ਮੈਨੂੰ ਇਹ ਚੈਟ ਬਾਕਸ ਲੈ ਕੇ ਦੱਸ ਸਕਦੇ ਹੋ ਕਿ ਇਹਦੇ ਨਾਲ ਹੈਲਥ ਬੈਨੀਫਿਟਸ ਕੀ ਹੋ ਸਕਦੇ ਆ ਐਮਪਥੀ ਦੇ ਨਾਲ ਐਮਪਥੀ ਦਿਖਾਉਣ ਦੇ ਨਾਲ ਕੀ ਹੈਲਥ ਬੈਨੀਫਿਟ ਹੋ ਸਕਦਾ ਇਹਦੇ ਨਾਲ ਸਾਡਾ ਫਿਜ਼ੀਕਲੀ ਅਸੀਂ ਕਿੱਦਾਂ ਸਟਰੋਂਗ ਹੋ ਸਕਦੇ ਹਾਂ ਜਾਂ ਮੈਂਟਲੀ ਅਸੀਂ ਕਿੱਦਾਂ ਸਟਰੋਂਗ ਹੋ ਸਕਦੇ ਹਾਂ ਕੋਈ ਵੀ ਤੁਸੀਂ ਮੈਂਟਲੀ ਹੈਲਥੀ ਆਪਾਂ ਕਿੱਦਾਂ ਹੋ ਸਕਦੇ ਹਾਂ ਹੈਲਥ ਬੈਨੀਫਿਟ ਕਿੱਦਾਂ ਹੋ ਸਕਦਾ ਕੋਈ ਵੀ ਇੱਕ ਇੱਕ ਦੋ ਦੋ ਵਰਡ ਚ ਅਗਰ ਤੁਸੀਂ ਦੱਸਣਾ ਚਾਹੋ ਹੈਪੀਨੈਸ ਆਫ ਮਾਇੰਡ ਵੈਰੀ ਗੁੱਡ ਐਮਪਥੀ ਦੇ ਨਾਲ ਹੈਪੀਨੈਸ ਆਫ ਮਾਇੰਡ ਹੈ ਪਲੇਜ਼ਰ ਮਿਲਦਾ ਹੈ ਵੈਰੀ ਗੁੱਡ ਮੈਂਟਲ ਪੀਸ ਮਿਲਦੀ ਹੈ ਐਕਸੀਲੈਂਟ ਗੁੱਡ ਫੀਲਿੰਗਸ ਵੈਰੀ ਗੁੱਡ ਚੇਂਜ ਇਨ ਬਿਹੇਵੀਅਰ ਆ ਜਾਂਦਾ ਹੈ ਐਕਸੀਲੈਂਟ ਵੈਰੀ ਗੁੱਡ ਐਕਸੀਲੈਂਟ 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 ਸੋ ਬੇਸਿਕਲੀ ਸੈਟਿਸਫੈਕਸ਼ਨ ਮਿਲਦੀ ਹੈ ਸੋ ਬੇਸਿਕਲੀ ਜਦੋਂ ਆਪਾਂ ਐਮਪਥੀ ਸ਼ੋ ਕਰਦੇ ਹਾਂ ਮਤਲਬ ਐਮਪਥੀ ਜਦੋਂ ਸਾਡੇ ਇੱਥੋਂ ਨਿਕਲਦੀ ਹੈ ਸਾਡੇ ਦਿਮਾਗ 'ਚ ਜਦੋਂ ਐਮਪਥੀ ਆਪਾਂ ਸੋਚਦੇ ਹਾਂ ਕਿਸੇ ਪਰਸਨ ਨੂੰ ਲੈ ਕੇ ਤਾਂ ਸਾਡੀਆਂ ਇੰਨੀਆਂ ਸਾਰੀਆਂ ਪੋਜ਼ਿਟਿਵ ਵਾਈਬ ਸਾਡੀ ਬੋਡੀ ਦੇ ਵਿੱਚ ਇਹਨੂੰ ਨਿਕਲਦੀਆਂ ਨੇ ਯੂ ਨੋ ਹਾਰਮੋਨਸ ਹੁੰਦੇ ਆ ਕੈਮੀਕਲ ਰਿਐਕਸ਼ਨਸ ਹੁੰਦੇ ਆ ਬੋਡੀ ਦੇ ਵਿੱਚ ਉਹਦੇ ਨਾਲ ਸਾਡੇ ਸਟ੍ਰੈਸ ਜਿਹੜੀਆਂ ਹੁੰਦੀਆਂ ਜਿੰਨੀਆਂ ਵੀ ਨੈਗੇਟਿਵ ਫੀਲਿੰਗਸ ਹੈਗੀਆਂ ਸਟ੍ਰੈਸ ਐਂਜਾਇਟੀਜ਼ ਡਿਪਰੈਸ਼ਨ ਉਹ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਚੋਂ ਬਾਹਰ ਨਿਕਲ ਜਾਂਦੀਆਂ ਤੇ ਉਹਦੇ ਨਾਲ ਕੀ ਹੋਏਗਾ ਜਦੋਂ ਕੋਈ ਵੀ ਨੈਗੇਟਿਵ ਇਮੋਸ਼ਨਸ ਹੀ ਨਹੀਂ ਰਹਿਣਗੇ ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਬੜਾ ਹੈਲਥੀ ਰਹੇਗਾ ਸਾਡਾ ਜਿਹੜਾ ਮਨ ਹੈ ਬੜਾ ਖੁਸ਼ ਰਹੇਗਾ ਤਾਂ ਖੁਸ਼ ਰਹੇਗਾ ਤਾਂ ਸਾਡੀ ਜਿਹੜੀ ਬੋਡੀ ਹੈ ਉਹ ਨੈਚੁਰਲੀ ਬੜਾ ਵਧੀਆ ਕੰਮ ਕਰੇਗੀ ਉਹਦੇ ਨਾਲ ਸਾਡੀ ਜਿਹੜੀ ਹੈਲਥ ਹੈ ਉਹ ਬੜੀ ਵਧੀਆ ਰਹੇਗੀ ਸੋ ਐਮਪਥੀ ਦਿਖਾਉਣ ਦੇ ਨਾਲ ਐਮਪਥੀ ਕਰਨ ਦੇ ਨਾਲ ਸਾਡਾ ਸਭ ਤੋਂ ਜਿਹੜਾ ਪਹਿਲਾ ਔਰ ਸਭ ਤੋਂ ਵੱਡਾ ਬੈਨੀਫਿਟ ਹੈ ਉਹ ਹੈ ਸਾਡੀ ਹੈਲਥ ਸਾਡੀ ਹੈਲਥ ਬੜੀ ਵਧੀਆ ਜਿਹੜੀ ਹੈ ਉਹ ਅਸੀਂ ਮੇਨਟੇਨ ਕਰ ਸਕਦੇ ਹਾਂ ਦੂਜਾ ਇਹ ਸਾਡੀ ਕਮਿਊਨੀਕੇਸ਼ਨ ਸਕਿੱਲਸ ਨੂੰ ਇੰਪਰੂਵ ਕਰਦੀ ਹੈ ਹੁਣ ਐਮਪਥੀ ਕਮਿਊਨੀਕੇਸ਼ਨ ਸਕਿੱਲਸ ਨੂੰ ਕਿੱਦਾਂ ਇੰਪਰੂਵ ਕਰਦੀ ਹੈ ਕਿ ਅਸੀਂ ਐਮਪਥੀ ਦੇ ਦੌਰਾਨ ਅਸੀਂ ਆਪਣੇ ਆਪ ਨੂੰ ਕੋਈ ਦੂਸਰੇ ਪਰਸਨ ਦੀ ਫੀਲਿੰਗਸ ਨੂੰ ਸਮਝਣਾ ਹੈ ਅਸੀਂ ਉਹਦੀਆਂ ਅੱਖਾਂ ਦੇ ਨਾਲ ਦੁਨੀਆਂ ਨੂੰ ਦੇਖਣਾ ਹੈ ਜਦੋਂ ਆਪਾਂ ਉਹਦੇ ਨਜ਼ਰੀਏ ਦੇ ਨਾਲ ਅਸੀਂ ਕਿਸੇ ਦੁਨੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਉਹਦੇ ਨਜ਼ਰੀਏ ਦੇ ਨਾਲ ਹੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਡਾ ਹੈ ਕਮਿਊਨੀਕੇਸ਼ਨ ਬੜਾ ਵਧੀਆ ਹੋ ਜਾਏਗਾ ਜਿਵੇਂ ਫੋਰ ਐਗਜ਼ਾਮਪਲ ਫੁੱਟਬਾਲ ਦਾ ਮੈਚ ਚੱਲ ਰਿਹਾ ਕ੍ਰਿਕਟ ਦਾ ਅਗਰ ਮੈਚ ਚੱਲ ਰਿਹਾ ਦੋ ਰਨਰ ਨੇ ਆਪਸ ਦੇ ਵਿੱਚ ਉਹ ਅਗਰ ਆਪਣੇ ਆਪ ਨੂੰ ਜ਼ਿਆਦਾ ਸਕੋਰ ਬਣਾ ਉਦੋਂ ਹੀ ਸਕਦੇ ਨੇ ਜਦੋਂ ਉਹਨਾਂ ਦੇ ਵਿੱਚ ਆਪਸ 'ਚ ਕਮਿਊਨੀਕੇਸ਼ਨ ਬੜਾ ਅੱਛਾ ਹੈ ਔਰ ਕਮਿਊਨੀਕੇਸ਼ਨ ਕਿੱਦਾਂ ਹੋਏਗਾ ਕਿ ਜਦੋਂ ਸਪੋਜ਼ ਉਹਨਾਂ ਨੇ ਕੋਈ ਬਾਉਂਡਰੀ ਵੱਲ ਹਿੱਟ ਕਰਤਾ ਉਹਨਾਂ ਨੇ ਟੂ ਰਨਸ ਲੈਣੇ ਆ ਥ੍ਰੀ ਰਨਸ ਲੈਣੇ ਆ ਉਦੋਂ ਹੀ ਲੈ ਪਾਣਗੇ ਜਦੋਂ ਉਹਨਾਂ ਦੇ ਵਿੱਚ ਅੱਛਾ ਕਮਿਊਨੀਕੇਸ਼ਨ ਸਕਿੱਲਸ ਹੋਏਗਾ ਸੋ ਐਮਪਥੀ ਦੇ ਨਾਲ ਸਾਡੇ ਅੰਦਰ ਜਿਹੜਾ ਕਮਿਊਨੀਕੇਸ਼ਨ ਸਕਿੱਲਸ ਆ ਸਾਡੀਆਂ ਉਹ ਇਨਹੈਂਸ ਹੁੰਦੀਆਂ ਐਮਪਥੀ ਦੇ ਨਾਲ ਜਿਹੜੀ ਨੈਗੇਟਿਵਿਟੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਸਪੈਸ਼ਲੀ ਓਲਡ ਟਾਈਮਸ ਦੇ ਦੌਰਾਨ ਜਿਵੇਂ ਕਿ ਆ ਹੁਣ ਟਾਈਮ ਚੱਲ ਰਿਹਾ ਹੈ ਜਿਹਦੇ ਵਿੱਚ ਹੁਣ ਸਿਚੁਏਸ਼ਨ ਕਾਫੀ ਬੈਟਰ ਹੈ ਇਸ ਤੋਂ ਪਹਿਲਾਂ ਜਦੋਂ ਇਨੀਸ਼ੀਅਲੀ ਲੋਕਡਾਊਨ ਹੋਏ ਸੀ ਤਾਂ ਬਹੁਤ ਪ੍ਰੋਬਲਮ ਸੀ ਲੇਬਰ ਦੀ ਪ੍ਰੋਬਲਮ ਸੀ ਖਾਣਾ ਨਹੀਂ ਮਿਲ ਪਾ ਰਿਹਾ ਸੀ ਆਉਣ ਜਾਣ ਦੀ ਲੋਕਾਂ ਨੂੰ ਸਮੱਸਿਆ ਸੀਗੀ ਤੇ ਉਹਦੇ ਵਿੱਚ ਕੀ ਹੈ ਕਿ ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ ਉਸ ਟਾਈਮ ਦੇ ਵਿੱਚ ਜਿਹੜੇ ਲੋਕਾਂ ਨੇ ਐਮਪਥੀ ਦਿਖਾਈ ਉਹਦੇ ਨਾਲ ਕੀ ਹੋਇਆ ਨੈਗੇਟਿਵਿਟੀ ਘੱਟ ਹੋ ਗਈ ਥੋੜ੍ਹੀ ਔਰ ਇਹਦੇ ਵਿੱਚ ਕਿੰਨੇ ਹੀ ਸਾਡੇ ਐਸੇ ਐਨ ਜੀ ਓ ਸੀ ਜਿਹੜੇ ਅੱਗੇ ਆਏ ਆਪਣੇ ਉਹਨਾਂ ਨੇ ਫਰੰਟ ਤੇ ਆ ਕੇ ਕੰਮ ਕੀਤਾ ਲੋਕਾਂ ਦੀ ਹੈਲਪ ਕੀਤੀ ਕਿਸੇ ਨੂੰ ਟਰਾਂਸਪੋਰਟ ਕਰਨਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਥੇ ਟਰਾਂਸਪੋਰਟ ਕੀਤਾ ਕਿਸੇ ਜਗ੍ਹਾ ਲੰਗਰ ਲਗਾਉਣੇ ਸੀ ਲੰਗਰ ਲਗਾਏ ਗਏ ਤਾਂ ਕਿ ਕੋਈ ਵੀ ਜਿਹੜੇ ਪਰਸਨ ਹੈਗੇ ਆ ਉਹ ਇਸ ਚੀਜ਼ ਤੋਂ ਦੁਖੀ ਹੋ ਕੇ ਜ਼ਿਆਦਾ ਪਰੇਸ਼ਾਨ ਨਾ ਹੋਣ ਤੇ ਇਹਦੇ ਨਾਲ ਜਿਹੜੀ ਨੈਗੇਟਿਵਿਟੀ ਹੈ ਇਸ ਟਾਈਮ ਦੇ ਦੌਰਾਨ ਉਹ ਬਹੁਤ ਘਟੀ ਸੀ ਕਿਉਂਕਿ ਐਮਪਥੀ ਹੈ ਤਾਂ ਅਸੀਂ ਦੂਸਰੇ ਪਰਸਨ ਦੀ ਮੁਸੀਬਤ ਨੂੰ ਦੁੱਖ ਨੂੰ ਅਸੀਂ ਫੀਲ ਕਰ ਸਕਦੇ ਹਾਂ ਤਾਂ ਅਸੀਂ ਬਿਲਕੁਲ ਓਦਾਂ ਹੀ ਰਿਸਪੋਂਸ ਕਰ ਸਕਦੇ ਹਾਂ ਜਿਹਦੇ ਨਾਲ ਉਹਦੇ ਜਿਹੜੇ ਦੁੱਖ ਤਕਲੀਫ ਹੈ ਉਹ ਘੱਟ ਹੋ ਜਾਣ ਆਰਟ ਆਫ ਲਿਵਿੰਗ ਇੱਕ ਐਮਪਥੀ ਇੱਕ ਆਰਟ ਆਫ ਲਿਵਿੰਗ ਵੀ ਹੈ ਕਿ ਅਗਰ ਅਸੀਂ ਦੂਸਰੇ ਪਰਸਨ ਦੇ ਪੁਆਇੰਟ ਆਫ ਵਿਊ ਨੂੰ ਸਮਝਣਾ ਸ਼ੁਰੂ ਕਰਤਾ ਤੇ ਉਹਦੇ ਨਾਲ ਸਾਡਾ ਜਿਹੜਾ ਜੀਵਨ ਦਾ ਜਿਹੜਾ ਢੰਗ ਹੈ ਉਹ ਬਿਲਕੁਲ ਅਲੱਗ ਹੋ ਗਿਆ ਸਾਡੀ ਜਿਹੜੀ ਜ਼ਿੰਦਗੀ ਚੋਂ ਹੈ ਨੈਗੇਟਿਵਿਟੀ ਉਹ ਵੈਸੇ ਹੀ ਖਤਮ ਹੋ ਜਾਏਗੀ ਫੋਰ ਐਗਜ਼ਾਮਪਲ ਮੈਂ ਆਪਣਾ ਐਗਜ਼ਾਮਪਲ ਦੇਣਾ ਕਿ ਅਸੀਂ ਆਫਿਸ 'ਚ ਬੈਠੇ ਹੁੰਦੇ ਹਾਂ ਅਸੀਂ ਕਈ ਵਾਰੀ ਟੀਚਰਸ ਨੂੰ ਕੋਈ ਟਾਰਗੇਟ ਦਿੱਤੇ ਹੁੰਦੇ ਕਿ ਜੀ ਤੁਸੀਂ ਇਸ ਤਰੀਕ ਤੱਕ ਜਿਹੜਾ ਇਹ ਕੰਮ ਹੈ ਪੂਰਾ ਕਰਕੇ ਲੈ ਕੇ ਆਉਣਾ ਅਗਰ ਕੋਈ ਪਰਸਨ ਉਸ ਤਰੀਕ ਤੱਕ ਕੰਮ ਪੂਰਾ ਨਹੀਂ ਕਰਕੇ ਲੈ ਕੇ ਆ ਪਾਇਆ ਸੋ ਉਹਨੂੰ
ਡਾਂਟਣ ਦੀ ਵਜ੍ਹਾ ਜਾਂ ਕੋਈ ਬੱਚਾ ਆਇਆ ਕਿਸੇ ਸਟੂਡੈਂਟ ਨੂੰ ਹੋਮਵਰਕ ਮਿਲਿਆ ਹੋਇਆ ਕਿ ਹੋਮਵਰਕ ਉਸ ਡੇਟ ਤੱਕ ਕੰਮ ਹੋ ਜਾਣਾ ਚਾਹੀਦਾ, ਉਦੋਂ ਤੱਕ ਅਗਰ ਸਪੋਜ਼ ਬੱਚਾ ਕੰਮ ਨਹੀਂ ਕਰ ਪਾਇਆ ਤਾਂ ਸਿੱਧਾ ਉਹਨੂੰ ਸਕੋਲਡ ਕਰਨ ਦੀ ਬਜਾਏ, ਉਹਨੂੰ ਚੈਡ ਕਰਨ ਦੀ ਬਜਾਏ ਵੀ ਟਰਾਈ ਟੂ ਨੋ ਕਿ ਵਟ ਇਜ਼ ਦਾ ਰੀਜ਼ਨ ਬਿਹਾਈਂਡ ਇਟ, ਉਹਦਾ ਰੀਜ਼ਨ ਕੀ ਹੈ ਕਿ ਉਹ ਬੱਚਾ ਕੰਮ ਕਿਉਂ ਨਹੀਂ ਕਰ ਪਾਇਆ. ਅਸੀਂ ਉਸ ਰੀਜ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਤੋਂ ਬਾਅਦ ਹੀ ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ ਕਿ ਠੀਕ ਹੈ ਇਹ ਜਿਹੜਾ ਕੰਮ ਹੈ ਏਦਾਂ ਨਹੀਂ ਹੋ ਪਾਇਆ, ਲੇਕਿਨ ਇਹ ਚੀਜ਼ ਤੁਹਾਨੂੰ ਹੁਣ ਮਿਲ ਰਹੀ ਹੈ, ਚਾਂਸ ਮਿਲ ਰਿਹਾ, ਬਟ ਇਸ ਕੰਮ ਨੂੰ ਜ਼ਰੂਰ ਕਰ ਲਿਆ ਜਾਏ. ਸੋ ਐਮਪਤੀ ਜੋ ਹੈ ਉਹ ਸਾਡਾ ਇੱਕ ਆਰਟ ਆਫ ਲਿਵਿੰਗ ਹੈ, ਜਿਹੜੀਆਂ ਸਾਡੀਆਂ ਡੇ ਟੂ ਡੇ ਦੀ ਸਮੱਸਿਆਵਾਂ ਨੂੰ ਬੜੀ ਈਜ਼ੀ ਤਰੀਕੇ ਨਾਲ ਉਹ ਸੋਲਵ ਕਰ ਦਿੰਦੀ ਹੈ. ਹੁਣ ਇੱਕ ਸਾਨੂੰ ਇਹ ਪਤਾ ਹੈ ਕਿ ਸਾਨੂੰ ਜਿਹੜਾ ਹੈ ਐਮਫੈਥੈਟਿਕ ਬਿਹੇਵੀਅਰ ਸਾਡਾ ਹੋਣਾ ਚਾਹੀਦਾ. ਸਾਨੂੰ ਪਤਾ ਹੈ ਕਿ ਉਹ ਪਰਸਨ ਜਿਹੜਾ ਹੈ ਮੁਸੀਬਤ 'ਚ ਹੈ, ਉਹਦੀ ਜਿਹੜੀ ਹੈਲਪ ਹੈ ਹੋ ਜਾਣੀ ਚਾਹੀਦੀ ਹੈ, ਲੇਕਿਨ ਅਸੀਂ ਕਿਤੇ ਨਾ ਕਿਤੇ ਰੁਕ ਜਾਂਦੇ ਹਾਂ ਕਿ ਐਮਪਤੀ ਜਿਹੜੀ ਹੈ ਉਹ ਸਕਿੱਲ ਡਿਵੈਲਪ ਕਿੱਦਾਂ ਕਰ ਰਹੀ ਹੈ, ਕਿਉਂਕਿ ਇਹ ਸਕਿੱਲ ਹੈ, ਇਹ ਸਾਡੀ ਇੱਕ ਐਬਿਲਿਟੀ ਹੈ, ਐਕਸਪਰਟੀਜ਼ ਹੈ, ਅਸੀਂ ਆਪਣੀ ਐਕਸਪਰਟੀਜ਼ ਬਣਾ ਸਕਦੇ ਹਾਂ, ਅਸੀਂ ਇਹਨੂੰ ਲੈ ਕੇ ਅੱਗੇ ਵੱਧ ਸਕਦੇ ਹਾਂ. ਉਹ ਸਕਿੱਲ ਨੂੰ ਕਿੱਦਾਂ ਡਿਵੈਲਪ ਕੀਤੀਆਂ ਜਾਣ, ਹੁਣ ਆਪਾਂ ਥੋੜ੍ਹਾ ਜਿਹਾ ਉਹਦੇ ਬਾਰੇ ਡਿਸਕਸ਼ਨ ਕਰਾਂਗੇ, ਜਿਹੜਾ ਕਿ ਇਸ ਇੰਟਰੈਕਟਿਵ ਸੈਸ਼ਨ ਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੈ. ਸੋ ਵੀ ਵਿਲ ਡਿਸਕਸ ਹਾਊ ਕੈਨ ਵੀ ਇਨਹੈਂਸ ਐਮਪਤੀ ਐਜ ਲਾਈਫ ਸਕਿੱਲਸ. ਸਭ ਤੋਂ ਪਹਿਲਾਂ ਅੰਡਰਸਟੈਂਡ ਅਦਰਸ ਐਂਡ ਦੇਅਰ ਪਰਸਪੈਕਟਿਵ. ਜਦੋਂ ਆਪਾਂ ਕਿਸੇ ਦੂਸਰੇ ਪਰਸਨ ਦੇ ਪਰਸਪੈਕਟਿਵ ਨੂੰ ਸਮਝਣਾ ਸ਼ੁਰੂ ਕਰ ਦਾਂਗੇ ਤੇ ਉਦੋਂ ਜਿਹੜੀ ਸਾਡੀ ਐਮਪਤੀ ਹੈ ਆਟੋਮੈਟਿਕਲੀ ਸਾਡੀ ਜਿਹੜੀ ਹੈ ਉਹ ਵੱਧ ਜਾਏਗੀ. ਐਮਪਤੀ ਸਾਡੀ ਸਕਿੱਲ ਹੈ, ਉਹ ਸਾਹਮਣੇ ਨਜ਼ਰ ਆ ਜਾਏਗੀ ਕਿ ਜਦੋਂ ਮੈਂ ਆਪਣੇ ਆਪ ਨੂੰ ਨਹੀਂ, ਮੈਂ ਕਿਸੇ ਦੂਸਰੇ ਪਰਸਨ ਦੀ ਨਜ਼ਰਾਂ ਤੋਂ ਕੋਈ ਦੁਨੀਆਂ ਨੂੰ ਦੇਖ ਰਿਹਾ ਹਾਂ. ਜਿਵੇਂ ਕਿ ਇੱਕ ਵਾਰੀ ਕਿ ਇੱਕ ਪ੍ਰੋਫੈਸਰ ਆਪਣੇ ਸਟੂਡੈਂਟ ਦੇ ਨਾਲ ਜਾ ਰਹੇ ਸੀ, ਰੋਡ ਦੇ ਉੱਪਰ ਜਾ ਰਹੇ ਸੀ, ਤੇ ਉਹਨਾਂ ਨੇ ਦੇਖਿਆ ਕਿ ਰੋਡ ਦੇ ਸਾਈਡ ਤੇ ਗੱਲਾਂ ਕਰਦੇ ਹੋਏ ਜਾ ਰਹੇ ਸੀ, ਉਹਨਾਂ ਨੇ ਦੇਖਿਆ ਸਾਈਡ ਤੇ ਦੋ ਸ਼ੂਜ਼ ਦੇ ਜੋੜੇ ਪਏ ਹੋਏ ਆ. ਇੱਕ ਸ਼ੂਜ਼ ਦਾ ਜੋੜਾ ਪਿਆ ਹੋਇਆ ਸੀ ਐਂਡ ਨਾਲ ਹੀ ਉਹਦੇ ਕੋਟ ਪਿਆ ਹੋਇਆ ਸੀ, ਤੇ ਉਹਨਾਂ ਨੂੰ ਲੱਗੇ ਕਿ ਪਤਾ ਨੀ ਕੌਣ ਇੱਥੇ ਪਰਸਨ ਛੱਡ ਗਿਆ. ਤੇ ਜਿਹੜਾ ਨਾਲ ਸਟੂਡੈਂਟ ਸੀ ਉਹਨੇ ਕਿੱਦਾਂ ਕਰਦੇ ਆ ਜੀ, ਆਪਾਂ ਪ੍ਰੋਫੈਸਰ ਆਪਾਂ ਇਹਦੇ ਸ਼ੂਜ਼ ਨੇ ਲੁਕੋ ਦਿੰਦੇ ਹਾਂ ਤੇ ਜਦੋਂ ਪਰਸਨ ਆਏਗਾ ਦੇਖਾਂਗੇ ਵੀ ਇਹ ਯੂਨੋ ਕੀ ਕਿੱਦਾਂ ਰਿਐਕਟ ਕਰੇਗਾ, ਉਹ ਕੀ ਕਰੇਗਾ. ਨਾਲ ਪ੍ਰੋਫੈਸਰ ਸੀ ਕਹਿੰਦਾ ਕਿ ਇਹਦੇ ਨਾਲ ਤਾਂ ਮੈਨੂੰ ਲੱਗਦਾ ਕਿ ਉਹ ਬੰਦਾ ਪਰੇਸ਼ਾਨ ਤੰਗ ਹੀ ਹੋਏਗਾ, ਕਿਉਂ ਨਾ ਆਪਾਂ ਇਹਦਾ ਰਿਐਕਸ਼ਨ ਹੀ ਦੇਖਣਾ, ਆਪਾਂ ਇੱਕ ਦੂਜੇ ਤਰੀਕੇ ਨਾਲ ਰਿਐਕਸ਼ਨ ਦੇਖ ਲੈਂਦੇ ਹਾਂ ਇਹਦਾ. ਆਪਾਂ ਇੱਦਾਂ ਕਰਦੇ ਹਾਂ, ਆਪਾਂ ਉਹਦੇ ਸ਼ੂਜ਼ ਦੇ ਵਿੱਚ ਇੱਕ ਇੱਕ ਸਿੱਕਾ ਪਾ ਦਿੰਦੇ ਹਾਂ ਸੋਨੇ ਦਾ. ਆਪਾਂ ਉਹਦੇ ਸ਼ੂਜ਼ ਦੇ ਵਿੱਚ ਇੱਕ ਇੱਕ ਸੋਨੇ ਦਾ ਸਿੱਕਾ ਪਾ ਦਿੰਦੇ ਹਾਂ, ਫਿਰ ਦੇਖ ਲੈਂਦੇ ਹਾਂ ਰਿਐਕਸ਼ਨ ਕਿੱਦਾਂ ਦਾ ਹੋਏਗਾ. ਚਲੋ ਜੀ, ਉਹ ਪਰਸਨ ਜਦੋਂ ਆਇਆ, ਯੂਨੋ ਸ਼ਾਮ ਦਾ ਟਾਈਮ ਸੀ, ਦੇਖਿਆ ਉਹ ਪਰਸਨ ਨੇ ਜਦੋਂ ਆ ਕੇ ਆਪਣਾ ਕੋਟ ਵਗੈਰਾ ਪਾਇਆ ਤੇ ਨੀਚੇ ਜਦੋਂ ਸ਼ੂਜ਼ ਚ ਇੱਕ ਪੈਰ ਪਾਇਆ ਤੇ ਉਹਨੇ ਦੇਖਿਆ ਕਿ ਅੱਗੇ ਸਿੱਕਾ ਪਿਆ ਹੋਇਆ. ਉਹਨੇ ਕੱਢਿਆ ਬਾਹਰ ਤੇ ਸਿੱਕਾ ਸੀ ਸਾਹਮਣੇ, ਤੇ ਸਿੱਕਾ ਉਹ ਦੇਖ ਕੇ ਯੂਨੋ ਖੁਸ਼ ਹੋਇਆ, ਥੋੜਾ ਜਿਹਾ ਪ੍ਰਸੰਨ ਹੋ ਗਿਆ. ਤੇ ਫਿਰ ਜਦੋਂ ਉਹਨੇ ਦੂਜਾ ਪੈਰ ਵੀ ਆਪਣੇ ਸ਼ੂਜ਼ ਦੇ ਵਿੱਚ ਪਾਇਆ ਤੇ ਉੱਥੋਂ ਫਿਰ ਇੱਕ ਹੋਰ ਸਿੱਕਾ ਨਿਕਲਿਆ. ਫਿਰ ਉਹ ਬੰਦਾ ਗੋਡਿਆਂ ਦੇ ਭਾਰ ਬਹਿ ਕੇ ਹੱਥ ਜੋੜ ਕੇ ਉੱਪਰ ਅਰਦਾਸ ਕਰਨ ਲੱਗਾ ਕਿ ਵਾਹਿਗੁਰੂ, ਕਿ ਮੈਂ ਕਿੰਨੇ ਦਿਨਾਂ ਤੋਂ ਭੁੱਖਾ ਸੀ ਤੇ ਮੇਰਾ ਜਿਹੜਾ ਪਰਿਵਾਰ ਹੈ ਉੱਥੇ ਵੀ ਥੋੜੀ ਜਿਹੀ ਦਿੱਕਤ ਸੀ, ਖਾਣ ਪੀਣ ਦੀ ਤੇ ਕੱਪੜਿਆਂ ਦੀ ਦਿੱਕਤ ਸੀ, ਇਹ ਤੁਸੀਂ ਮੇਰੀ ਜਿਹੜੀ ਹੈ ਮਦਦ ਕੀਤੀ ਹੈ ਤੇ ਇਹਦਾ ਮੈਂ ਜਿਹੜਾ ਅਹਿਸਾਨ ਹੈ. ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਦਾਂ ਬੋਲਾਂ. ਤੇ ਉਹ ਜਿਹੜਾ ਪਰਸਨ ਸੀ ਜਿਹੜਾ ਨਾਲ ਸਟੂਡੈਂਟ ਸੀ, ਉਹਦੀਆਂ ਅੱਖਾਂ ਚੋਂ ਪਾਣੀ ਆ ਗਿਆ ਇਹ ਵੇਖ ਕੇ ਸੁਣ ਕੇ ਕਿ ਸਾਡੀ ਦਿਖਾਈ ਹੋਈ ਜਿਹੜੀ ਐਮਪਤੀ ਹੈ ਉਹ ਸਾਨੂੰ ਨੀ ਪਤਾ ਕਿ ਕਿਹੜੇ ਟਾਈਮ ਕਿੱਦਾਂ ਕਿਸੇ ਦੇ ਕੰਮ ਆਏਗੀ, ਪਰ ਉਹ ਪਰਸਨ ਦੀ ਅੱਖਾਂ ਚੋਂ ਪਾਣੀ ਆ ਗਿਆ ਕਿ ਕਿੱਦਾਂ ਜਿਹੜਾ ਸਾਡਾ ਇੱਕ ਨੋਰਮਲ ਛੋਟਾ ਜਿਹਾ ਬਿਹੇਵੀਅਰ ਹੈ, ਪੋਜ਼ਿਟਿਵ ਬਿਹੇਵੀਅਰ ਹੈ, ਕਿਸੇ ਦੂਜੇ ਦੀ ਲਾਈਫ ਵਿੱਚ ਕਿੰਨਾ ਚੇਂਜ ਲੈ ਕੇ ਆ ਸਕਦਾ ਹੈ. ਸਾਨੂੰ ਕੋਈ ਵੀ ਇੱਕ ਛੋਟਾ ਐਕਟ ਹੈ ਜਿਹੜਾ ਕਾਇੰਡਨੈਸ ਦਾ, ਉਹਦੇ ਉੱਪਰ ਸਾਨੂੰ ਫੋਕਸ ਕਰਨਾ ਚਾਹੀਦਾ. ਕੋਈ ਇੱਕ ਮੈਂ ਪਿਛਲੇ ਦਿਨੀ ਫੇਸਬੁੱਕ ਤੇ ਦੇਖ ਰਿਹਾ ਸੀ ਕਿ ਆਪਾਂ ਇਨਸਾਨ ਤਾਂ ਚਲੋ ਠੀਕ ਹੈ, ਫਿਰ ਵੀ ਬੋਲ ਕੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਦਿੰਦਾ, ਆਪਣੇ ਐਕਸਪ੍ਰੈਸ਼ਨ, ਆਪਣੇ ਦੁੱਖਾਂ ਨੂੰ, ਆਪਣੇ ਸੁੱਖਾਂ ਨੂੰ ਦੱਸ ਦਿੰਦਾ. ਇੱਕ IIT ਤੋਂ ਪੜਿਆ ਪਰਸਨ ਹੈਗਾ, ਉਹਨੇ ਰਾਸਤੇ ਤੇ ਜਾ ਰਿਹਾ ਸੀ ਤੇ ਉਹਨੇ ਦੇਖਿਆ ਕਿ ਇੱਕ ਡੋਗ ਹੈਗਾ, ਉਹ ਡੋਗ ਬਾਹਰ ਛੱਡਿਆ ਔਰ ਉਹਦੀ ਜਿਹੜੀ ਹੈ ਇੱਕ ਲੱਤ ਜਿਹੜੀ ਹੈ ਟੁੱਟੀ ਹੋਈ ਹੈ. ਉਹ ਪਤਾ ਨੀ ਉਸ ਇਨਸਾਨ ਦੇ ਮਨ ਦੇ ਵਿੱਚ ਜੋ ਕੀ ਫੀਲ ਆਇਆ, ਉਹਨੇ ਉਸ ਡੋਗ ਨੂੰ ਚੱਕਿਆ ਤੇ ਉਹਨੂੰ ਆਪਣੇ ਘਰੇ ਲੈ ਗਿਆ. ਉਹ ਉੱਥੋਂ ਦੇ ਥੋਟ ਡਿਵੈਲਪ ਹੋਏ ਕਿ ਇਸ ਤਰ੍ਹਾਂ ਦੇ ਪਤਾ ਨੀ ਹੋਰ ਕਿੰਨੇ ਡੋਗਸ ਹੈਗੇ ਆ ਜਿਹੜੇ ਕਿ ਇੱਦਾਂ ਹੀ ਬਾਹਰ ਸੜਕਾਂ ਤੇ ਘੁੰਮ ਰਹੇ ਨੇ, ਸਟ੍ਰੇ ਨੇ. ਹੁਣ ਅੱਜ ਦੀ ਡੇਟ 'ਚ ਉਹ ਪਰਸਨ NGO ਚਲਾ ਰਿਹਾ ਤੇ ਉਹਦੇ ਕੋਲ ਨੀਅਰ ਅਬਾਊਟ 900 ਦੇ ਆਸ ਪਾਸ ਡੋਗਸ ਹੈਗੇ ਆ, 900 ਡੋਗਸ ਹੈਗੇ ਆ, ਸਟ੍ਰੇ ਡੋਗਸ ਆ, ਉਹਨਾਂ ਨੂੰ ਪਾਲ ਰਿਹਾ, ਉਹਨਾਂ ਦੀ ਦਵਾਈ ਦਾ ਖਰਚਾ, ਉਹਨਾਂ ਦੀ ਫੀਡ ਦਾ, ਖਾਣ ਪੀਣ ਦਾ ਖਰਚਾ ਉਹ ਕਰ ਰਿਹਾ ਪਰਸਨ.
ਸੋ ਸਾਨੂੰ ਕੋਈ ਵੀ ਇੱਕ ਸਮਾਲ ਐਕਟ ਆਫ ਕਾਇੰਡਨੈਸ ਹੈ ਉਹਦੇ ਤੇ ਫੋਕਸ ਕਰ ਲੈਣਾ ਚਾਹੀਦਾ, ਉਹਨੂੰ ਮਿਸ ਨਹੀਂ ਕਰਨਾ ਚਾਹੀਦਾ। ਕਿਤੇ ਵੀ ਸਾਨੂੰ ਅਗਰ ਕੋਈ ਵੀ ਕਾਇੰਡਨੈਸ ਹੁੰਦੀ ਦਿਖ ਰਹੀ ਹੈ, ਸਾਨੂੰ ਉਹਦੇ ਵੱਲ ਉਹਨੂੰ ਸਮਝ ਲੈਣਾ ਚਾਹੀਦਾ ਕਿ ਉਹ ਕੀ ਹੋ ਰਹੀ ਹੈ, ਕੀ ਉਹਦੀ ਵਜ੍ਹਾ ਹੈ। ਪੋਜ਼ਿਟਿਵ ਰੀਇਨਫੋਰਸਮੈਂਟ ਹੈ। ਹਾਂਜੀ ਸਰ, ਅਕਸਰ ਅਸੀਂ ਹਾਂਜੀ ਹਾਂਜੀ ਸਰ ਹਾਂਜੀ ਸਰ ਸਮਾਂ ਆਪਣੇ ਕੋਲੇ 3-4 ਮਿੰਟ ਹੈ ਜੀ, ਕਹਿੰਦੇ ਨਾ ਕੁਐਸਚਨ ਆ ਰਹੇ ਨੇ। ਬਸ ਇਹ ਲਾਸਟ ਸਲਾਈਡ ਹੈ, ਸਲਾਈਡ ਤੋਂ ਬਾਅਦ ਬਸ ਆਪਾਂ ਇਹਨੂੰ ਫਿਨਿਸ਼ ਕਰ ਰਹੇ ਹਾਂ। ਓਕੇ ਸਰ, ਬਸ ਹਾਂ ਥੋੜੇ ਜਿਹੇ 3-4 ਪੁਆਇੰਟ ਹੋਰ ਹੈਗੇ ਛੋਟੇ ਛੋਟੇ। ਫੋਕਸ ਔਨ ਪੋਜ਼ਿਟਿਵ ਰੀਇਨਫੋਰਸਮੈਂਟ। ਸਾਡੇ ਕੋਲ ਸਟੂਡੈਂਟਸ ਆਉਂਦੇ ਆ, ਅਸੀਂ ਕਲਾਸ ਲੈ ਰਹੇ ਹਾਂ, ਸਟੂਡੈਂਟਸ ਨੂੰ ਕੋਈ ਅਸਾਈਨਮੈਂਟ ਦਿੱਤੀ ਹੈ, ਤੇ ਉੱਥੇ ਸਾਨੂੰ ਕਿੱਦਾਂ ਐਂਪੈਥੈਟਿਕ ਬਿਹੇਵੀਅਰ ਕਿੱਦਾਂ ਅਸੀਂ ਸ਼ੋਅ ਕਰਦੇ ਹਾਂ ਕਿ ਕੋਈ ਵੀ ਸਟੂਡੈਂਟ ਹੈ ਅਗਰ ਉਹਨੇ ਇੱਕ ਗਲਤੀ ਕੀਤੀ ਹੈ, ਹੁਣ ਇੱਕ ਫੀਡਬੈਕ ਦੇਣ ਦਾ ਕਿਹੜਾ ਤਰੀਕਾ ਹੋ ਸਕਦਾ ਕਿ ਨਾ ਇਹ ਕਿਹੜਾ ਕੰਮ ਕੀਤਾ, ਵੀ ਇਹਦਾ ਕੰਮ ਸਹੀ ਨਹੀਂ ਸੀ ਤੇਰਾ, ਤੈਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ, ਜਾਂ ਚਲਾ ਜਾ ਕੇ ਬੈਠ ਜਾ, ਤੂੰ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰ ਸਕਦਾ, ਤੈਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ। ਇੱਕ ਤਾਂ ਇਹ ਤਰੀਕਾ ਹੋ ਗਿਆ ਰੀਇਨਫੋਰਸਮੈਂਟ ਕਰਨ ਦਾ, ਇੱਕ ਦੂਜਾ ਰੀਇਨਫੋਰਸਮੈਂਟ ਕਰਨ ਦਾ ਇਹ ਤਰੀਕਾ ਹੋ ਗਿਆ ਕਿ ਹਾਂ ਬੇਟਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਕੰਮ ਕਰਨ ਦੀ, ਤੇ ਅਗਰ ਤੁਸੀਂ ਇਸ ਕੰਮ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਕਰ ਲੈਂਦੇ, ਮੇ ਵੀ ਤੁਹਾਡਾ ਅਗਰ ਤਰੀਕਾ ਥੋੜਾ ਬਦਲ ਲੈਂਦੇ ਤਾਂ ਕੰਮ ਬੜਾ ਵਧੀਆ ਹੋ ਜਾਣਾ ਸੀ ਤੁਹਾਡਾ। ਪਰ ਐਨੀ ਹਾਓ ਕੋਈ ਗੱਲ ਨਹੀਂ, ਹੁਣ ਵਾਸਤੇ ਇਹ ਫੀਡਬੈਕ ਹੈਗਾ, ਲੇਕਿਨ ਅਗਰ ਤੁਸੀਂ ਮਿਹਨਤ ਕਰ ਲੋਗੇ ਤਾਂ ਸ਼ਾਇਦ ਇਸ ਚੀਜ਼ ਨੂੰ ਹੋਰ ਬੜਾ ਵਧੀਆ ਕਰ ਲੋਗੇ। ਸੋ ਪੋਜ਼ਿਟਿਵ ਰੀਇਨਫੋਰਸਮੈਂਟ ਸਾਨੂੰ ਜਿਹੜੀ ਹੈ ਉਹ ਬੜਾ ਸਾਡਾ ਐਂਪੈਥੈਟਿਕ ਜਿਹੜੀ ਸਕਿੱਲਸ ਹੈ ਇੰਪਰੂਵ ਕਰਦੀ ਹੈ। ਲਿਸਨ ਮੋਰ ਦੈਨ ਸਪੀਕਿੰਗ, ਜਦੋਂ ਆਪਾਂ ਬੋਲਣ ਦੀ ਬਜਾਏ ਕਿਸੇ ਦੂਸਰੇ ਨੂੰ ਸੁਣਨਾ ਸ਼ੁਰੂ ਕਰ ਦਾਂਗੇ ਜ਼ਿਆਦਾ, ਉਹਦੇ ਨਾਲ ਸਾਡਾ ਐਂਪੈਥੈਟਿਕ ਬਿਹੇਵੀਅਰ ਬੜਾ ਐਂਪੈਥੈਟਿਕ ਸਾਡੀ ਜਿਹੜੀ ਐਂਪਥੀ ਸਕਿੱਲ ਹੈ ਉਹ ਬੜੀ ਇੰਪਰੂਵ ਹੁੰਦੀ ਹੈ। ਸਾਨੂੰ ਬਜਾਏ ਕਿ ਜਦੋਂ ਅਸੀਂ ਮੰਨ ਲਓ ਕੋਈ ਕਨਵਰਸੇਸ਼ਨ ਚੱਲ ਰਹੀ ਹੈ, ਸਾਡੇ ਦਿਮਾਗ 'ਚ ਹਮੇਸ਼ਾ ਚੱਲਦਾ ਰਹਿੰਦਾ ਕਿ ਉਹਦਾ ਜੀ ਗੱਲ ਉਹਦੀ ਖਤਮ ਨਹੀਂ ਹੁੰਦੀ, ਪਰ ਸਾਡੇ ਦਿਮਾਗ 'ਚ ਕੁਐਸਚਨ ਪਹਿਲਾਂ ਆ ਜਾਂਦੇ, ਆਪਾਂ ਕੁਐਸਚਨ ਪਹਿਲਾਂ ਪੁੱਟ ਕਰ ਦਿੰਦੇ, ਉਹਦੇ ਨਾਲ ਕੀ ਹੁੰਦਾ ਕਿ ਕਨੈਕਸ਼ਨ ਜਿਹੜਾ ਹੈ ਗੁੰਮ ਹੋ ਜਾਂਦਾ ਹੈ। ਸੋ ਸਾਨੂੰ ਇੱਕ ਬੜਾ ਵਧੀਆ, ਕਿਉਂਕਿ ਜਿਹੜੀ ਫੀਲਿੰਗ ਹੈ ਨਾ, ਇੱਕ ਐਸੀ ਫੀਲਿੰਗ ਕਿ ਜਦੋਂ ਕੋਈ ਬੰਦੇ ਨੂੰ ਸੁਣਿਆ, ਬੰਦੇ ਨੂੰ ਇਹ ਮਹਿਸੂਸ ਹੁੰਦਾ ਕਿ ਮੈਨੂੰ ਕਿਸੇ ਨੇ ਸੁਣ ਲਿਆ, ਅੱਜ ਮੇਰੀ ਗੱਲ ਕਿਸੇ ਨੇ ਸੁਣ ਲਈ, ਅੱਜ ਮੈਨੂੰ ਕਿਸੇ ਨੇ ਦੇਖ ਲਿਆ ਚੰਗੇ ਤਰੀਕੇ ਨਾਲ, ਔਰ ਮੇਰੀ ਫੀਲਿੰਗ ਨੂੰ ਸਮਝ ਗਿਆ, ਉਹ ਪਰਸਨ ਬੜਾ ਵਧੀਆ ਫੀਲ ਕਰਦਾ, ਉਹਦਾ ਕੌਨਫੀਡੈਂਸ ਹੀ ਬੜਾ ਵੱਧ ਜਾਂਦਾ ਹੈ। ਸੋ ਐਂਪਥੀ ਦੇ ਨਾਲ ਆਪਾਂ ਕਿਸੇ ਦੂਸਰੇ ਪਰਸਨ ਦਾ ਕੌਨਫੀਡੈਂਸ ਵੀ ਵਧਾ ਸਕਦੇ ਹਾਂ। ਸੋ ਫੋਕਸ ਔਨ ਸਿਮਿਲੈਰਿਟੀਜ਼। ਮੰਨ ਲਓ ਕਿ ਅਸੀਂ ਵੈਸੇ ਤਾਂ ਯੂਨੋ ਕਈ ਵਾਰੀ ਐਟੀਟਿਊਡ ਇੱਦਾਂ ਹੁੰਦਾ ਕਿ ਆਪਾਂ ਪਰਸਨ ਨੂੰ ਵੇਖ ਕੇ ਕਿ ਯਾਰ ਇਹ ਪਰਸਨ ਯੂਨੋ ਇਹਦੇ ਕੋਲ ਬੜਾ ਪੈਸਾ ਹੈ, ਇਹਦੇ ਕੋਲ ਬੜੀ ਯੂਨੋ ਫੈਸਿਲਿਟੀਜ਼ ਹੈਗੀਆਂ ਵਾ, ਤੇ ਆਪਾਂ ਥੋੜ੍ਹੀ ਜਿਹੀ ਹੋਰ ਨੈਗੇਟਿਵ ਵੀ ਫੀਲਿੰਗ ਕਰ ਲੈਂਦੇ, ਯਾਰ ਪਤਾ ਨਹੀਂ ਇਹਨੇ ਇੰਨਾ ਪੈਸਾ ਕਿੱਦਾਂ ਕਮਾ ਲਿਆ, ਪਤਾ ਨਹੀਂ ਇਹਨੇ ਇੰਨਾ ਇੰਨੇ ਮਾਰਕਸ ਕਿੱਥੋਂ ਲੈ ਆਉਂਦੇ ਨੇ, ਨੰਬਰ ਕਿੱਦਾਂ ਲੈ ਆਉਂਦਾ। ਸੋ ਸਾਨੂੰ ਉਹ ਚੀਜ਼ਾਂ ਨੂੰ ਛੱਡ ਕੇ ਥੋੜ੍ਹੀ ਜਿਹੀ ਸਿਮਿਲੈਰਿਟੀ ਵੱਲ ਕੰਮ ਕਰਨਾ ਚਾਹੀਦਾ ਆ ਕਿ ਮੇਰੀ ਤੇ ਉਸ ਪਰਸਨ ਦੀ ਕਿੰਨੀਆਂ ਸਿਮਿਲੈਰਿਟੀਜ਼ ਹੈਗੀਆਂ। ਆਪਾਂ ਅਗਰ ਜ਼ਿਆਦਾ ਜ਼ਿਆਦਾ ਕੈਲਕੂਲੇਟ ਕਰੀਏ, 4-5 ਸਿਮਿਲੈਰਿਟੀਜ਼ ਕੈਲਕੂਲੇਟ ਕਰ ਲਈਏ ਆਪਾਂ, ਜਦੋਂ ਆਪਾਂ ਦੂਸਰੇ ਪਰਸਨ ਦੀਆਂ ਆਪਣੀਆਂ ਦੂਜੇ ਪਰਸਨ ਦੇ ਨਾਲ ਸਿਮਿਲੈਰਿਟੀਜ਼ ਨੂੰ ਮੈਚ ਕਰਨਾ ਸ਼ੁਰੂ ਕਰ ਦਾਂਗੇ, ਉਹਦੇ ਨਾਲ ਸਾਡੀ ਜਿਹੜੀ ਐਂਪਥੀ ਸਕਿੱਲਸ ਹੈ ਉਹ ਐਨਹਾਂਸ ਹੋ ਸਕਦੀ ਹੈ। ਹਮੇਸ਼ਾ ਸਵੇਰੇ ਉੱਠ ਕੇ ਥੈਂਕਸ ਕਰੋ ਉਸ ਵਾਹਿਗੁਰੂ ਦਾ, ਉਸ ਪਰਮਾਤਮਾ ਦਾ, ਇਸ ਕੁਦਰਤ ਦਾ, ਕਿ ਜਿਹਨੇ ਸਾਨੂੰ ਇੱਕ ਹੋਰ ਦਿਨ ਜੀਣ ਵਾਸਤੇ ਦੇ ਦਿੱਤਾ, ਕਿ ਗ੍ਰੈਟੀਟਿਊਡ, ਕਿ ਸਾਡੇ ਮਨ ਦੇ ਅੰਦਰ ਇੱਕ ਸ਼ੁਕਰਾਨੇ ਦੀ ਜਿਹੜੀ ਫੀਲਿੰਗ ਹੈ ਉਹ ਹਮੇਸ਼ਾ ਹਮੇਸ਼ਾ ਯੂ ਨੋ ਪ੍ਰੈਜੈਂਟ ਰਹਿਣੀ ਚਾਹੀਦੀ ਹੈ, ਹਮੇਸ਼ਾ ਤਿਆਰ ਰਹਿਣੀ ਚਾਹੀਦੀ ਹੈ ਕਿ ਜੋ ਸਾਡੇ ਕੋਲ ਹੈ ਉਹ ਗ੍ਰੈਟੀਟਿਊਡ ਹੈ ਉਸ ਰੱਬ ਦਾ। ਕਿਉਂਕਿ ਦੇਖੋ ਇੰਨੀ ਅਸੀਂ ਆਪਣੀ ਪ੍ਰੋਬਲਮਸ ਨੂੰ ਲੈ ਕੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹਾਂ, ਛੋਟੀ ਛੋਟੀ ਸਾਡੀਆਂ ਪ੍ਰੋਬਲਮਸ ਹੁੰਦੀਆਂ ਉਹਨੂੰ ਲੈ ਕੇ ਬੜਾ ਨਿਰਾਸ਼ ਹੋ ਜਾਂਦੇ ਹਾਂ। ਅਸੀਂ ਇਹ ਨਹੀਂ ਵੇਖਦੇ ਕਿ ਕਿੱਡੀ ਵੱਡੀ ਧਰਤੀ ਹੈ, ਕਿੰਨੀ ਵਧੀਆ ਤਰੀਕੇ ਨਾਲ ਘੁੰਮ ਰਹੀ ਹੈ, ਚੱਲ ਰਹੀ ਹੈ, ਸਾਰਾ ਬ੍ਰਹਮੰਡ ਹੈ ਬੜੇ ਵਧੀਆ ਸਹੀ ਤਰੀਕੇ ਨਾਲ ਕੰਮ ਕਰ ਰਿਹਾ। ਅਸੀਂ ਆਪਣੇ ਮੂਡ ਨੂੰ ਲੈ ਕੇ, ਆਪਣੇ ਸਿਹਤ ਨੂੰ ਲੈ ਕੇ ਅਸੀਂ ਕਹਿ ਦਿੰਦੇ ਹਾਂ ਨਹੀਂ ਨਹੀਂ ਅੱਜ ਦਾ ਤਾਂ ਦਿਨ ਹੀ ਖਰਾਬ ਹੈ। ਹਾਲਾਂਕਿ ਕਿੰਨਾ ਕੁਛ ਹੋਰ ਵਧੀਆ ਹੋ ਰਿਹਾ, ਕਿਸੇ ਦੀ ਲਾਈਫ ਵਿੱਚ ਕਿੰਨਾ ਕੁਛ ਵਧੀਆ ਚੱਲ ਰਿਹਾ, ਅਸੀਂ ਉਹਦੇ ਬਾਰੇ ਕਦੇ ਧਿਆਨ ਨਹੀਂ ਦਿੰਦੇ। ਸੋ ਗ੍ਰੈਟੀਟਿਊਡ ਹੋਣਾ ਚਾਹੀਦਾ ਵਾ ਕਿ ਜੋ ਸਾਡੇ ਕੋਲ ਹੈ ਉਹਦੇ ਵਾਸਤੇ ਅਸੀਂ ਬਹੁਤ ਥੈਂਕਫੁਲ ਹਾਂ ਗੋਡ ਦੇ। ਗਿਵਿੰਗ ਇਜ਼ ਅ ਲਾਅ ਆਫ ਨੇਚਰ। ਕੋਈ ਵੀ ਚੀਜ਼ ਆਪਣੀ ਤਾਂ ਮੁੱਠੀ 'ਚ ਨਹੀਂ ਰੱਖਣੀ ਚਾਹੀਦੀ, ਉਹਨੂੰ ਹਮੇਸ਼ਾ ਖੋਲ੍ਹ ਕੇ ਰੱਖਣਾ ਚਾਹੀਦਾ। ਕੋਈ ਚੀਜ਼ ਅਸੀਂ ਅਚੀਵ ਕੀਤੀ ਤੇ ਅਸੀਂ ਉਹਨੂੰ ਅੱਗੇ ਦੂਜੇ ਨਾਲ ਸ਼ੇਅਰ ਜ਼ਰੂਰ ਕਰੀਏ। ਸ਼ੇਅਰਿੰਗ ਇਜ਼ ਕੇਅਰਿੰਗ। ਜਦੋਂ ਆਪਾਂ ਕੋਈ ਵੀ ਆਪਣੀ ਨੌਲੇਜ ਨੂੰ ਸ਼ੇਅਰ ਕਰਦੇ ਹਾਂ, ਹੈਪੀਨੈਸ ਨੂੰ ਸ਼ੇਅਰ ਕਰਦੇ ਹਾਂ, ਆਪਣੇ ਸਾਧਨਾਂ ਨੂੰ ਕਿਸੇ ਦੂਜੇ ਦੇ ਨਾਲ ਸ਼ੇਅਰ ਕਰਦੇ ਹਾਂ, ਤੇ ਮੈਨੂੰ ਲੱਗਦਾ ਉਹਦੇ ਨਾਲ ਐਂਪਥੀ ਜਿਹੜੀ ਸਕਿੱਲਸ ਹੈ ਉਹ ਸਾਡੀ ਐਨਹਾਂਸ ਹੁੰਦੀ ਹੈ। ਕਿਉਂਕਿ ਇਹ ਲਾਅ ਆਫ ਨੇਚਰ ਹੈ, ਉਹਨੂੰ ਕਦੀ ਵੀ ਆਪਾਂ ਆਪਣੇ ਕੋਲ ਰੱਖ ਕੇ ਰੱਖਣਾ ਨਹੀਂ ਚਾਹੀਦਾ, ਜੇ ਰੱਖਾਂਗੇ ਤਾਂ ਉਹ ਗਲਤ ਹੈ। ਇੱਕ ਵੇਲ ਡਨ ਹੈ, ਇੱਕ ਐਂਪਥੀ ਡਿਵੈਲਪ ਕਰਨ ਦਾ ਬੜੀ ਵਧੀਆ ਥਿਊਰੀ ਹੈ। ਇੱਕ ਪਰਸਨ ਸੀ, ਬਸ ਇਹਦੇ ਨਾਲ ਮੈਂ ਆਪਣੀ ਫਿਰ ਜਿਹੜੀ ਹਾਊ ਟੂ ਐਨਹਾਂਸ ਐਂਪਥੀ ਸਕਿੱਲਸ ਆਪਾਂ ਇਹਨੂੰ ਸਮਾਪਤ ਕਰਾਂਗੇ। ਵੇਲ ਡਨ ਇੱਕ ਯੂਨੋ ਇੱਕ ਪਰਸਨ ਹੈ, ਉਹਨੇ ਮਤਲਬ ਵੇਲ ਡਨ ਇਜ਼ ਯੂਨੋ ਇੱਕ ਪ੍ਰੋਸੈਸ ਹੈ। ਉਹਨੇ ਇੱਕ ਬੁੱਕ ਲਿਖੀ ਸੀ, ਉਹ ਬੁੱਕ ਦਾ ਨਾਮ ਵੇਲ ਡਨ ਹੈ। ਉਹ ਪਰਸਨ ਇੱਕ ਯੂਨੋ ਸ਼ੋਅ ਤੇ ਗਿਆ, ਉਹ ਐਸਾ ਸ਼ੋਅ ਸੀ ਜਿੱਥੇ ਵੇਲਸ ਜਿਹੜੀਆਂ ਸੀ ਵਾਲੀਆਂ ਸਮੁੰਦਰ ਵਾਲੀਆਂ ਜਿਹੜੀਆਂ ਵੇਲਸ ਮੱਛੀਆਂ ਹੁੰਦੀਆਂ,
ਉਹਨਾਂ ਨੂੰ ਉਹਨਾਂ ਦਾ ਸ਼ੋਅ ਹੁੰਦਾ ਉੱਥੇ। ਹੁਣ ਇੱਕ ਵੇਲ ਮੱਛੀ ਜਿਹੜੀ ਹੁੰਦੀ ਹੈ ਉਹ 11,000 pounds ਦੀ ਹੁੰਦੀ ਹੈ। ਉਹ ਜਿਹੜਾ ਇੱਕ ਆਮ ਬੰਦਾ ਹੁੰਦਾ ਨੋਰਮਲ ਜਿਹਾ ਤਾਂ 200 pounds ਵਜਨ ਹੁੰਦਾ ਹੈ। ਤੂੰ ਦੇਖ ਕੇ ਹੈਰਾਨ ਸੀ ਵੀ ਇੱਕ 200 pounds ਇੱਕ ਇੰਨੀ ਵੱਡੀ ਜਿਹੜੀ ਕਿਲਰ ਵੇਲ ਹੈ, ਵੇਲ ਦੀ ਜਿਹੜੀ ਇੰਸਟਿੰਕਟ ਹੁੰਦੀ ਹੈ ਕਿਲਰ ਹੁੰਦੀ ਹੈ, ਵੇਲ ਨੇ ਖਾਣਾ ਹੀ ਖਾਣਾ ਜੇ ਕੋਈ ਅੱਗੇ ਜਾਏਗਾ, ਵੀ ਇੰਨੀ ਵੱਡੀ ਵੇਲ ਨੂੰ ਕਿੱਦਾਂ ਟ੍ਰੇਨ ਕਰ ਲੈਂਦੇ ਆ। ਜਦੋਂ ਉਹਨੇ ਜਾ ਕੇ ਬੰਦੇ ਨੇ ਟ੍ਰੇਨਰ ਨਾਲ ਗੱਲ ਕੀਤੀ ਤੇ ਟ੍ਰੇਨਰ ਨੇ ਉਹਨੂੰ ਦੱਸਿਆ ਕਿ ਦੇਖੋ ਅਸੀਂ ਜਦੋਂ ਵੇਲ ਨੂੰ ਸ਼ੁਰੂ ਚ ਲੈ ਕੇ ਆਉਂਦੇ ਹਾਂ ਨਾ, ਉਹ ਵੇਲ ਜਦੋਂ ਕੋਈ ਵੀ ਚੰਗਾ ਕੰਮ ਕਰਦੀ ਨਾ ਅਸੀਂ ਉਹਨੂੰ ਰਿਵਾਰਡ ਦੇ ਦਿੰਦੇ ਹਾਂ। ਉਹਨੇ ਕੋਈ ਵੀ ਚੰਗੀ ਮੂਵਮੈਂਟ ਕੀਤੀ ਅਸੀਂ ਉਹਨੂੰ ਅਵਾਰਡ ਦੇ ਦਿੰਦੇ ਹਾਂ ਕਿ ਕੋਈ ਪੀਸ ਆਫ ਫਲੈਸ਼ ਦੇ ਤਾ। ਤੇ ਉਹਦੇ ਨਾਲ ਕੀ ਹੁੰਦਾ ਕਿ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਆਹ ਚੀਜ਼ ਮੇਰੀ ਚੰਗੀ ਲੱਗੀ ਉਹਨਾਂ ਨੂੰ ਤੇ ਮੈਂ ਇਹ ਚੀਜ਼ ਮੈਂ ਵਾਰ ਵਾਰ ਕਰਾਂ ਤਾਂ ਕਿ ਮੈਨੂੰ ਰਿਵਾਰਡ ਮਿਲੇਗਾ। ਤੇ ਜਦੋਂ ਉਹ ਵੇਲ ਕੋਈ ਵੀ ਗਲਤ ਚੀਜ਼ ਕਰਦੀ ਹੈ, ਨੈਗੇਟਿਵ ਬਿਹੇਵੀਅਰ ਕਰਦੀ ਹੈ ਤਾਂ ਉਹਨੂੰ ਇਗਨੋਰ ਕਰ ਦਿੰਦੇ ਆ। ਉਹ ਵੇਲ ਵੱਲ ਦੇਖਦੇ ਨਹੀਂ, ਉਹਦੀ ਗੱਲਾਂ ਨੂੰ ਹਰਕਤਾਂ ਨੂੰ ਵੇਖਦੇ ਨਹੀਂ, ਇਗਨੋਰ ਕਰ ਦਿੰਦੇ ਆ। ਸੋ ਉਸ ਬਿਹੇਵੀਅਰ ਦੇ ਦੌਰਾਨ ਜਿਹੜਾ ਉਹ ਟ੍ਰੇਨਰ ਹੁੰਦੇ ਆ ਇਸ ਥਿੰਕਿੰਗ ਨੂੰ ਲੈ ਕੇ ਉਹ ਵੇਲ ਨੂੰ ਜੰਪ ਕਰਨਾ ਸਿਖਾ ਦਿੰਦੇ ਆ, ਡਿਫਰੈਂਟ ਡਿਫਰੈਂਟ ਸਟੰਟ ਕਰਨੇ ਸਿਖਾ ਦਿੰਦੇ ਆ। ਉਹ ਟ੍ਰੇਨਰ ਦੇ ਨਾਲ ਉਹਦੀ ਜਿਹੜੀ ਨਜ਼ਦੀਕੀ ਆ ਉਹ ਵੱਧ ਜਾਂਦੀ ਹੈ। ਸੋ ਵੇਲ ਡਨ ਇੱਕ ਐਸਾ ਪ੍ਰੋਸੈਸ ਆ ਜਿਹਦੇ ਨਾਲ ਆਪਾਂ ਇਹ ਸਿੱਖ ਸਕਦੇ ਹਾਂ ਕਿ ਆਪਾਂ ਕਿਸੇ ਦੂਸਰੇ ਪਰਸਨ ਦੀ ਜਿਹੜੀ ਚੰਗੀ ਚੀਜ਼ ਹੈ ਉਹਨੂੰ ਜ਼ਰੂਰ ਆਪਾਂ ਉਹਦੀ ਹੌਸਲਾ ਅਫਜਾਈ ਕਰ ਦਈਏ। ਅਗਰ ਬੰਦੇ ਨੇ ਕੁਛ ਵੀ ਚੰਗਾ ਕੀਤਾ, ਕੁਛ ਵੀ ਵਧੀਆ ਕੀਤਾ, ਉਹਨੂੰ ਜ਼ਰੂਰ ਸ਼ਾਬਾਸ਼ੀ ਦੇ ਦਿਓ। ਅਗਰ ਉਹਨੇ ਕੁਛ ਗਲਤ ਕਰਤਾ ਤਾਂ ਉਹਨੂੰ ਥੋੜ੍ਹੀ ਦੇਰ ਵਾਸਤੇ ਇਗਨੋਰ ਕਰ ਦਿਓ ਤਾਂ ਕਿ ਉਹਨੂੰ ਵੀ ਇਹ ਪਤਾ ਲੱਗ ਜਾਏ ਕਿ ਵੀ ਸ਼ਾਇਦ ਇਹ ਬਿਹੇਵੀਅਰ ਐਕਸੈਪਟੇਬਲ ਨਹੀਂ ਹੈਗਾ। ਆਪਣੇ ਆਪ ਸਮਝ ਜਾਏਗਾ, ਦੋ ਵਾਰੀ ਕਰੇਗਾ ਆਪਣੇ ਆਪ ਸਮਝ ਜਾਏਗਾ, ਬਟ ਹੌਲੀ ਹੌਲੀ ਜ਼ਰੂਰ ਠੀਕ ਹੋ ਜਾਏਗਾ। ਸੋ ਇਹ ਅਗੇਨ ਯੂ ਨੋ ਪਾਰਟ ਆਫ ਪੋਜ਼ਿਟਿਵ ਰੀਇਨਫੋਰਸਮੈਂਟ ਹੀ ਹੈ। ਇੱਕ IQ EQ SQ AQ ਇਹ ਥੋੜਾ ਜਿਹਾ ਇਹ ਹੈ ਕਿ ਜਦੋਂ ਅਸੀਂ ਇਮੋਸ਼ਨਲੀ ਬੜੇ ਸਟਰੋਂਗ ਹੋ ਜਾਂਦੇ ਹਾਂ, ਅਸੀਂ ਜਦੋਂ ਸਕੂਲਸ ਦੇ ਵਿੱਚ ਹੁੰਦੇ ਹਾਂ ਕਿ ਅਸੀਂ ਹਮੇਸ਼ਾ ਗੱਲ ਕਰਦੇ ਕਿ ਮੈਂ ਮਾਰਕਸ ਅੱਛੇ ਲੈਣੇ ਆ, ਮੇਰੀ ਅਕੈਡਮਿਕਸ ਹੈ ਜਿਹੜੇ ਉਹ ਮਾਰਕਸ ਵੱਲ ਅਸੀਂ ਜ਼ਿਆਦਾ ਵਧੇ ਹੁੰਦੇ ਹਾਂ ਕਿ ਮੈਂ ਪੜ੍ਹਾਈ ਜ਼ਿਆਦਾ ਅੱਛੀ ਕਰਨੀ ਹੈ, ਮੈਂ ਅੱਛੇ ਨੰਬਰ ਲੈਣੇ ਆ, ਪਰ ਅਸੀਂ EQ ਵੱਲ ਧਿਆਨ ਨਹੀਂ ਦਿੰਦੇ। ਇਮੋਸ਼ਨਲ ਕੁਐਸ਼ਨਟ, ਇਮੋਸ਼ਨਲ ਕੁਐਸ਼ਨਟ ਉਹ ਹੈ ਆ ਜਿਹੜਾ ਐਮਪਥੀ ਦੇ ਨਾਲ ਜਨਰੇਟ ਹੁੰਦਾ ਹੈ। ਸੋ ਇਸ ਦੁਨੀਆ ਦੇ ਵਿੱਚ ਅਗਰ ਤੁਸੀਂ ਵੱਡੇ ਵੱਡੇ ਜਿੰਨੇ ਵੀ ਇੰਡਸਟਰੀਸ ਹੈਗੇ ਆ, ਜਿੰਨੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਆ, ਜਿਹੜੇ ਵੀ ਵੱਡੀ ਵੱਡੀ ਪਦਵੀ ਤੇ ਲੋਕ ਹੈਗੇ ਆ, ਉਹਨਾਂ ਦੀ ਅਗਰ ਤੁਸੀਂ ਲਾਈਫ ਨੂੰ ਸਟੱਡੀ ਕਰੋਗੇ ਤਾਂ ਉਹਨਾਂ ਦਾ ਜਿਹੜਾ EQ ਹੈ, ਇਮੋਸ਼ਨਲ ਕੁਐਸ਼ਨਟ ਹੈ, ਉਹ ਉਹਨਾਂ ਦੇ IQ ਨਾਲੋਂ ਬਹੁਤ ਜ਼ਿਆਦਾ ਹੈ। ਉਹਨਾਂ ਦਾ IQ ਤਾਂ ਬਹੁਤ ਘੱਟ ਹੈ, ਲੇਕਿਨ ਉਹਨਾਂ ਦਾ ਇਮੋਸ਼ਨਲ ਕੁਐਸ਼ਨਟ ਜਿਹੜਾ ਹੈ ਉਹ ਬਹੁਤ ਸਟਰੋਂਗ ਹੈ, ਜਿਹਦੀ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ ਉੱਚੀ ਜਗ੍ਹਾ ਤੇ ਪਹੁੰਚੇ ਹੋਏ ਹੈ, ਮਟੀਰੀਅਲਿਸਟਿਕਲੀ ਵੀ, ਸਪਿਰਿਚੁਅਲੀ ਵੀ, ਫਾਈਨੈਂਸ਼ੀਅਲੀ ਵੀ, ਉਹ ਹਰ ਪੱਖੋਂ ਬਹੁਤ ਜ਼ਿਆਦਾ ਉੱਪਰ ਜਗ੍ਹਾ ਪਹੁੰਚੇ ਹੋਏ ਹੈ। ਸੋ ਫੇਸਬੁੱਕ ਤੇ ਮਾਈਕਲ ਜ਼ਕਰਬਰਗ ਨੂੰ ਲੈ ਲਓ, ਗੂਗਲ ਦੇ ਸੁੰਦਰ ਪਿਚਈ ਲੈ ਲਓ, ਟਾਟਾ ਰਤਨ ਟਾਟਾ ਲੈ ਲਓ, ਜਿੰਨੇ ਵੀ ਐਗਜ਼ਾਮਪਲਸ ਲੈ ਲਓ ਤੁਸੀਂ ਇਹਨਾਂ ਦੇ, ਉਹ ਸਾਰਿਆਂ ਦਾ ਇਮੋਸ਼ਨਲ ਕੁਐਸ਼ਨਟ ਹੈ ਬੜਾ ਸਟਰੋਂਗ ਹੈ, ਔਰ IQ ਤੇ ਉਹ ਕੰਮ ਕਰਦੇ ਆ, ਉਹ ਵੀ ਹੈਗਾ, ਲੇਕਿਨ ਇਮੋਸ਼ਨਲ ਕੁਐਸ਼ਨਟ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਸਾਨੂੰ ਆਪਣੇ ਇਮੋਸ਼ਨਲ ਕੁਐਸ਼ਨਟ ਤੇ ਵਰਕਆਊਟ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਅੰਦਰ ਜਿਹੜੇ ਹੈ ਪੋਜ਼ਿਟਿਵ ਇਮੋਸ਼ਨਸ ਹੈ ਉਹਨਾਂ ਦਾ ਵਾਧਾ ਹੋ ਜਾਏ ਤੇ ਅਸੀਂ ਅੱਗੇ ਲਾਈਫ ਵੱਲ ਵੱਧ ਸਕੀਏ। ਸੋ ਇਹ ਥੋੜ੍ਹੇ ਜਿਹੇ ਯੂਨੋ ਇੱਕ ਐਮਪਥੀ ਨੂੰ ਐਨਹਾਂਸ ਕਰਨ ਦੇ ਵੇਜ਼ ਹੈਗੇ ਆ ਜਿਹਨਾਂ ਨੂੰ ਆਪਾਂ ਡੇ ਟੂ ਡੇ ਬੇਸਿਸ ਤੇ ਲਾਈਫ ਨੂੰ ਫੋਲੋ ਕਰਕੇ, ਕਿਉਂਕਿ ਇੱਕ ਸਕਿੱਲ ਹੈ, ਸਕਿੱਲ ਨੂੰ ਵਧਾਇਆ ਜਾ ਸਕਦਾ ਹੈ ਅਗਰ ਆਪਾਂ ਇਹਨੂੰ ਫੋਲੋ ਕਰੀਏ ਤਾਂ ਆਪਾਂ ਬਹੁਤ ਅੱਗੇ ਵੱਧ ਸਕਦੇ ਹਾਂ। ਤਾਂ ਹੁਣ ਕੁਐਸਚਨਸ ਮੈਨੂੰ ਲੱਗਦਾ ਹੈ ਕਿ ਟਾਈਮ ਹੈ ਅਰਾਊਂਡ, ਸਰ ਕੋਈ ਵੀ ਕੁਐਸਚਨਸ ਹੋਣ ਤਾਂ ਤੁਸੀਂ ਪਲੀਜ਼ ਸ਼ੇਅਰ ਕਰ ਸਕਦੇ ਹੋ ਤਾਂ ਕਿ ਥੋੜ੍ਹਾ ਜਿਹਾ ਆਪਾਂ ਉਹਨਾਂ ਨੂੰ ਡਿਸਕਸ਼ਨ ਕਰ ਲਈਏ, ਡਾਊਟ ਕਲੀਅਰ ਹੋ ਜਾਵੇ। ਹਾਂਜੀ ਹਾਂਜੀ ਸਰ, ਬਹੁਤ ਮਿਹਰਬਾਨੀ ਜੀ। ਤਾਂ ਮੈਂ ਨਵਨੀਤ ਵੀਰ ਜੀ ਨੂੰ ਬੇਨਤੀ ਕਰੂੰਗਾ, ਨਵਨੀਤ ਸਿੰਘ ਜੀ ਜੇ ਬੱਚਿਆਂ ਦੇ ਕੁਛ ਹੈਂਡ ਰੇਜ਼ ਹੋਏ ਨੇ ਤਾਂ ਉਹਨਾਂ ਬੱਚਿਆਂ ਤੋਂ ਕੁਐਸਚਨਿੰਗ ਕਰਵਾ ਕੇ ਜ਼ਰੂਰ ਸਾਨੂੰ ਆਪਾਂ ਉਹਨਾਂ ਦਾ ਥੈਂਕਸ ਕਰਾਂਗੇ ਜੀ, ਉਹਨਾਂ ਦੇ ਆਨਸਰ ਦੇਣਗੇ। ਵੀਰ ਜੀ ਨਵਨੀਤ ਸਿੰਘ ਜੀ। ਹਾਂਜੀ ਅਨਮੋਲ, ਕੁਐਸਚਨ ਪੁੱਛ ਲਓ, ਤੁਹਾਨੂੰ ਅਨਮਿਊਟ ਕਰਤਾ ਜੀ। ਅਨਮੋਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਤੁਹਾਨੂੰ ਇੱਕ ਕੁਐਸਚਨ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਗੱਲ ਕੀਤੀ ਸੀ ਨਾ ਵੀ ਅਮਨ ਭੈਣ ਜੀ ਨੇ ਦੱਸਿਆ ਸੀ ਮੈਂ 150 rupees ਉਹਨਾਂ ਨੂੰ ਦੇਤਾ ਹਨਾ ਜੀ, ਰੇਹੜੀ ਵਾਲੇ ਪਰਸਨ, ਤਾਂ ਏਦਾਂ ਹੀ ਕਦੇ ਆਪਣੇ ਘਰਾਂ ਦੇ ਵਿੱਚ ਜਾਂ ਆਪਾਂ ਵੇਖਦੇ ਹਾਂ ਕੋਈ ਆਪਣੇ ਘਰੇ ਮੰਗਣ ਆਉਂਦਾ ਵੀ ਸਾਨੂੰ ਆਟਾ ਦੇ ਦਿਓ ਥੋੜਾ ਬਹੁਤ ਹਨਾ, ਪੈਸੇ ਦੇ ਦਿਓ ਜੀ। ਹਾਂਜੀ ਹਾਂਜੀ। ਜਦੋਂ ਆਪਾਂ ਉਹਨਾਂ ਨੂੰ ਕੋਈ ਪੈਸੇ ਦੇ ਦਿੰਦੇ ਹਾਂ ਜਾਂ ਉਹਨਾਂ ਨੂੰ ਆਟਾ ਦੇ ਦਿੰਦੇ ਹਾਂ ਹਨਾ ਜੀ, ਤਾਂ ਮੈਨੂੰ ਕਦੇ ਕਦੇ ਐਂ ਲੱਗਦਾ ਵੀ ਅਸੀਂ ਉਹਨਾਂ ਲਈ ਸਹੀ ਨੀ ਕਰ ਰਹੇ, ਅਸੀਂ ਗਲਤ ਕਰ ਰਹੇ ਹਾਂ। ਸਾਨੂੰ ਏਦਾਂ ਨੀ ਚਾਹੀਦਾ ਵੀ ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਉਹਨਾਂ ਨੂੰ ਕੋਈ ਕੰਮ ਕਰਵਾਈਏ ਵੀ ਤੁਸੀਂ ਕੰਮ ਕਰੋ, ਮਿਹਨਤ ਕਰੋ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਕਿਰਤ ਕੀਤੀ ਹੈ ਜੀ, ਉਹਨਾਂ ਕੋਲ ਸਭ ਕੁਝ ਹੱਥ ਪੈਰ ਸਭ ਕੁਝ ਹੈ ਜੀ, ਪਰ ਉਹ ਕਿਰਤ ਨੀ ਕਰ ਰਹੇ। ਸਾਨੂੰ ਚਾਹੀਦਾ ਵੀ ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਕਿਰਤ ਕਰਾਈਏ, ਕਿਉਂਕਿ ਇੱਕ ਆਪਾਂ ਸਟੋਰੀ ਵੀ ਸ਼ੇਅਰ ਕਰਦੇ ਨਜ਼ਰ ਵੀ ਉਹ ਇੱਕ
ਹੈਗਾ ਹੈਂਡੀਕੈਪਟ ਆ ਉਹਨਾਂ ਕੇ ਗੁਲਾਬ ਦੇ ਫੁੱਲ ਲਿਆ ਕੇ ਕੋਈ ਰੱਖ ਦਿੰਦਾ ਤੇ ਗੁਲਾਬ ਦਾ ਫੁੱਲ ਚੱਕ ਕੇ ਉਹਨਾਂ ਨੂੰ ਪੈਸੇ ਦੇ ਦਿੰਦਾ ਤੇ ਏਦਾਂ ਫੁੱਲ ਵੇਚ ਕੇ ਗੁਜ਼ਾਰਾ ਕਰਦੇ ਆ ਜੀ ਕੀ ਏਦਾਂ ਹੋ ਸਕਦਾ ਜੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਜੀ ਹੁਣ ਗਰਮੀਆਂ ਦੇ ਦਿਨ ਆ ਜਾਂਦੇ ਆ ਤਾਂ ਆਪਾਂ ਵੇਖਦੇ ਹਾਂ ਲੋਕਾਂ ਨੂੰ ਅਕਸਰ ਉਹ ਕੀ ਕਰਦੇ ਆ ਕਿ ਜਿਹੜੇ ਆਪਣੇ ਪੰਛੀ ਹੁੰਦੇ ਆ ਜਿਹੜੇ ਆਪਣੇ ਬਰਡਸ ਆ ਉਹਨਾਂ ਵਾਸਤੇ ਛੋਟੇ ਛੋਟੇ ਆਲਣੇ ਬਣਾ ਕੇ ਉਹ ਟੰਗ ਦਿੰਦੇ ਆ ਆਪਣੇ ਘਰਾਂ ਦੇ ਬਨੇਰਿਆਂ ਤੇ ਰੱਖ ਦਿੰਦੇ ਆ ਤੇ ਨਾਲ ਥੋੜਾ ਥੋੜਾ ਪਾਣੀ ਵੀ ਰੱਖ ਦਿੰਦੇ ਆ ਕੋਈ ਬਜ਼ੁਰਗ ਬੰਦਾ ਸੀ ਜਦੋਂ ਉਹਨੇ ਇਸ ਚੀਜ਼ ਨੂੰ ਵੇਖਿਆ ਵੀ ਇਹ ਕੀ ਯੂਨੋ ਚੱਲ ਰਿਹਾ ਜਿਹੜੇ ਹੈਗੇ ਆਪਾਂ ਏਦਾਂ ਪਕਸ਼ੀਆਂ ਵਾਸਤੇ ਇਹਨੂੰ ਪਾਣੀ ਰੱਖ ਦਿੰਦੇ ਹਾਂ ਦਾਣੇ ਆਪਾਂ ਬਿਖੇਰ ਦਿੰਦੇ ਹਾਂ ਤੇ ਇਹਦੇ ਅਲੱਗ ਅਲੱਗ ਪੁਆਇੰਟ ਆਫ ਵਿਊ ਹੈਗੇ ਆ ਉਹ ਬਜ਼ੁਰਗ ਬੰਦੇ ਦਾ ਇਹ ਕਹਿਣਾ ਸੀ ਕਿ ਅਸੀਂ ਇਹ ਯੂਨੋ ਚੀਜ਼ਾਂ ਕਰਕੇ ਅਸੀਂ ਇੱਥੇ ਆਲਣੇ ਬਣਾ ਕੇ ਉਹਨਾਂ ਵਾਸਤੇ ਅਸੀਂ ਕੀ ਕਰ ਰਹੇ ਹਾਂ ਉਹਨਾਂ ਦੀ ਐਬਿਲਿਟੀ ਖਤਮ ਕਰ ਰਹੇ ਹਾਂ ਕਿ ਉਹ ਆਪਣੇ ਆਪ ਆਪਣਾ ਆਲਣਾ ਨਾ ਬਣਾ ਸਕਣ ਉਹਨਾਂ ਦੇ ਵਿੱਚ ਆਪਣੀ ਕਪੈਸਿਟੀ ਹੈ ਕਿ ਉਹ ਆਪਣੀ ਲਾਈਫ ਨੂੰ ਜੀ ਸਕਦੇ ਆ ਉਹਦੀ ਬਜਾਏ ਕਿਉਂ ਨਾ ਆਪਾਂ ਏਦਾਂ ਕਰ ਦਈਏ ਆਪਾਂ ਹੋਰ ਪੇੜ ਲਗਾ ਦਈਏ ਆਪਾਂ ਪੇੜ ਹੀ ਹੋਰ ਜ਼ਿਆਦਾ ਲਗਾ ਦਈਏ ਜ਼ਿਆਦਾ ਪੇੜ ਹੋ ਜਾਣਗੇ ਉਹਨਾਂ ਦੇ ਹੋਰ ਜ਼ਿਆਦਾ ਜਿਹੜੇ ਘਰ ਨੈਸਟ ਬਣਾਉਣ ਦੇ ਹੋਰ ਜ਼ਿਆਦਾ ਉਹਨਾਂ ਦੇ ਚਾਂਸਿਸ ਹੋ ਜਾਣਗੇ ਉਹ ਆਪਣਾ ਜਿਹੜਾ ਘਰ ਉਹ ਆਪਣੇ ਆਪ ਬਣਾ ਸਕਣਗੇ ਕਿਉਂਕਿ ਜੇ ਪੇੜ ਕੱਟ ਜਾਂਦੇ ਆ ਤਾਂ ਹੀ ਸਾਨੂੰ ਬਣੇ ਰਹੇ ਤੇ ਉਹਨਾਂ ਵਾਸਤੇ ਨੈਸਟ ਆਲਣੇ ਬਣਾ ਕੇ ਰੱਖਣੇ ਪੈਂਦੇ ਆ ਪਾਣੀ ਰੱਖਣਾ ਪੈਂਦਾ ਜੇ ਅਸੀਂ ਵੈਸੇ ਹੀ ਵਾਤਾਵਰਨ ਨੂੰ ਇੰਨਾ ਵਧੀਆ ਕਰ ਦਾਂਗੇ ਪੇੜ ਹੀ ਨੇ ਜ਼ਿਆਦਾ ਵਧੀਆ ਹੋ ਜਾਣਗੇ ਤੇ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਆਪ ਜਿਹੜੇ ਰੈਡੀਮੇਡ ਯੂਨੋ ਨੈਸਟ ਘੋਸਲੇ ਬਣਾ ਕੇ ਆਲਣੇ ਬਣਾ ਕੇ ਦੇਣ ਦੀ ਬਜਾਏ ਉਹ ਆਪਣੇ ਆਪ ਹੀ ਆਪਣੇ ਆਲੇ ਬਣਾ ਲੈਣਗੇ ਸੋ ਬੇਸਿਕਲੀ ਇਹ ਯੂਨੋ ਸਾਡਾ ਨਜ਼ਰੀਆ ਹੈ ਕਿ ਅਸੀਂ ਉਸ ਯੂਨੋ ਪ੍ਰੋਬਲਮ ਨੂੰ ਅਸੀਂ ਦੇਖਦੇ ਕਿੱਦਾਂ ਆ ਅਸੀਂ ਉਹ ਪ੍ਰੋਬਲਮ ਦੇ ਵਿੱਚ ਰਹਿ ਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਊਟ ਆਫ ਦਾ ਬੋਕਸ ਜਾ ਕੇ ਹੱਲ ਲੱਭਦੇ ਹਾਂ ਸੋ ਬੇਸਿਕਲੀ ਗਲਤ ਯੂਨੋ ਇਹਦੇ ਵਿੱਚ ਗਲਤ ਜਾਂ ਸਹੀ ਕਹਿਣਾ ਮੈਨੂੰ ਲੱਗਦਾ ਕਿ ਕੋਈ ਯੂਨੋ ਨਹੀਂ ਹੋਏਗਾ ਹਰ ਪਰਸਨ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਹੈ ਤੇ ਐਮਪਥੀ ਹੈ ਕਿ ਬੇਸਿਕਲੀ ਆਪਾਂ ਪਰਸਨ ਨੂੰ ਉਹਦੀ ਨਜ਼ਰਾਂ ਨਾਲ ਆਪਾਂ ਦੁਨੀਆਂ ਨੂੰ ਦੇਖ ਲਿਆ ਤੇ ਜੋ ਆਪਾਂ ਹੈਲਪ ਕਰ ਸਕਦੇ ਹਾਂ ਉਹ ਕਰ ਸੋ ਅਗਰ ਕੋਈ ਪਰਸਨ ਪੈਸੇ ਦੇ ਕੇ ਹੈਲਪ ਕਰ ਸਕਦਾ ਹੈ ਤਾਂ ਦੈਟਸ ਯੂਨੋ ਦੈਟ ਪਰਸਨਸ ਪੁਆਇੰਟ ਆਫ ਵਿਊ ਅਗਰ ਕੋਈ ਪਰਸਨ ਸੋਚਦਾ ਕਿ ਮੈਂ ਉਹਨੂੰ ਮੈਂ ਮੋਟੀਵੇਟ ਹੀ ਕਰਦਾ ਉਹਦੀ ਕਾਉਂਸਲਿੰਗ ਹੀ ਕਰਦਾ ਅਗਰ ਉਹ ਸੋਚਦਾ ਕਿ ਮੈਂ ਕਾਉਂਸਲਿੰਗ ਕਰਕੇ ਬੰਦੇ ਨੂੰ ਸੁਧਾਰ ਸਕਦਾ ਤੇ ਮੈਨੂੰ ਲੱਗਦਾ ਕਿ ਉਹ ਵੀ ਆਪਸ਼ਨ ਬੜਾ ਵਧੀਆ ਇਟ ਵੈਰੀਜ਼ ਫਰੋਮ ਪਰਸਨ ਟੂ ਪਰਸਨ ਬਿਲਕੁਲ ਜੀ ਬਹੁਤ ਵਧੀਆ ਥੈਂਕ ਯੂ ਹਾਂਜੀ ਵੀ ਜੀ ਰਣਜੀਤ ਨਵਨੀਤ ਸਿੰਘ ਜੀ ਅੱਗੇ ਕੁਐਸਚਨ ਜੀ ਹਾਂਜੀ ਰਾਜੇ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਆਪਾਂ ਹੈਂਡ ਰੇਜ਼ ਕਰ ਸਕਦੇ ਆ ਨਹੀਂ ਮੈਂ ਚੈਟ ਬਾਕਸ ਸਰ ਤੁਹਾਡੇ ਚੈਟ ਬਾਕਸ ਵੀ ਇੱਕ ਦੋ ਕੁਐਸਚਨ ਮੈਂ ਪਾਏ ਆ ਜੀ ਅੱਛਾ ਮੈਂ ਦੇਖ ਲੈਣਾ ਸਰ ਇੱਕ ਤਾਂ ਐਸੀ ਕਿ ਵੀ ਜੇ ਕਿਸੇ ਦੀ ਅਸੀਂ ਹੈਲਪ ਕਰਦੇ ਆ ਤੇ ਉਹ ਗਲਤ ਯੂਜ਼ ਕਰਦੇ ਆ ਮਨੀ ਦਾ ਹਾਂਜੀ ਫਿਰ ਉਸ ਕੇਸ ਕੀ ਕਰਨਾ ਚਾਹੀਦਾ ਬਿਲਕੁਲ ਮੈਂ ਹੀ ਅਜੇ ਜਸਟ ਦੇ ਹੁਣੇ ਦੱਸ ਕੇ ਹਟੇ ਕਿ ਦੇਖੋ ਇਹ ਪੁਆਇੰਟ ਆਫ ਵਿਊ ਹੈ ਜੀ ਅਲੱਗ ਅਲੱਗ ਪੁਆਇੰਟ ਆਫ ਵਿਊ ਹੋ ਸਕਦਾ ਕਿ ਮੈਨੂੰ ਇੱਕ ਇਹਦੇ ਪਿੱਛੇ ਇੱਕ ਰਾਈਟ ਅੰਡਰਸਟੈਂਡਿੰਗ ਦਾ ਯੂਨੋ ਆ ਜਾਂਦਾ ਇੱਕ ਫਿਰ ਦੁਬਾਰਾ ਯੂਨੋ ਕਨਸੈਪਟ ਆ ਜਾਂਦਾ ਕਿ ਮੈਂ ਉਸ ਪਰਸਨ ਦੀ ਮੁਸੀਬਤ ਨੂੰ ਕਿੰਨਾ ਸਮਝ ਲਿਆ ਹਾਊ ਮਚ ਆਈ ਹੈਵ ਅੰਡਰਸਟੂਡ ਦੈਟ ਪਰਸਨ ਉਹ ਰਾਈਟ ਅੰਡਰਸਟੈਂਡਿੰਗ ਹੋ ਜਾਏਗੀ ਤਾਂ ਹੋ ਸਕਦਾ ਕਿ ਜਿੱਥੇ ਪੈਸਾ ਕੰਮ ਕਰੇਗਾ ਉੱਥੇ ਪੈਸਾ ਹੀ ਕੰਮ ਕਰੇਗਾ ਜਿੱਥੇ ਇੱਕ ਰੋਟੀ ਕੰਮ ਕਰੇਗੀ ਉੱਥੇ ਰੋਟੀ ਕੰਮ ਕਰੇਗੀ ਜਿੱਥੇ ਕੱਪੜਾ ਕੰਮ ਕਰੇਗਾ ਉੱਥੇ ਕੱਪੜਾ ਕੰਮ ਕਰੇਗਾ ਸੋ ਬੇਸਿਕਲੀ ਰਾਈਟ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਕਿ ਮੈਂ ਕਿਸੇ ਪਰਸਨ ਨੂੰ ਵੇਖਿਆ ਆਪਾਂ ਅਕਸਰ ਦੇਖਦੇ ਹਾਂ ਕਿ ਯੂਨੋ ਇੱਕ ਬੜਾ ਵੱਡਾ ਬਿਜ਼ਨਸ ਹੈ ਇਹ ਆਪਾਂ ਮੂਵੀਜ਼ ਵਿੱਚ ਬੜਾ ਵੇਖਿਆ ਕਿ ਮੁੰਬਈ ਦੇ ਵਿੱਚ ਯੂਨੋ ਬੈਗਰਸ ਹੈਗੇ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਬੈਕਿੰਗ ਕਰਨ ਵਾਸਤੇ ਨੋਟ ਓਨਲੀ ਮੁੰਬਈ ਦਿੱਲੀ ਮੇ ਵੀ ਜਿੰਨੇ ਵੀ ਮੈਟਰੋਪੋਲਿਸ ਹੈਗੇ ਉੱਥੇ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਕਿ ਤੁਸੀਂ ਸਿੱਧਾ ਬੈਗਿੰਗ ਕਰਨੀ ਹੈ ਤੇ ਸ਼ਾਮ ਤੱਕ ਉਹ ਕਾਫੀ ਸਾਰੇ ਮਤਲਬ ਉਹਨਾਂ ਨੇ ਆਪਣਾ ਪ੍ਰੋਫੈਸ਼ਨ ਬਣਾਇਆ ਹੋਇਆ ਸੋ ਬੇਸਿਕਲੀ ਇਟਸ ਯੂ ਨੋ ਅਪ ਟੂ ਯੂ ਕਿ ਹਾਊ ਯੂ ਵਿਊ ਦਿਸ ਥਿੰਗ ਤੁਸੀਂ ਉਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿੱਦਾਂ ਦੇਖਦੇ ਹੋ ਉਹਦੇ ਅਕੋਰਡਿੰਗਲੀ ਤੁਸੀਂ ਆਪਣੇ ਜਿਹੜੇ ਐਕਟ ਹੈਗੇ ਆ ਉਹ ਕਰ ਸਕਦੇ ਹੋ ਧੰਨਵਾਦ ਜੀ ਬਹੁਤ ਮਿਹਰਬਾਨੀ ਪ੍ਰਿੰਸੀਪਲ ਸਰ ਤਾਂ ਹੁਣ ਅਖੀਰ ਤੇ ਮੈਂ ਬੇਨਤੀ ਕਰੂੰਗਾ ਵੀਰ ਗੁਰਪ੍ਰੀਤ ਸਿੰਘ ਜੀ ਉਹ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਉਹਨਾਂ ਦਾ ਸਟੱਡੀ ਸਰਕਲ ਵੱਲੋਂ ਧੰਨਵਾਦ ਕਰਨਗੇ ਜੀ ਵੀਰ ਗੁਰਪ੍ਰੀਤ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਜਿਨ੍ਹਾਂ ਦੀ ਜਿੰਨੀ ਬਾਹਰ ਦੀ ਪਰਸਨੈਲਿਟੀ ਹੈਗੀ ਆ ਓਨੀ ਉਹਨਾਂ ਦੇ ਲੈਕਚਰ ਦੀ ਪਰਸਨੈਲਿਟੀ ਸੀ ਸੋ ਅਸੀਂ ਬੜਾ ਆਨੰਦ ਮਹਿਸੂਸ ਕੀਤਾ ਉਹਨਾਂ ਦੇ ਲੈਕਚਰ ਨੂੰ ਸੁਣ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਔਰ ਮੈਨੂੰ ਇਹ ਲੱਗਦਾ ਬੜੇ ਸੋਹਣੇ ਬੱਚਿਆਂ ਨੇ ਕੁਐਸਚਨ ਵੀ ਬੜੇ ਸੋਹਣੇ ਕੀਤੇ ਇੱਥੋਂ ਇਹ ਇੱਕ ਚੀਜ਼ ਸਾਨੂੰ ਪਤਾ ਲੱਗਦੀ ਹੈ ਕਿ ਉਹਨਾਂ ਨੇ ਕਿੰਨਾ ਸੋਹਣਾ ਲੈਕਚਰ ਕੀਤਾ ਔਰ ਤੁਸੀਂ ਕਿੰਨੇ ਪਿਆਰ ਨਾਲ ਸੁਣਿਆ ਜਿਸ ਤਰੀਕੇ ਦੇ ਅਸੀਂ ਕੁਐਸਚਨ ਕਰ ਰਹੇ ਸਾਂ ਸਾਰੇ
और ओदे विचों उन्होंने बड़े ही प्यार दे नाल तुहाडे आंसर किए। और मैं एक बेनती करके जरूर वीर जी का फिर धन्यवाद करदा कि जे जे साडी जिंदगी दे विच हमदर्दी दया एम्पथी आउंदी है देखो एक रूट ये बीज है एक जदों साडे अंदर धर्म पैदा हुंदा क्योंकि गुरबाणी च असीं पढ़दे हां धौल धर्म दया का पूत जिहड़ा धर्म है वह दया का पुत्र है। जदों असीं पंज प्यारियां दी जिहड़ी सारी और एक तां बाणी च असीं पढ़दे हां सूख सहज दया का पोता मीनस के जिथे दया हुंदी है उत्थे धर्म पैदा हुंदा है जिथे धर्म पैदा हुंदा है उत्थे सत संतोख सबर जीवन दे विच आउंदा है। और पंज प्यारे साहिबान दे नाम भी जिहड़े ओह इस तरीके दे नाल ही है असीं जदों पढ़दे हां भाई दया सिंह जी देखो दया सिंह तों बाद जदों लाइफ च दया आ जांदी है फिर साडी जिंदगी च धर्म आउंदा है भाई धर्म सिंह जी फिर साडी जिंदगी दे विच हिम्मत आउंदी है हिम्मत तो बाद साडी जीवन दे विच दृढ़ता आउंदी है मोहकम आउंदा है दृढ़ता आउंदी है फिर असीं साहिब बन जांदे हां। सो यह एम्पथी दया ये सानू परमात्मा वल लैके जाण लई परमात्मा का स्वरूप बनाउण दे लई एक साडा रूट हैगा जिन्हू बड़े ही कमाल दे नाल बहुत ही सत्कारयोग प्रिंसीपल हरजिंदर सिंह जी साडे बड़े प्यारे वीर ने और उन्होंने बड़े प्यार दे नाल ही सांझा कीता। मैं हाथ जोड़ के धन्नवाद करदा ऑनरेबल सरदार हरजिंदर सिंह जी प्रिंसीपल हरजिंदर सिंह जी का जिन्होंने बड़े कमाल का यह विशा लिया और रियली थैंक यू। इस तरीके के वीर जी विचार हमेशा देंदे रहो अपना समा देंदे रहो सानू बड़ी खुशी हुई जी। तो वाहेगुरु जी इट्स माय प्लेजर मेरा आपका प्लेजर है कि जी मेनू मौका मिला कि हर साल तुसी मेनू यू नो मेरी मतलब आई कंसीडर इट एज माय ड्यूटी ओनली कि मेरी ड्यूटी लगदी है और मेनू मतलब करन च बड़ा मजा भी आता है। सो आई रियली थैंक टू ऑल ऑफ यू एंड आई एम जस्ट पार्ट ऑफ यू नो दिस ऑर्गेनाइजेशन यही मेरे वास्ते बड़ी मान वाली गल है और इन्हें यू नो आपां इस ओके टाइम दे विच भी सारे नाल इदां आपां ऑनलाइन चलो मिल पाए अपने विचार सांझे कर पाए तां आई थिंक दिस इज द बेस्ट वी कैन डू इन दिस टफ टाइम। सो नाइस ऑफ यू मैं फिर एक बार धन्यवाद कर दिया हां वीर जी दा फतेह बुलाना जी वाहिगुरु जी का खालसा वाहिगुरु जी की फतेह। बहुत धन्यवाद जी प्रिंसीपल हरजिंदर सिंह जी वीर गुरप्रीत सिंह जी दा तां आओ जी आपां इन्हां गुणां नूं अपने जीवन दा आधार बनाईए जिन्हां दी इस विषय राही प्रिंसीपल हरजिंदर सिंह जी होरां ने सांझ पाई है। तां हुण समां हो रिहा है जी साडे कोले पंजाबी शब्दां दा तां साडे विच अज विशेष तौर ते हाजिर होए ने लैक्चरर सुदीप कौर जी फिरोजपुर तों तां ओह अज पंजाबी भाषा दे भाषा दे शब्दां दी साडे नाल सांझ पाउणगे। लैक्चरर सुदीप कौर जी फिरोजपुर। वाहिगुरु जी का खालसा वाहिगुरु जी की फतेह। बेटा जी मैं तुहानू अज अपनी पंजाबी मां बोली दे अमीर विरसे विचों विसर रहे पंजाबी शब्द जिहड़े कि आपां अजकल वरतों विच नहीं लिया रहे उन्हां बारे थोड़ा जिहा दसांगी। जिदां बेटा पहला शब्द हैगा है कलबूत कलबूत जिहनूं कि आपां शरीर कहिंदे आ अजकल अपनी मनुखी शरीर है। दूसरा शब्द बेटा हैगा आबू आबू हुंदे ने जिहड़ी आपां मक्की दे दाणे भुनदे आ आपां उहनूं पूरी तरह नहीं भुनदे अध भुजे दाणे उहनां नूं कहिंदे ने आबू। ठीक है बेटा जी अगला शब्द हैगा चौका ਜਿਵੇਂ ਆਪਾਂ ਤੰਦੂਰ ਬਾਲਦੇ ਹਾਂ ਚੁੱਲ੍ਹਾ ਬਾਲਦੇ ਹਾਂ ਆਪਾਂ ਕਹਿੰਦੇ ਹਾਂ ਚੁੱਕਾ ਦੇ ਦਿਓ ਮਤਲਬ ਬਾਲਣ। ਠੀਕ ਹੈ ਜੀ ਬੇਟਾ ਅਗਲਾ ਸ਼ਬਦ ਹੈ ਕਿੜ ਕਿਸੇ ਦੇ ਨਾਲ ਰੰਜਿਸ਼ ਰੱਖਣੀ ਬਦਲੇ ਦੀ ਭਾਵਨਾ ਰੱਖਣੀ ਆਪਣੇ ਮਨ ਦੇ ਵਿੱਚ। ਅਗਲਾ ਸ਼ਬਦ ਬੇਟਾ ਪੁੱਤਰ ਜਦੋਂ ਆਪਾਂ ਕਿਸੇ ਨੂੰ ਕੋਈ ਰਿਸ਼ਵਤ ਦਿੰਦੇ ਹਾਂ ਵੱਡੀ ਦਾ ਮਤਲਬ ਹੁੰਦਾ ਰਿਸ਼ਵਤ ਕਿ ਕਿਸੇ ਕੰਮ ਦੇ ਲੈਣ ਦੇਣ ਦੇ ਵਿੱਚ ਰਿਸ਼ਵਤ ਦਾ ਲੈਣ ਦੇਣ। ਅਗਲਾ ਸ਼ਬਦ ਹੈਗਾ ਬੇਟਾ ਮਸਕੀਨ ਮੀਸਣਾ असली अर्थ चुप रहने वाला। अगला शब्द बेटा है अशक अशक का मतलब होंगे हंजू जिन्हों अजकल हंजू कहने पर पहला इस अशक किया जाता है। ठीक है अगला शब्द बेटा है अनीस जिदा कोई ना हो जतीम जिदे माँ प्यो ना हो कहते जतीम। अगला शब्द बेटा सलूणा सलूणा कहते हैं जी पूरी तरह रिझी हुई सब्जी होजकल आप रिझी हुई सब्जी कहने लेकिन पहले इन सलूणा ही कहा जाता है। अगला शब्द है बेटा हाथरी जेड़ा चोरिया करी यानी कि चोर। अगला शब्द बेटा है तमाई तमाई कहें तीन महीनों क्योंकि तीन महीने हो जाए उन्होंने कहते तमाई। अगला शब्द बेटा है शमाई छे महीनों ये बेटा अपने विसर शब्द है जेडे कि आप अजकल वरतों में नहीं लिया रहे। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਭੈਣ ਜੀ ਹੋਰਾਂ ਦਾ ਭੈਣ ਜੀ ਸੁਖਜੀਤ ਕੌਰ ਜੀ। ਤਾਂ ਹੁਣ ਮੈਂ ਅਗਲੇ ਪ੍ਰੋਗਰਾਮ ਵੱਲ ਆਪਾਂ ਲੈ ਕੇ ਚੱਲਦੇ ਹਾਂ ਜੀ ਆਪਾਂ ਸਾਰਿਆਂ ਨੂੰ। ਤਾਂ ਆਓ ਇਸ ਤੋਂ ਬਾਅਦ ਅਸੀਂ ਕਰੀਅਰ ਟਾਕ ਦੇ ਰਾਹੀਂ ਆਪਣੇ ਭਵਿੱਖ ਨੂੰ ਕਿਵੇਂ ਸੰਵਾਰੀਏ ਕਿਹੜੇ ਪ੍ਰੋਫੈਸ਼ਨ ਦੀ ਚੋਣ ਕਰੀਏ
उस बारे जानांगे करियर टाक दे रहे आओ आपां इतिहास पहले इतिहास वाला कर लेंगे ठीक है जी ता एहसास इतिहास ਦਾ ਸਰਦਾਰ ਬਜਿੰਦਰਪਾਲ ਸਿੰਘ ਜੀ ਲਖਨਊ ਵੱਲੋਂ ਜੋ ਸੀਰੀਜ਼ ਸਾਨੂੰ ਦਿੱਤੀ ਗਈ ਹੈ ਉਸ ਸੀਰੀਜ਼ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਾਂਗੇ ਬੇਨਤੀ ਹੈ ਕਿ ਫੀਲ ਕਰੀਏ ਮਹਿਸੂਸ ਕਰੀਏ ਅਹਿਸਾਸ ਕਰੀਏ ਆਪਣੇ ਮਹਾਨ ਇਤਿਹਾਸ ਦਾ ਤਾਂ ਸਰਦਾਰ ਬਜਿੰਦਰਪਾਲ ਸਿੰਘ ਜੀ ਲਖਨਊ ਉਹਨਾਂ ਤੋਂ ਆਪਾਂ ਵਾਕਫ ਹੋਈਏ ਆਪਾਂ ਆਪਣੇ ਇਤਿਹਾਸ ਪਹਿਲਾਂ ਇਤਿਹਾਸ ਵਾਲਾ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इतिहास ते हुणे ही खत्म होए बड़ू साहब दे कैंप विच भी बच्चे ने एक सवाल पुछया सी असीं जदों गुरु नानक देव जी दी जीवनी बारे पढ़ने आ ते उत्थे पढ़दे आ भी गुरु नानक देव जी जदों पहली उदासी विच घरों निकल रहे सन उस वक्त उन्हां दी उम्र लगभग 30 साल सीगी। अज तो 550 साल पहले जदों अंग्रेजी भी नहीं सी कदी कल्पना कीती है भी दक्षण वाले पासे केड़ी भाषा बोली जांदी सी बंगाल वाले पासे केड़ी भाषा बोली जांदी सी क्योंकि खेतरी भाषाएं बोलियां जांदियां सन आवाजावन दे साधन भी नहीं सन दो मुख धर्म सन उस मुख धर्मां दे मुख स्थानां ते जाके गल करनी उन्हां दी गलत परंपरावां दा डट के विरोध करना ते उन्हां नूं उन्हां परंपरावां दा असली भाव दसना। पर मैं जिहड़ा सवाल पूछ रहा भी कमाल दी गल है तुसीं देखो भी तुसीं सारे वीरां भैणां ने गुरु नानक पातशाह दी या ते तस्वीर वेखी होएगी बचपने वाली पांदे कोल पढ़द्या सप ने छां कीती सच्चा सौदा करद्या या तस्वीर वेखी होएगी बजुर्ग दी एदा हाथ कीता होया आशीर्वाद दिंदिया दी। असीं तुसीं कदी नहीं सोचिया कि गुरु नानक देव जी जवानी विच किवें जी दिसदे होणगे। तुसीं कदी काली दाड़ी वाली तस्वीर गुरु नानक देव जी दी वेखी है नहीं वेखी ना भी वो डैशिंग गुरु नानक कहो जे दिसते होणगे असीं कदी इमेजिन भी नहीं करना चाहते। सुमेर पर्वत ते चढ़ जाना पूरे विश्व का चक्कर लगा लेना 30 साल की उम्र है कदी असीं कल्पना कीती है। अज जे जाना होवे और फिर हर बंदे नूं जाके थोड़ी क्या होना है भी मैनू भी पंजाबी आंदी मेरे नाल पंजाबी च गल करो जे आंध्र प्रदेश दे कौडे राक्षस नाल गल कीती जंगलों में तो उहदे विच तेलगू बोले होणगे बंगाल भी जाके बंगाली बोले होणगे महाराष्ट्र भी जाके मराठी बोले होणगे अरब ईरान इराक में जाके अरबी फारसी बोली होएगी। पोप नूं जाके कदी अपने अखां सामने इमेजिन लियाओ जिहड़ा कि पोप नूं जदों मिले ने क्योंकि वर्तमान पोप ने मान लिया भी गुरु नानक देव जी उस वक्त दे पोप नूं आके मिले सन अखां सामने चेहरा तो लियाओ जरा भी इमेजिन करो भी कितनी फ्रीकुएंटली गुरु नानक अंग्रेजी बोले होणगे पोप नाल। असीं कदी डैशिंग गुरु नानक इमेजिन कीता सच्ची नहीं कीता। तो जदों भी इस्त्री की गल आती है असी माई भागो जी की गल करते हैं मुबारक है माता गुजरी जी की गल करते हैं मुबारक है कितने कितने बीबी भानी जी की गल करते हैं मुबारक है पर की गुरु नानक देव जी की सुपत्नी माता सुलक्षणी जी की कोई कॉन्ट्रीब्यूशन नहीं है। पहली उदासी लगभग 8 साल की 8 साल मीडिया के साधन अज तक मोबाइल पर ट्रेस किया जाता है बंदा कितने बैठा है वापसी कदों आ रहे हो की प्रोग्राम है उस वक्त तो 8 साल गुरु नानक नहीं दस सके इनफॉर्म नहीं कर सके वाइफ को अंदरूनी सांझ जड़ी भी सी तो वह तो एक सैपरेट गल है मैं दस रहा छोटे छोटे बच्चे सन तुसी अगर पढ़िया होवे जो पहली उदासी ते गुरु नानक देव जान लगे ने ते वड्डे बच्चे बाबा श्री चंद जी की उम्र मात्र 5 साल सी इतनी छोटी उम्र विच
परिवारक जिम्मेदारियां नूं माता सुलक्षण जी ने निभाउण वास्ते हाँ तुरन वेले बेनती जरूर की है। इतिहास एक जगह पर जिक्र आता है भी माता सुलक्षणी जी बीबी नानकी जी जाके कहते हैं भैन नानकी भी भैने तू बना के वेख मैं जो तो बच्चों का रोना दसनी हाँ तो मैं आखते हैं मैं जग रोंदा दिसद मैं बच्चों का रोना की करा। तो माता सुलक्षणी जी ने भी कभी राह नहीं रोकया भी मैं नहीं जान देना पर साढ़े फर्ज बनता भी असी जे माता सुलक्षणी जी राह रोक दे ना जान देंगे तो अजो साड़ी स्थिति यह ना होंगी। जो जग न तारण गुरु नानक निकले तो माता सुलक्षणी जी का भी कंट्रीब्यूशन है। असी गुरु नानक का वो चरित्र भी वह तस्वीर भी इमेजिन करिए कि मेरा गुरु नानक यंग रूप में किवें दिसदा होएगा। तो धन माता सुलक्षणी भी जरूर करिए कि उन्होंने भी कंट्रीब्यूशन सी कि उन्होंने परिवारक जिम्मेदारियों तो गुरु नानक ने मुकत किया तो गुरु नानक जगत उतारण वास्ते करो जा सके। वाहेगुरु जी का खालसा वाहेगुरु जी की फतह। बहुत धन्यवाद जी वीर जी ਬਰਜਿੰਦਰ ਪਾਲ ਸਿੰਘ ਜੀ ਹੋਰਾਂ ਦਾ ਵੱਖਰੇ ਅੰਦਾਜ਼ ਵਿੱਚ ਇਤਿਹਾਸ ਦੀ ਸਾਡੇ ਨਾਲ ਸਾਂਝ ਪਾਉਂਦੇ ਆ ਤੇ ਜਦੋਂ ਗੱਲ ਕਰਦੇ ਆ ਤਾਂ ਉਹ ਇੱਕ ਪਿਕਚਰ ਮੂਹਰੇ ਸਾਡੀਆਂ ਅੱਖਾਂ ਦੇ ਬਣ ਜਾਂਦੀ ਹੈ। ਤਾਂ ਸੋਚ ਕੇ ਦੇਖੀਏ ਇਹਨਾਂ ਚੀਜ਼ਾਂ ਨੂੰ ਕਿ ਸੱਚਮੁੱਚ ਅਸੀਂ ਕਿਤੇ ਇਮੈਜਿਨ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਯੰਗ ਅਵਸਥਾ ਦੇ ਵਿੱਚ ਜਵਾਨੀ ਦੀ ਅਵਸਥਾ ਵਿੱਚ ਕਿਵੇਂ ਦਿਖਦੇ ਹੋਣਗੇ ਜਦੋਂ ਮਾਤਾ ਸੁਲੱਖਣੀ ਬਾਬਾ ਸ਼੍ਰੀ ਚੰਦ ਤੇ ਲਕਸ਼ਮੀ ਦਾਸ ਨੂੰ ਲੈ ਕੇ ਗੁਰੂ ਨਾਨਕ ਜੀ ਦੇ ਸਾਹਮਣੇ ਖੜੇ ਹੋਣਗੇ ਵੀ ਤੁਸੀਂ ਛੱਡ ਕੇ ਚੱਲੇ ਹੋ ਅਸੀਂ ਇਹਨਾਂ ਦਾ ਕਿਵੇਂ ਕਰਾਂਗੇ ਕਿਵੇਂ ਸੰਭਾਲੂ ਮੈਂ ਬੱਚਿਆਂ ਨੂੰ ਤਾਂ ਉਹ ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ ਕਿੰਨਾ ਮਹਾਨ ਯੋਗਦਾਨ ਰਿਹਾ ਮਾਤਾ ਸੁਲੱਖਣੀ ਦਾ ਆਓ ਇਹਨਾਂ ਇਤਿਹਾਸਕ ਘਟਨਾਵਾਂ ਨੂੰ ਆਪਣੇ ਜਿਹਨ ਦੇ ਵਿੱਚ ਵਸਾਈਏ ਤੇ ਆਪਣੇ ਮਹਾਨ ਵਿਰਸੇ ਤੇ ਮਾਣ ਕਰੀਏ ਜੀ। ਤਾਂ ਆਓ ਅੱਗੇ ਚੱਲਦਿਆਂ ਹੁਣ ਆਪਣਾ ਕਰੀਅਰ ਟਾਕ ਦਾ ਟਾਈਮ ਹੋ ਗਿਆ ਹੈ ਜੀ। ਤਾਂ ਨਾਲ ਹੀ ਜੇਕਰ ਤੁਹਾਡੇ ਬੱਚਿਆਂ ਦੇ ਕੋਈ ਕੁਐਸਚਨ ਹੋਣ ਤਾਂ ਉਹ ਤੁਸੀਂ ਸਾਨੂੰ ਜਿਹੜਾ ਤੁਹਾਨੂੰ ਨੰਬਰ ਪਹਿਲਾਂ ਸ਼ੇਅਰ ਕੀਤਾ ਜਾਂਦਾ ਉਸ ਨੰਬਰ ਦੇ ਉੱਪਰ ਆਪਣੇ ਸਵਾਲਾਂ ਦੇ ਜਵਾਬ ਤੁਸੀਂ ਲੈ ਸਕਦੇ ਹੋ ਜੀ। ਤਾਂ ਆਓ ਕਰੀਅਰ ਟਾਕ ਦੇ ਰਾਹੀਂ ਆਪਾਂ ਆਪਣੇ ਭਵਿੱਖ ਦੀਆਂ ਸਟ੍ਰੀਮਸ ਨੂੰ ਨਿਸ਼ਚਿਤ ਕਰਨ ਦੇ ਲਈ ਡਿਸੀਜ਼ਨ ਲੈਣ ਵਿੱਚ ਸਫਲ ਹੋਵਾਂਗੇ ਜੀ। ਧਿਆਨ ਨਾਲ ਦੇਖੀਏ ਕਰੀਅਰ ਟਾਕ। उन्हें स्टडी करते हैं तो मोस्ट ऑफ द स्टूडेंट्स जो है वो एमबीए की तरफ बैंकिंग की तरफ या एसएससी ऐसे एग्जाम्स इनकी तरफ जो है वो भागते हैं या सोचते हैं कि हम लोग बीएड कर लेते हैं। बट मेरे पास आज एक शॉर्टकट फॉर्मूला है स्टूडेंट्स आपके लिए जो कि आपकी लाइफ में एक टर्निंग पॉइंट सिद्ध हो सकता है। वेल अगर हम देखें तो ग्रेजुएशन के लाइफ के बाद ऑटोमेटिकली हमारी जो लाइफ है एक टर्निंग पॉइंट ही होती है कि जहाँ पे एक तो फाइनेंशियल इमरजेंसीज भी होती हैं कि हमें कुछ ना कुछ जो है वो इमीडिएट चाहिए होता है जाके ताकि हम अपने खर्चे मैनेज कर सकें और दूसरी तरफ हमें अपने आप को प्रूव करना होता है कि यस वी आर समथिंग। तो मेरा जो ये वीडियो है ये आपके लिए है जो अगर आप थोड़ा सा ध्यान से अपने बारे में इसको देखकर इंट्रोस्पेक्ट करेंगे तो ये वीडियो जो है आपकी लाइफ चेंजिंग इवेंट भी हो सकता है। आप क्या करें, मेरा सजेशन जो मेरा एक्सपीरियंस कहता है कि आपको क्या करना चाहिए कि यहाँ पे थोड़ा सा रुकिए और सिर्फ अपने बारे में और अपनी खुद की जो स्किल्स हैं और आपका इंटरेस्ट है इनके बारे में सोचिए कि आज तक आपको किस चीज ने ज्यादा फैसिनेट करा है, आज तक आप किस चीज की स्पेशलाइजेशन की तरफ ज्यादा अट्रैक्ट हुए हैं और प्लस आपने अगर ग्रेजुएशन में मेहनत करी है तो उससे उसमें से कौन से ऐसे सब्जेक्ट से जिनमें आपका ध्यान सबसे ज्यादा जो है वो अट्रैक्ट होता था, यानी कि ये जो चीजें हैं ये हैं आपकी स्पेशलाइजेशन। और अगर आप पोस्ट ग्रेजुएशन करना चाहते हैं, बीएड करना चाहते हैं, आप इससे आगे कोई भी स्किल जो ओरिएंटेड कोर्स करना चाहते हैं जिसमें बहुत सारे डिप्लोमा सर्टिफिकेट और डिग्री कोर्सेस आ जाते हैं, बट आपको सबसे पहले जो है यहाँ पे रुककर किसी को फॉलो किए बगैर कि कोई क्या कर रहा है तो आपको सिर्फ एक चीज़ देखनी है स्टूडेंट्स कि आपकी स्पेशलाइजेशन क्या है। अगर मैं यहाँ पे छोटी सी एग्जांपल लूँ न्यूटन की, तो न्यूटन जब यूनिवर्सिटी ऑफ ट्रिनिटी में वो गए तो उस जो ग्रेजुएशन के दो चार साल थे उनके पास, उन्होंने एक सेकेंड भी अपना बिना वेस्ट किए थ्रू आउट, उनको पढ़ने का इतना शौक था कि थ्रू आउट टाइम वो सिर्फ अपनी ग्रेजुएशन पे फोकस करके जब अपने सब्जेक्ट्स को इतना थॉर
थॉरली स्टडी करा कि जब उन्होंने सेब को पेड़ से गिरते हुए देखा तो उन्होंने ये डिस्कवर कर दिया कि दिस वॉज अ लॉ ऑफ ग्रेविटेशन जो कि और कोई डिस्कवर नहीं कर पाया क्योंकि ही वॉज थॉरो इन हिज स्टडीज। सिमिलरली देखिए अमाउंट ऑफ हार्डवर्क एंड टॉयल यही दो चीज़ें हैं जो आपको सक्सेस लेके जा सकती है बट अलॉन्ग विद दैट अगर आप यही सब टॉयल और अपना जितना हार्डवर्क है आप परसिस्टेंस है अगर आप राइट डायरेक्शन में डालेंगे तो दिस वुड प्रूव्स आउट टू बी कि आपका एक मतलब बहुत शॉर्ट टर्म में आप बहुत ज़्यादा सक्सेस जो है वो डाल सकते हैं। अगर मैं बात करूँ आर्ट्स ग्रेजुएट्स की तो आर्ट्स ग्रेजुएट्स के पास जो सब्जेक्ट्स होते हैं जैसे साइकोलॉजी है हिस्ट्री है पॉल साइंस है इसमें से आप स्पेशलाइजेशन निकाल सकते हैं। हिस्ट्री की बात करें तो हिस्ट्री में अपने आप में बहुत बड़ा करियर है हिस्टोरियन यू कैन बी एन आर्कियोलॉजिस्ट यू कैन बी अ लाइक अ म्यूजियम डिज़ाइनर तो इसमें गवर्नमेंट पोस्ट भी हैं प्राइवेट पोस्ट भी हैं। आजकल जो न्यू एक फील्ड इसमें से निकल के आ रही है वो है मरीन आर्कियोलॉजी की आप इसके बारे में सर्च कर सकते हैं। अगर हम जियोग्राफी की बात करें तो बहुत स्टूडेंट्स इसकी तरफ ध्यान नहीं देते हैं बट माय डियर स्टूडेंट्स अगर आप गूगल मैप्स यूज करते हैं तो जो गूगल मैप के ऊपर आपको हर डेस्टिनेशन के बारे में कैसे गूगल अपने आप गाइड करता है बिकॉज दैट इज अ फील्ड दैट इज कमिंग आउट ऑफ जियोग्राफी जिसमें हम लोग GIS सिस्टम्स की बात करते हैं हम लोग सारे एनवायरमेंटल प्लानिंग की बात करते हैं और हर चीज को आपने मतलब बेसिकली उसका लोकेशन और उसकी सारी चीजों को एनालाइज करना होता है दैट इज वन करियर दैट इज कमिंग आउट ऑफ ज्योग्राफी। अगर हम साइकोलॉजी की बात करते हैं तो साइकोलॉजी अपने आप में बहुत वास्ट है वंस यू कैन यू चूज इट टू बी क्लिनिकल साइकोलॉजिस्ट यू चूज इट टू बी काउंसलिंग साइकोलॉजिस्ट इसमें भी आगे यू वॉन्ट टू वर्क विद चाइल्ड एंड एडोलेसेंस यू वॉन्ट टू वर्क विद एज अ मैरिज काउंसलर यू वॉन्ट टू वर्क इन अ प्री मैरिटल कंटेक्स्ट यू वॉन्ट टू वर्क विद द सब्सटेंस अब्यूज पीपल तो आपकी चॉइस होती है इसमें आप किसी तरह की स्पेशलाइजेशन जो है वो कर सकते हैं। ऐसे ही अगर हम कॉमर्स ग्रेजुएट्स की बात करते हैं तो कॉमर्स ग्रेजुएट्स के लिए तो वैसे ही बहुत सारे डोर्स जो है वो ओपन रहते हैं। आप फाइनेंस की तरफ जाना चाह रहे हैं आप मार्केटिंग की तरफ जाना चाह रहे हैं आप मैनेजमेंट की तरफ जाना चाह रहे हैं आप ऑपरेशन की तरफ जाना चाह रहे हैं या फिर आप कोई ऑर्गेनाइजेशन जैसे इवेंट प्लान करना चाह रहे हैं हॉस्पिटैलिटी मैनेजमेंट हॉस्पिटल मैनेजमेंट पोर्टफोलियो मैनेजमेंट इवन इमेज कंसल्टेंसी ये बहुत सारे करियर्स जो हैं वो जो कॉमर्स फील्ड में से निकल के आ रहे हैं। अगर हम बात करें BSc's की तो BSc's में जो बच्चे जो प्रोफेशनल कोर्सेज ऑप्ट करते हैं उनको तो पता होता है कि नेक्स्ट उन्होंने क्या करना है बट जो ट्रेडिशनल कोर्सेज में होते हैं दे वांट कि नेक्स्ट व्हाट तो बेसिकली अगर व्हाट आई सजेस्टेड टू यू कि जौन सा सब्जेक्ट और जौन सा इंटरेस्ट आपको ग्रेजुएशन में सबसे ज्यादा जिसने अपील करा जो आपका सबसे आपको लगा कि दिस इज दी बेस्ट फॉर मी और ये सब्जेक्ट के बिना मतलब आई फील वेरी मच अटैच्ड टू दिस सब्जेक्ट एंड दिस स्किल तो उसी को आप अपना जब स्पेशलाइजेशन मानेंगे तो आपको सक्सेस भी बहुत जल्दी मिलेगी आपको सेटिस्फेक्शन भी मिलेगा आपको कंटेंटमेंट भी मिलेगा। फिर भी अगर आपको कंफ्यूजन हाँ जी ACG करियर टॉक तो ये साढ़े लिए बहुत महत्वपूर्ण आप रोज़ गल करते हैं ये बारे हुण तुहाडे लई बच्चो जरूरी एक सूचना यह है कि कल का जिहड़ा साडा सैशन होगा बहुत महत्वपूर्ण होगा सरदार बरजिंद्रपाल सिंह जी विशा लैणगे जीवन जाच से तो तुहानू सारयां नू फिर एक बार बेनती है कि अपने दोस्तों मित्रां भैणां भरावां नू जरूर इहदे विच शामिल करिए ते इस जिहड़ा विशा कल का होना है बहुत महत्वपूर्ण होगा साडे लई बड़ा सहायक होगा तो उसनों जरूर सुनिए जी ध्यान नाल तुहाडा सारयां दा एक बार फिर इस कैंप विच शामिल होने ते धन्नवाद। जो भी तुहानू होम असाइनमेंट दिती जानी है वह ग्रुप दे विच शेयर कर दिती जाएगी तो अज साडे विच शामिल होने ते गुरमन असीस सिंह वीर जी मुक्तसर साहिब तो प्रिंसीपल हरजिंदर सिंह जी लैक्चरर सुखजीत कौर जी वीर गुरप्रीत सिंह जी जिहड़े अज इस कैंप दा हिस्सा बने सारयां दा असीं विशेष तौर ते धन्नवाद करदे हाँ जी। अज दे कैंप दिन की इतनी समाप्ति करते हैं इसे आस नाल कि तुसी कल नूं फिर इस तरह सारे शामिल होवोंगे अपने होरां नूं संगी साथियों नूं विच शामिल करोंगे आओ मिलके फतेह दी सांझ पाईए जी। वाहिगुरू जी का खालसा वाहिगुरू जी की फतेह।